ਸ਼ਹੀਦ ਹੋਇਆ ਪੁੱਤ ਤਾਂ ਵਾਰ ਵਾਰ ਚੇਤੇ ਆਉਂਦਾ। ਉਹ ਤਾਂ ਹੈ ਹੀ, ਇਹ ਛੋਟਾ ਜਿਹਾ ਸੀਗਾ, ਉਹਦੀਆਂ ਗੱਲਾਂ ਚੇਤੇ ਆਉਂਦੀਆਂ। ਅੱਜ ਉਦਾਂ ਤੂੰ 28 ਸਾਲ ਦਾ ਸੀਗਾ, ਦੱਸ ਤੇਰੀ ਭੈਣ ਨੂੰ ਦਾਜ ਵਿੱਚ ਕੀ ਦਿੱਤਾ? ਕਹਿੰਦਾ ਏ ਕੇ 47 ਦਿੱਤੀ ਸੀ ਮੇਰੀ ਭੈਣ ਦੇ ਵਿਆਹ ਤੇ ਮੇਰੇ ਭਰਾ ਨੂੰ, ਕਿਉਂਕਿ ਸਕੂਲ ਦੇ ਵਿੱਚ ਵੀ ਸਾਡੇ ਕੋਈ ਗੱਲ ਹੋਈ ਸੀ ਤੇ ਇਹਨੇ ਤਿਰੰਗਾ ਜਿਹੜਾ ਸੀਗਾ ਉਹਦੀ ਬਜਾਏ ਆਪਣਾ ਖਾਲਿਸਤਾਨ ਦਾ ਝੰਡਾ ਲਹਿਰਾਇਆ ਸੀਗਾ। ਦੋ ਤਿੰਨ ਰਾਤਾਂ ਤੋਂ ਬਾਅਦ ਜਦੋਂ ਨਹੀਂ ਇਹਨਾਂ ਨੇ ਕੁਛ ਵੀ ਦੱਸਿਆ ਤੇ ਮੇਰੇ ਮੰਮੀ ਜਿਹੜੇ ਸੀਗੇ ਇਹਨਾਂ ਨੇ ਕੀ ਕੀਤਾ ਵੀ ਇਹਨਾਂ ਦੇ ਪੱਟਾਂ ਦੇ ਉੱਤੇ ਰੂਲਾ ਚਲਾਇਆ। ਤੁਸੀਂ ਸਾਰੇ ਜੁਝਾਰੂਆਂ ਨੂੰ ਬੜੇ ਨੇੜੇ ਹੋ ਕੇ ਦੇਖਿਆ, ਤੁਹਾਡੇ ਭਰਾ ਵੀ ਇਸ ਲੀਏ ਤੁਰੇ। ਹਾਂਜੀ, ਸਰਕਾਰ ਜਾਂ ਸਰਕਾਰ ਦਾ ਮੀਡੀਆ ਜਿਹੜਾ ਉਹਦੇ ਲਈ ਸਾਰੇ ਹੀ ਖਤਰਨਾਕ ਅੱਤਵਾਦੀ। ਹਾਂਜੀ ਹਾਂਜੀ, ਕੀ ਤੁਹਾਨੂੰ ਇਹ ਲੱਗਦਾ ਕਿ ਆਪਣੇ ਸਾਰੇ ਬੰਦੇ ਖਤਰਨਾਕ ਸਨ? ਦੂਸਰਾ ਸਵਾਲ ਇਹ ਆ ਕਿ ਤੁਸੀਂ ਦੱਸਿਆ ਕਿ ਤੁਹਾਨੂੰ ਮਹਿਸੂਸ ਹੁੰਦਾ ਸੀ ਕਿ ਸਿੰਘਾਂ ਦਾ ਹੀ ਰਾਜ ਹੈ, ਤੁਹਾਨੂੰ ਇਹ ਲੱਗਦਾ ਸੀ ਕਿ ਖਾਲਿਸਤਾਨ ਛੇਤੀ ਬਣ ਜੂ? ਪ੍ਰਾਈਮ ਟਾਈਮਸ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਸਭ ਤੋਂ ਪਹਿਲਾਂ ਫਤਿਹ ਸਾਂਝ ਪਾਵਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਜਿਹੜੀ ਗੱਲਬਾਤ ਅਸੀਂ ਸ਼ੁਰੂ ਕਰਨ ਲੱਗੇ ਹਾਂ ਇਹ ਇੱਕ ਬਹੁਤ ਵੱਡੀ ਕੁਰਬਾਨੀ ਵਾਲੇ ਪਰਿਵਾਰ ਦੀ ਗੱਲ ਆ। ਤੁਸੀਂ ਸਾਰਿਆਂ ਨੇ ਅਕਸਰ ਨਾਮ ਸੁਣਿਆ ਹੋਊਗਾ ਸ਼ਹੀਦ ਭਾਈ ਸੁਰਜੀਤ ਸਿੰਘ ਪੈਂਟਾ। ਸਿੱਖ ਸੰਘਰਸ਼ ਦੇ ਵਿੱਚ ਇਹ ਨਾਮ ਬਹੁਤ ਮਸ਼ਹੂਰ, ਸ਼ਹੀਦ ਬਾਬਾ ਗੁਰਭਜਨ ਸਿੰਘ ਮਾਣੋਚਾਲ ਦੇ ਬਹੁਤ ਕਰੀਬੀ ਸਨ। ਸੋ 1988 ਦੇ ਵਿੱਚ ਇਹ ਸ਼ਹੀਦ ਹੋਏ। ਭਾਈ ਸੁਰਜੀਤ ਸਿੰਘ ਪੈਂਟਾ ਦੇ ਪਰਿਵਾਰ ਦੀ ਬਹੁਤ ਵੱਡੀ ਘਾਲਣਾ ਸਿੱਖ ਸੰਘਰਸ਼ ਦੇ ਵਿੱਚ ਆ। ਜਦੋਂ ਕਿ ਅਜੋਕੇ ਸਿੱਖ ਸੰਘਰਸ਼ ਦੀ ਅਸੀਂ ਗੱਲ ਕਰਦੇ ਹਾਂ ਤਾਂ ਦਰਬਾਰ ਸਾਹਿਬ ਦੇ ਉੱਤੇ ਜਿਹੜਾ ਹਮਲਾ ਹੋਇਆ ਉਹ ਇਹਨਾਂ ਸਾਰੀਆਂ ਘਟਨਾਵਾਂ ਦਾ ਕੇਂਦਰ ਬਿੰਦੂ ਬਣ ਜਾਂਦਾ ਕਿ ਉਸ ਹਮਲੇ ਤੋਂ ਬਾਅਦ ਸਿੱਖ ਜਵਾਨੀ ਜਿਹੜੀ ਆ ਉਹ ਹਥਿਆਰਬੰਦ ਹੋ ਕੇ ਪੂਰੀ ਤਰ੍ਹਾਂ ਘੋਲ ਕਰਨ ਲੱਗੀ ਅਤੇ ਰਾਜ ਭਾਗ ਦੇ ਲਈ ਸਰਗਰਮ ਹੋ ਚੁੱਕੀ ਸੀ। ਇਸ ਸਮੇਂ ਦੌਰਾਨ ਜਿਹੜੇ ਪਰਿਵਾਰ ਨੇ, ਕਈਆਂ ਦੇ ਪੂਰੇ ਪਰਿਵਾਰ ਜਿਹੜੇ ਆ ਇਸ ਦੌਰ ਦੌਰਾਨ ਸ਼ਹੀਦ ਹੋਏ। ਜਬਰ ਨੂੰ ਉਹਨਾਂ ਨੇ ਆਪਣੇ ਪਿੰਡੇ 'ਤੇ ਸਹਿਆ ਪਰ ਪੰਥ ਵੱਲ ਪਿੱਠ ਨਹੀਂ ਕੀਤੀ। ਅਜਿਹਾ ਹੀ ਇੱਕ ਪਰਿਵਾਰ ਜਿਹੜਾ ਭਾਈ ਸੁਰਜੀਤ ਸਿੰਘ ਪੈਂਟੇ ਦਾ, ਮੇਰੇ ਨਾਲ ਇਸ ਵੇਲੇ ਭਾਈ ਸੁਰਜੀਤ ਸਿੰਘ ਪੈਂਟਾ ਦੇ ਭੈਣ ਜੀ ਬੀਬੀ ਸਰਬਜੀਤ ਕੌਰ ਬੈਠੇ ਹੋਏ ਆ। ਗੱਲਬਾਤ ਦੇ ਵਿੱਚ ਮੈਂ ਉਹਨਾਂ ਦਾ ਸਵਾਗਤ ਕਰਦਾ ਅਤੇ ਆਪਾਂ ਉਹਨਾਂ ਦੀ ਜੀਵਨ ਘਾਲਣਾ ਦੀ ਗੱਲ ਕਰਾਂਗੇ। ਬੀਬੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ, ਮੈਂ ਸੰਖੇਪ ਰੂਪ 'ਚ ਦੱਸ ਦਿਆਂ ਕਿ ਬੀਬੀ ਜੀ ਹੁਣਾਂ ਦੇ 3 ਭਰਾ ਸ਼ਹੀਦ ਨੇ, ਇਹਨਾਂ ਦੇ ਪਤੀ ਸ਼ਹੀਦ ਨੇ, 10 ਸਾਲ ਦਾ ਮਾਸੂਮ ਬੱਚਾ ਸ਼ਹੀਦ ਆ ਅਤੇ ਦੇਰ ਸ਼ਹੀਦ ਆ। ਸੋ ਇਹ ਸ਼ਹੀਦੀਆਂ ਇਸ ਪਰਿਵਾਰ ਦੇ ਹਿੱਸੇ ਆਈਆਂ। ਇਹ ਬੀਬੀ ਜੀ ਅੰਮ੍ਰਿਤਸਰ 'ਚ ਵੱਸ ਰਹੇ ਆ, ਸ਼੍ਰੋਮਣੀ ਕਮੇਟੀ ਦੇ ਵਿੱਚ ਇੱਕ ਨੌਕਰੀ ਕਰ ਰਹੇ ਆ। ਸੋ ਜੋ ਕੁਛ ਉਹਨਾਂ ਨੇ ਇਹ ਫੇਸ ਕੀਤਾ ਆਪਾਂ ਉੱਥੋਂ ਦੀ ਗੱਲ ਕਰਦੇ ਹਾਂ। ਨਵੰਬਰ 1984 ਦੇ ਵਿੱਚ ਜਦੋਂ ਦਿੱਲੀ ਦੇ ਵਿੱਚ ਸਿੱਖ ਕਤਲੇਆਮ ਹੋਇਆ ਤਾਂ ਉਸ ਸਮੇਂ ਜਿਹੜਾ ਸਿੰਘਾਂ ਦੀ ਪਹਿਲੀ ਪਨਾਹਗਾਹ ਬਣੀ ਉਹ ਭਾਈ ਸੁਰਜੀਤ ਸਿੰਘ ਪੈਂਟੇ ਦਾ ਘਰ ਸੀ। ਸੋ ਭੈਣ ਜੀ, ਆਪਾਂ ਇੱਥੋਂ ਗੱਲ ਸ਼ੁਰੂ ਕਰੀਏ ਕਿ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਜਿਵੇਂ ਕਿ ਸਿੰਘ ਸਰਗਰਮ ਹੋ ਜਾਂਦੇ ਆ, ਹਾਂਜੀ, ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖੇ ਦਾ ਗਰੁੱਪ ਜਿਹੜਾ, ਅਤੇ ਤੁਹਾਡੇ ਆਪਣੇ ਮਾਮਾ ਜੀ ਭਾਈ ਨਿਰਮਲ ਸਿੰਘ ਨਿੰਮਾ, ਇਹ ਫਿਰ ਕਿਵੇਂ ਤੁਹਾਡੇ ਘਰ ਵੱਲ ਉਹਨਾਂ ਦਾ ਆਉਣਾ ਬਣਦਾ, ਕੀ ਸਲਾਹਾਂ ਆਉਂਦੀਆਂ, ਕਿਵੇਂ ਅੱਗੇ ਗੱਲ ਤੁਰਦੀ ਆ, ਸੰਘਰਸ਼ ਬਾਰੇ ਦੱਸੋ। ਮੈਂ ਉਸ ਟਾਈਮ 'ਤੇ ਵੈਸੇ ਕਾਫੀ ਛੋਟੀ ਸੀਗੀ ਪਰ ਸਮਝ ਹੈਗੀ ਸੀਗੀ ਮੈਨੂੰ ਵੀ। ਜਦੋਂ ਮਤਲਬ ਇੰਦਰਾ ਨੇ ਹਮਲਾ ਕਰਵਾਇਆ ਦਰਬਾਰ ਸਾਹਿਬ ਦੇ ਵਿੱਚ, ਉਸ ਤੋਂ ਬਾਅਦ ਹਰਜਿੰਦਰ ਸਿੰਘ ਜਿੰਦਾ ਜੀ ਜਿਹੜੇ ਮਾਮਾ ਜੀ ਮੇਰੇ ਲੱਗਦੇ, ਮੰਮੀ ਜੀ ਦੇ ਮਾਸੀ ਜੀ ਦੇ ਬੇਟੇ ਆ, ਅਤੇ ਮੇਰੇ ਫਾਦਰ ਸਾਹਿਬ ਪੰਜਾਬ ਆਏ ਹੋਏ ਸੀ ਉਸ ਟਾਈਮ 'ਤੇ, ਉਹਨਾਂ ਨੇ ਉਹਨਾਂ ਨੂੰ ਕਿਹਾ ਮੇਰੇ ਮਾਸੀ ਜੀ ਨੇ ਵੀ ਹਰਜਿੰਦਰ ਦੀ ਜ਼ਿੰਮੇਵਾਰੀ ਹੁਣ ਤੁਹਾਡੀ ਆ, ਜਦੋਂ ਤੁਹਾਡੇ ਕੋਲ ਆਉਣਾ ਤੁਸੀਂ ਆਪਣੇ ਕੋਲ ਰੱਖਣਾ ਵਾ। ਬੀਬੀ ਗੁਰਨਾਮ ਕੌਰ ਨੇ, ਹਾਂਜੀ ਬੀਬੀ ਗੁਰਨਾਮ ਕੌਰ ਨੇ ਕਿਹਾ। ਅਤੇ ਮੇਰੇ ਫਾਦਰ ਸਾਹਿਬ ਦੀ ਸੋਚ ਇਹ ਹੁੰਦੀ ਸੀ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਚਾਰੇ ਲਾਲ ਵਾਰ 'ਤੇ, ਕੋਈ ਗੱਲ ਨਹੀਂ ਮੈਨੂੰ, ਕੋਈ ਨਹੀਂ ਮੈਂ ਜੇ ਆਪਣੇ ਬੱਚੇ ਵਾਰ ਦਾਂਗਾ, ਮੈਨੂੰ ਕੋਈ ਨਹੀਂ ਤੁਸੀਂ ਭੇਜੋ ਜਿਸ ਤਰ੍ਹਾਂ ਵੀ ਹੋ ਸਕਦਾ। ਪਹਿਲੀ ਵਾਰ ਸਾਡੇ ਕੋਲ ਆਏ ਆ ਬਲਜਿੰਦਰ ਸਿੰਘ ਰਾਜੂ ਉਸ ਟਾਈਮ 'ਤੇ ਜਦੋਂ, ਪਰ ਸਾਨੂੰ ਇੰਨੀ ਸੋਚ ਨਹੀਂ ਸੀ ਕਿਉਂਕਿ ਅਸੀਂ ਬਹੁਤ ਛੋਟੇ, ਹੁਣ ਉਦੋਂ ਗੱਲਾਂ ਸੁਣਦੇ ਹੁੰਦੇ ਸੀਗੇ, ਪਰ ਹੁਣ ਸਾਨੂੰ ਪੂਰੀ ਸਮਝ ਆ ਵੀ ਹਾਂ ਇਹ ਕੁਛ ਹੋਇਆ। ਪਹਿਲਾਂ ਸਾਡੇ ਕੋਲ ਬਲਜਿੰਦਰ ਸਿੰਘ ਰਾਜੂ ਆਏ ਆ ਯੂਪੀ ਵਾਲੇ, ਰਾਜਸਥਾਨ ਵਾਲੇ, ਮਾਮੀ ਜੀ ਸੁਰਜੀਤ ਕੌਰ ਦੇ ਬੇਟੇ। ਉਸ ਤੋਂ ਬਾਅਦ ਮਥੁਰਾ ਸਿੰਘ ਆਇਆ,
ਮਥਰਾ ਸਿੰਘ ਅਤੇ ਉਸ ਤੋਂ ਬਾਅਦ ਸੁਰਿੰਦਰ ਸਿੰਘ ਸ਼ਿੰਦੂ ਜਿਹਨੂੰ ਕੇ ਸੀ ਸ਼ਰਮਾ ਕਹਿੰਦੇ ਆ ਉਹ ਪਹੁੰਚੇ ਆ, ਉਸ ਤੋਂ ਬਾਅਦ ਸੁਖਦੇਵ ਆਪਣਾ ਸੁਖਦੇਵ ਸਿੰਘ ਸੁੱਖਾ, ਇਹ ਚਾਰੇ ਜਾਣੇ ਸਾਡੇ ਕੋਲ ਆ, ਹਰਜਿੰਦਰ ਸਿੰਘ ਜਿੰਦਾ ਇਹ ਸਭ ਤੋਂ ਐਂਡ 'ਤੇ ਆਉਂਦੇ ਸਾਡੇ ਕੋਲ, ਕਿਉਂਕਿ ਇਹਨਾਂ ਦੀ ਰਿਸ਼ਤੇਦਾਰੀ ਹੈਗੀ ਸੀ ਦਿੱਲੀ ਦੇ ਵਿੱਚ, ਉਹਨਾਂ ਕੋਲ ਵੀ ਇਹ ਕਦੀ ਕਦੀ ਜਾ ਕੇ ਰਹਿੰਦੇ ਹੁੰਦੇ ਸੀਗੇ, ਅਤੇ ਜ਼ਿਆਦਾ ਸਾਡੇ ਕੋਲ ਰਹੇ ਨੇ ਕੇ ਸੀ ਸ਼ਰਮਾ ਅਤੇ ਮਥਰਾ ਸਿੰਘ ਅਤੇ ਸੁਖਦੇਵ ਸਿੰਘ ਅਤੇ ਮਾਮਾ ਜੀ ਨਿਰਮਲ ਸਿੰਘ, ਉਹ ਤਾਂ ਮਤਲਬ ਤੁਹਾਨੂੰ ਪਤਾ ਹੀ ਹੈ ਮਾਮਾ ਜੀ ਆ, ਅਤੇ ਇਹ ਮਤਲਬ ਸਾਡੇ ਕੋਲ ਰਹਿੰਦੇ ਰਹੇ। ਸਾਨੂੰ ਉਸ ਟਾਈਮ 'ਤੇ ਇਹ ਕਿਹਾ ਜਾਂਦਾ ਸੀਗਾ, ਕਿਉਂਕਿ ਅਸੀਂ ਛੋਟੇ ਸੀ ਅਤੇ ਸਾਨੂੰ ਇਹ ਕਿਹਾ ਜਾਂਦਾ ਸੀ ਵੀ ਬਾਹਰ ਨਹੀਂ ਗੱਲ ਵੀ ਕਰਨੀ, ਇਹ ਸਾਰੇ ਇੱਥੇ ਡਰਾਈਵਿੰਗ ਕਰਨ ਆਏ ਆ, ਕਿਉਂਕਿ ਮੇਰੇ ਫਾਦਰ ਸਾਹਿਬ ਉਸ ਟਾਈਮ 'ਤੇ ਡਰਾਈਵਰ ਸੀਗੇ ਅਤੇ ਇਹ ਉਹਨਾਂ ਕੋਲੋਂ ਸਿੱਖਣ ਆਏ ਆ ਅਤੇ ਇਹਨਾਂ ਨੇ ਮਤਲਬ ਡਰਾਈਵਰੀ ਕਰਨੀ ਆ, ਅਤੇ ਤੁਸੀਂ ਬਾਹਰ ਨਹੀਂ ਜਾ ਕੇ ਦੱਸਣਾ ਵੀ ਕੀ ਗੱਲਬਾਤ ਹੈ ਕੀ ਨਹੀਂ। ਇਸ ਤਰੀਕੇ ਨਾਲ ਸਾਡੇ ਕੋਲ ਇਹ ਸਾਰੇ ਜਾਣੇ ਰਹੇ ਅਤੇ ਸੁਰਜੀਤ ਉਸ ਟਾਈਮ 'ਤੇ ਪਲੱਸ ਟੂ ਦੇ ਵਿੱਚ ਸੀਗਾ, ਪਹਿਲਾਂ ਇਹ ਐਸ ਐਸ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਲਾਜਪਤ ਨਗਰ ਪੜ੍ਹਦਾ ਹੁੰਦਾ ਸੀ, ਭਾਈ ਸੁਰਜੀਤ ਸਿੰਘ ਪੈਂਟਾ, ਹਾਂਜੀ ਅਸੀਂ ਤਿੰਨੇ ਭੈਣ ਭਰਾ ਇਕੱਠੇ ਹੀ ਪੜ੍ਹਦੇ ਸੀਗੇ, ਸੁਰਜੀਤ ਸਿੰਘ ਪੈਂਟਾ ਮੈਂ ਵੀ ਅਤੇ ਰਾਜਵਿੰਦਰ ਸਿੰਘ ਰਾਜਾ ਹਰਚਰਨ ਸਿੰਘ ਗਿਆਨੀ, ਅਸੀਂ ਚਾਰੇ ਮਤਲਬ ਇੱਕੋ ਸਕੂਲ ਦੇ ਵਿੱਚ ਪੜ੍ਹਦੇ ਸੀਗੇ ਲਾਜਪਤ ਨਗਰ ਦੇ ਵਿੱਚ। ਉਦੋਂ ਮਤਲਬ ਸੁਰਜੀਤ ਨੇ ਮਤਲਬ ਇਹਨਾਂ ਨੇ ਕਾਫੀ ਮਤਲਬ ਹੈਲਪ ਕੀਤੀ ਆ, ਸਾਨੂੰ ਤਾਂ ਸਮਝ ਨਹੀਂ ਸੀਗੀ ਉਸ ਟਾਈਮ 'ਤੇ, ਇਹਨੇ ਕਾਫੀ ਪਤਾ ਲੱਗਦਾ ਵੀ ਹੈਲਪ ਕੀਤੀ ਉਸ ਟਾਈਮ 'ਤੇ, ਜਦੋਂ ਲਲਿਤ ਮਾਖਣ ਜਿਹੜਾ ਸੀਗਾ ਸਾਡੇ ਘਰ ਤੋਂ 3 ਕਿਲੋਮੀਟਰ ਦੂਰ ਰਹਿੰਦਾ ਹੁੰਦਾ ਸੀਗਾ, ਅਤੇ ਮਥਰਾ ਸਿੰਘ ਹੋਣੀ ਕੇ ਸੀ ਸ਼ਰਮਾ ਹੋਣੀ ਜਿਹੜੇ ਸੀਗੇ ਇਹ ਸਾਡੇ ਕੋਲ ਮਤਲਬ ਇਹ ਸਾਡੇ ਕੋਲ 24 ਘੰਟੇ ਹੀ ਰਹਿੰਦੇ ਸੀਗੇ। ਜਿੱਦਣ ਇੰਦਰਾ ਮਰਦੀ ਆ ਉਸ ਦਿਨ ਵੀ ਸਾਡੇ ਕੋਲ ਸੀਗੇ, ਉਸ ਦਿਨ ਸੁਰਜੀਤ ਹੈਗਾ ਸੀ ਸਫਤਰਗੰਜ, ਕਿਉਂਕਿ ਇਹ ਖੇਡਾਂ ਦਾ ਖਿਡਾਰੀ ਸੀ ਬਹੁਤ ਤਗੜਾ, ਮਤਲਬ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਇਹ ਨੌਜਵਾਨ ਜਿਹੜੇ ਤੁਹਾਡੇ ਕੋਲ ਆ ਗਏ ਸੀ, ਇਹ ਸਾਰੇ ਸਾਡੇ ਕੋਲ ਦਿੱਲੀ ਚ ਰਹਿਣ ਲੱਗ ਪਏ, ਹਾਂ ਦਿੱਲੀ ਵਿੱਚ ਰਹਿਣ ਲੱਗ ਪਏ ਸੀਗੇ। ਅਤੇ ਕੇਸੀ ਲਲਿਤ ਮਾਖਣ ਜਿਹੜਾ ਸੀਗਾ ਉਹ ਸਾਡੇ ਤੋਂ 3 ਕਿਲੋਮੀਟਰ ਦੂਰ 'ਤੇ ਰਹਿੰਦਾ ਹੁੰਦਾ ਸੀਗਾ, ਜਿਹੜੀ ਮਤਲਬ ਦਿੱਲੀ ਦੀ ਜਿੰਨੀ ਵੀ CID ਸੀਗੀ ਉਹ ਸੁਰਜੀਤ ਨੇ ਇਹਨਾਂ ਨੂੰ ਲਿਆ ਕੇ ਦਿੱਤੀ, ਕਿਉਂਕਿ ਸੁਰਜੀਤ ਸ਼ੁਰੂ ਤੋਂ ਹੀ ਜਦੋਂ ਮਤਲਬ ਹਮਲਾ ਹੋਇਆ ਸੀ ਨਾ ਉਹਦੇ ਮਨ ਦੇ ਵਿੱਚ ਇਹ ਹੋ ਗਿਆ ਸੀਗਾ ਵੀ ਮੈਂ ਮਤਲਬ ਛੱਡਣੇ ਨਹੀਂ ਇਹਨਾਂ ਨੂੰ, ਕਿਉਂਕਿ ਸਕੂਲ ਦੇ ਵਿੱਚ ਵੀ ਸਾਡੇ ਕੋਈ ਗੱਲ ਹੋਈ ਸੀ ਅਤੇ ਇਹਨੇ ਤਿਰੰਗਾ ਜਿਹੜਾ ਸੀਗਾ ਉਹਦੀ ਬਜਾਏ ਆਪਣਾ ਖਾਲਿਸਤਾਨ ਦਾ ਝੰਡਾ ਲਹਿਰਾਇਆ ਸੀਗਾ ਵੀ ਨਹੀਂ, ਅਤੇ ਕਾਫੀ ਸਕੂਲ ਦੇ ਵਿੱਚ ਚਰਚਾ ਵੀ ਹੋਈ ਸੀ ਉਸ ਟਾਈਮ 'ਤੇ ਇਹਦੀ ਵੀ ਇਹਨੇ ਇਹ ਕੰਮ ਕੀਤਾ ਵਾ। ਇਹ ਉਦੋਂ ਤੋਂ ਹੀ ਸਰਗਰਮ ਹੋ ਗਿਆ ਸੀ, ਜਦੋਂ 84 ਦਾ ਇੱਥੇ ਹੋਇਆ ਸੀ, 84 ਦੇ ਦੰਗੇ ਹੋਏ ਸੀਗੇ ਉਦੋਂ ਵੀ ਕਾਫੀ ਸਰਗਰਮ ਰਿਹਾ, ਜਿੱਦਣ ਇੰਦਰਾ ਮਾਰਦੇ ਆ ਮਾਰੀ ਆ ਉਦਣ ਵੀ ਇਹ ਸਫਤਰਜੰਗ ਸੀ, ਅਤੇ ਜਿੱਦਣ ਉੱਥੋਂ ਨਿਕਲ ਕੇ ਆਉਂਦਾ ਹੈ ਪਹਿਲਾਂ ਤਾਂ ਸਾਨੂੰ ਆਉਂਦਿਆਂ ਵੀ ਇਹ ਮਥਰਾ ਸਿੰਘ ਕੇ ਸੀ ਸ਼ਰਮਾ ਇਹ ਦੋਨੋਂ ਸਾਡੇ ਘਰ ਸੀ ਉਸ ਟਾਈਮ 'ਤੇ, ਅਤੇ ਇਹਨਾਂ ਨੇ ਕੀ ਕੀਤਾ ਵੀ ਤੁਹਾਨੂੰ ਪਤਾ ਹੀ ਆ ਉਸ ਟਾਈਮ 'ਤੇ ਇਹਨਾਂ ਨੇ ਇੰਦਰਾ ਜਿੱਦਣ ਮਰਦੀ ਉਸ ਦਿਨ ਕਾਫੀ ਅੱਗਾਂ ਲਾਈਆਂ ਕਈ ਕੁਛ ਕੀਤਾ ਇਹਨਾਂ ਨੇ, ਤੇ ਇਹ ਇਹਨਾਂ ਨੇ ਆਣ ਕੇ ਕਿਹਾ ਵੀ ਜੇ ਸਾਡੇ ਵੱਲ ਕੋਈ ਆਇਆ ਤੇ ਅਸੀਂ ਨਹੀਂ ਗਏ ਜਿੰਦੇ ਛੱਡਾਂ ਜਿਹੜੀਆਂ ਹਿੰਦੂ ਭੀੜਾਂ ਨੇ ਲਾਈਆਂ, ਹਾਂ ਹਿੰਦੂ ਭੀੜਾਂ ਨੇ ਲਾਈਆਂ ਇਹਨਾਂ ਨੂੰ ਇਹ ਸੀ ਵੀ ਕਿਉਂਕਿ ਰਸਤੇ 'ਚੋਂ ਨਿਕਲਦੇ ਆਉਂਦੇ ਸੀ ਵੇਖਦੇ ਆਉਂਦੇ ਸੀਗੇ ਇਹਨਾਂ ਸੀ ਵੀ ਪਹੁੰਚ ਗਏ ਸੀਗੇ ਘਰ ਸੁਰਜੀਤ ਪਹੁੰਚ ਗਿਆ ਸੀ, ਕਿਉਂਕਿ ਇਹਨੇ ਆਣ ਕੇ ਦੱਸਿਆ ਵੀ ਇੰਦਰਾ ਮਾਰੀ ਗਈ, ਕਿਉਂਕਿ ਇੰਦਰਾ ਨੂੰ ਸਫਤਰਜੰਗ ਲੈ ਕੇ ਗਏ ਸੀਗੇ ਹੋਸਪਿਟਲ ਦੇ ਵਿੱਚ। ਮੈਂ ਇਹ ਵੀ ਸੁਣਿਆ ਕਿ ਜਦੋਂ ਭਾਈ ਸੁਰਜੀਤ ਸਿੰਘ ਪਿੰਟਾ ਪੜ੍ਹ ਰਹੇ ਸਨ ਉਹਨਾਂ ਦਿਨਾਂ 'ਚ ਸਕੂਲ ਦੇ ਵਿਦਿਆਰਥੀ ਸਨ ਸ਼ਾਇਦ, ਹਾਂਜੀ ਪਲੱਸ ਟੂ ਦੇ ਵਿੱਚ ਸੀਗਾ, ਇਹ ਭੀੜਾਂ ਦਾ ਕੋਈ ਟਾਕਰਾ ਕਰਦੇ ਵੀ ਆਏ ਇਹੀ ਗੱਲ ਵੀ ਹੋਈ, ਹਾਂਜੀ ਹਾਂਜੀ ਸ਼ਾਇਦ ਹਾਕੀ ਸੀ ਕੋਲ ਮੈਂ ਗੱਲਾਂ ਸੁਣੀਆਂ ਜੀ, ਹਾਕੀ ਦੇਖੋ ਮਤਲਬ ਇੱਕ ਤੇ ਐਥਲੀਟ ਸੀਗਾ ਇੱਕ ਹਾਕੀ ਦਾ ਪਲੇਅਰ ਸੀਗਾ, ਇਹ ਦੋਨੋਂ ਮਤਲਬ ਖੇਡਾਂ ਖੇਡਦਾ ਹੁੰਦਾ ਸੀਗਾ, ਇਹ ਉਸ ਦਿਨ ਵੀ ਮਤਲਬ ਗਰਾਊਂਡ ਦੇ ਵਿੱਚੋਂ ਆਇਆ ਸਫਤਰਜੰਗ ਦੀ ਗਰਾਊਂਡ ਦੇ ਵਿੱਚ ਸੀਗਾ ਜਿਸ ਦਿਨ ਇੰਦਰਾ ਮਰਦੀ ਹੈ, ਉੱਥੋਂ ਨਿਕਲ ਕੇ ਆਇਆ ਅਤੇ ਇਹਨੇ ਆਣ ਕੇ ਹੀ ਦੱਸਿਆ ਵੀ ਇੰਦਰਾ ਮਰ ਗਈ ਜੀ, ਅਤੇ ਉਹ ਉਦਣ ਫਿਰ ਜਿੱਦਣ ਇਹ ਸਾਡੇ ਆਲੇ ਦੁਆਲੇ ਜਿਹੜਾ ਸੀਗਾ ਥੋੜ੍ਹਾ ਬਚਾ ਰਿਹਾ ਸੀਗਾ, ਕਿਉਂਕਿ ਸਾਡੇ ਮਤਲਬ ਜ਼ਿਆਦਾ ਹਿੰਦੂ ਲੋਕ ਸੀ, ਪੰਜਾਬੀ ਬਹੁਤ ਘੱਟ ਸੀ, ਜ਼ਿਆਦਾ ਨਹੀਂ ਸੀਗੇ, ਥੋੜ੍ਹੀਆਂ ਮਤਲਬ ਬਾਹਰ ਜਿਹੜੀਆਂ ਬੱਸਾਂ ਜਿਹੜੀਆਂ ਉਹਨਾਂ ਨੇ ਸਾੜੀਆਂ ਸੀਗੀਆਂ, ਅਤੇ ਗੋਬਿੰਦਪੁਰੀ ਦੇ ਅੰਦਰ ਨਹੀਂ ਸੀ ਐਂਟਰ ਕੀਤੇ, ਕਿਉਂਕਿ ਇਹ ਕਹਿੰਦੇ ਜੇ ਗੋਬਿੰਦਪੁਰੀ ਦੇ ਅੰਦਰ ਐਂਟਰ ਕਰ ਗਏ ਤਾਂ ਅਸੀਂ ਨਹੀਂ ਗਏ ਛੱਡਣੇ। ਇਹਨਾਂ ਨੇ ਕੀ ਕੀਤਾ ਵੀ ਉੱਤੇ ਇੱਟਾਂ ਜੋ ਵੀ ਸੀਗਾ ਇਹਨਾਂ ਦੇ ਕੋਲ ਮਤਲਬ ਹਥਿਆਰ ਵਗੈਰਾ ਜੋ ਵੀ ਸੀ ਇਹਨਾਂ ਨੇ ਆਪਣੇ ਕੋਲ ਉੱਪਰ ਰੱਖ ਲਏ ਸੀ ਵੀ ਜਿਹੜਾ ਵੀ ਕੋਈ ਸਾਡੇ ਵੱਲ ਆਇਆ ਅਸੀਂ ਇਹਨਾਂ ਨੂੰ ਜਿੰਦੇ ਨਹੀਂ ਜਾਣ ਦੇਣਾ। ਜਿਹੜੀਆਂ ਸਾਡੀ ਗਲੀ ਦੀਆਂ ਕੁੜੀਆਂ ਸੀਗੀਆਂ ਸਾਨੂੰ ਕੀ ਕੀਤਾ, ਸਾਡੇ ਨਾਲ ਗੁਆਂਢੀ ਸੀਗੇ ਉਹ ਮੁਸਲਮਾਨ ਸੀਗੇ, ਮੁਸਲਮਾਨਾਂ ਦਾ ਇੱਕ ਕਮਰਾ ਲੈ ਕੇ ਉਹਦੇ ਵਿੱਚ ਬੰਦ ਕਰਕੇ ਅਤੇ ਬਾਹਰੋਂ ਲੋਕ ਲਾ ਦਿੱਤਾ, ਕਹਿੰਦੇ ਜੇ ਸਾਡੇ ਵੱਲ ਆਏ ਪਹਿਲਾਂ ਤਾਂ ਇਹਨਾਂ ਨੂੰ ਮਾਰਨਾ ਕੁੜੀਆਂ ਨੂੰ, ਫਿਰ ਹੋਰ ਕੰਮ ਕਰਨਾ ਸੀ, ਇਹਨਾਂ ਵੱਲ ਨਹੀਂ ਕਿਸੇ ਨੂੰ ਵੀ ਮਤਲਬ ਅੱਖ ਚੱਕਣ ਦੇਣੀ ਜਿਹੜੀ ਮਤਲਬ ਜਿੱਥੋਂ ਤੱਕ ਹੋਈ। ਉਸ ਤੋਂ ਬਾਅਦ ਤੁਹਾਨੂੰ ਪਤਾ ਵੈਦਿਆ ਲਲਿਤ ਮਾਖਣ ਮਾਰਿਆ, ਅਰਜਨ ਦਾਸ ਮਾਰਿਆ, ਇਹ ਸਾਰੇ ਦੇ ਵਿੱਚ ਪਿੰਟੇ ਦਾ ਪੂਰਾ ਰੋਲ ਸੀਗਾ, ਉਹ ਖੇਤਰੀ ਸਿੰਘ ਸਨ, ਦਿੱਲੀ ਦੇ ਵਾਸੀ ਸਨ ਤੇ ਜਾਣਕਾਰੀ ਰੱਖਦਾ ਸੀ, ਕਿਉਂਕਿ ਇਹਨੂੰ ਮਤਲਬ ਹਰ ਚੱਪੇ ਚੱਪੇ ਦਾ ਪਤਾ, ਜਿਹੜੇ ਇਹ ਮਾਰੇ ਸੀ ਸਾਡੇ ਆਲੇ ਦੁਆਲੇ ਦੇ ਹੀ ਸੀਗੇ ਜਿਹੜੇ ਸੀਗੇ, ਕਿਉਂਕਿ ਜਦੋਂ ਇੰਦਰਾ ਮਾਰੀ ਹੈ ਇਹਨਾਂ ਲੋਕਾਂ ਦਾ ਕਾਫੀ ਰੋਲ ਸੀਗਾ,
ਉਦੋਂ ਇਹਨਾਂ ਲੋਕਾਂ ਨੇ ਹੀ ਸਾਰਾ ਕੁਛ ਕਰਵਾਇਆ ਸੀ ਤੇ ਇਹਨਾਂ ਨੇ ਮਤਲਬ ਬਿਆਨਬਾਜ਼ੀ ਇਸੋ ਜਿਹੀ ਕੀਤੀ ਵੀ ਸਾਹਮਣੇ ਆ ਗਏ ਸੀ। ਤੇ ਉਸ ਤੋਂ ਬਾਅਦ ਜਿੱਦਣ ਵੈਦਿਆਂ ਨੂੰ ਮਾਰਿਆ ਵਾ, ਵੈਦਿਆ ਵੀ ਜਿੱਦਣ ਮਾਰਦੇ ਆ ਉਦਣ ਵੀ ਸਾਡੇ ਘਰ ਤੋਂ ਹੀ ਨਿਕਲਦੇ ਆ ਵੀ ਇਹ ਮਤਲਬ ਸੁਖਦੇਵ ਸਿੰਘ ਇਹ ਤੇ ਵੀਰ ਜੀ ਬਿੱਟੂ ਸੁਖਦੇਵ ਸਿੰਘ ਆਇਆ ਜਿਹੜਾ ਲਾਸਟ ਦਿਨ ਸੀਗਾ ਉਹ ਦੋਨੋਂ ਇਹੀ ਆਏ। ਉਹ ਤੋਂ ਬਾਅਦ ਇੰਦਰਾ ਜਿਹੜਾ ਵੈਦਿਆ ਨੂੰ ਮਾਰਿਆ ਵਾ, ਵੈਦਿਆ ਤੋਂ ਮਾਰਨ ਤੋਂ ਬਾਅਦ ਮਤਲਬ ਸਾਡੇ ਘਰ ਪੁਲਿਸ ਆਈ ਆ। ਪੁਲਿਸ ਆਈ ਤੇ ਉਹਨਾਂ ਨੇ ਸੁਰਜੀਤ ਦਾ ਹੀ ਪੁੱਛਿਆ ਵੀ ਸੁਰਜੀਤ ਕਿੱਥੇ ਆ, ਤੇ ਅਸੀਂ ਮਤਲਬ ਉਸ ਟਾਈਮ ਤੇ ਇਹ ਘਰ ਨਹੀਂ ਸੀਗਾ ਤੇ ਮੰਮੀ ਨੂੰ ਤੇ ਡੈਡੀ ਨੂੰ ਤੇ ਮੇਰੇ ਨਾਨਾ ਜੀ ਨੂੰ ਫੜ ਕੇ ਲੈ ਗਏ ਘਰੋਂ। ਉਸ ਦਿਨ ਪਹਿਲਾਂ ਮੇਰੇ ਮੰਮੀ ਨੂੰ ਤੇ ਮੇਰੇ ਨਾਨਾ ਜੀ ਨੂੰ ਘਰੋਂ ਚੁੱਕਿਆ, ਉਸ ਤੋਂ ਬਾਅਦ ਮੇਰੇ ਡੈਡੀ ਦੇ ਉਹ ਮਤਲਬ ਗਏ ਦਫ਼ਤਰ, ਉੱਥੋਂ ਜਾ ਕੇ ਉਹਨਾਂ ਨੂੰ ਚੁੱਕਿਆ ਵਾ। ਫਿਰ ਉਹਨਾਂ ਨੂੰ ਕਾਫ਼ੀ ਮਤਲਬ ਦੋ ਤਿੰਨ ਰਾਤਾਂ ਜਿਹੜਾ ਇਹਨਾਂ ਨੇ ਰੱਖਿਆ, ਦੋ ਤਿੰਨ ਰਾਤਾਂ ਤੋਂ ਬਾਅਦ ਜਦੋਂ ਨਹੀਂ ਇਹਨਾਂ ਨੇ ਕੁਛ ਵੀ ਦੱਸਿਆ ਤੇ ਮੇਰੇ ਮੰਮੀ ਜਿਹੜੇ ਸੀਗੇ ਇਹਨਾਂ ਨੇ ਕੀ ਕੀਤਾ ਵੀ ਇਹਨਾਂ ਦੇ ਪੱਟਾਂ ਦੇ ਉੱਤੇ ਰੂਲਾ ਚਲਾਇਆ, ਦੋ ਜਿਹੜੇ ਸਿਪਾਹੀ ਸੀਗੇ ਉਹਨਾਂ ਨੇ, ਹਾਂ ਦਿੱਲੀ ਪੁਲਿਸ ਕ੍ਰਾਈਮ ਬ੍ਰਾਂਚ ਵਾਲੇ ਸੀਗੇ, ਉਹਨਾਂ ਨੇ ਨਾ ਇਹਨਾਂ ਦੇ ਉੱਤੇ ਰੂਲਾ ਚਲਾਇਆ। ਤੇ ਫਿਰ ਮੰਮੀ ਨੇ ਦੱਸਿਆ ਵੀ ਹਾਂ ਮੇਰਾ ਭਰਾ ਲੱਗਦਾ ਜਿੰਦਾ, ਉਸ ਟਾਈਮ ਤੇ ਵੀ ਜਿਹੜਾ ਜਿੰਦਾ ਜਿਹਨੂੰ ਕਹਿੰਦੇ ਆ ਉਹ ਮੇਰਾ ਬ੍ਰਦਰ ਆ। ਤੇ ਮੇਰੇ ਡੈਡੀ ਨੂੰ ਤਿੰਨ ਰਾਤਾਂ ਇਹਨਾਂ ਨੇ ਕੀ ਕੀਤਾ ਵੀ ਖੜੇ ਰੱਖਿਆ, ਨਾ ਸੌਣ ਦਿੱਤਾ ਨਾ ਬਹਿਣ ਦਿੱਤਾ, ਪਰ ਡੈਡੀ ਦੇ ਉੱਤੇ ਇੰਨਾ ਨਹੀਂ ਸੀ ਕਰਦੇ ਪਏ ਤਸ਼ੱਦਦ ਜਿੰਨਾ ਕਿ ਮੰਮੀ ਦੇ ਉੱਤੇ ਕਰਦੇ ਪਏ, ਕਿਉਂਕਿ ਕਹਿੰਦੇ ਵੀ ਇਹ ਜਿਹੜੀ ਆ ਇਹ ਮਤਲਬ ਮੁੱਢ ਆ ਵੀ ਇਹਦੇ ਭਰਾ ਵਾ ਜਿਹੜੇ ਆ ਮਤਲਬ ਇਸ ਲਾਈਨ ਦੇ ਵਿੱਚ ਆ, ਜਿਹੜੇ ਸਵਰਨ ਸਿੰਘ ਆ ਉਹਦੇ ਮਤਲਬ ਭਰਾ ਨਹੀਂ ਗਏ, ਉਹਦਾ ਪਰਿਵਾਰ ਤਾਂ ਸਾਰਾ ਪੁਲਿਸ 'ਚ ਆ, ਕਿਉਂਕਿ ਮੇਰੇ ਡੈਡੀ ਦੇ ਜਿਹੜੇ ਪਿਛਲੇ ਮਤਲਬ ਹੈਗੇ ਤਾਏ ਚਾਚੇ ਉਹ ਸਾਰੇ ਪੁਲਿਸ 'ਚ ਸੀ। ਇਹ ਨਹੀਂ ਗਾ ਰੋਲ ਜਿੰਨਾ, ਕਿਉਂਕਿ ਉਹ ਮੇਰੇ ਡੈਡੀ ਕਹਿੰਦੇ ਸੀ ਮੈਂ ਘਰ ਵੀ ਘੱਟ ਰਹਿੰਦਾ ਤੇ ਮੈਂ ਬਾਹਰ ਜ਼ਿਆਦਾ ਰਹਿੰਦਾ, ਤੇ ਉਹ ਕਹਿੰਦੇ ਜੋ ਕੁਛ ਵੀ ਹੈ ਇਹ ਮਹਿੰਦਰ ਕੌਰ ਕੋਲ ਮਿਲਣਾ ਸੀ। ਤੇ ਇਹਨਾਂ ਨੂੰ ਕਾਫ਼ੀ ਤਸ਼ੱਦਦ ਕਰਨ ਤੋਂ ਬਾਅਦ ਤੇ ਤੀਸਰੇ ਕਿਤੇ ਨਾਨਕ ਚੌਥੇ ਕਿਤੇ ਨਾਨਕੇ ਤੇ ਮੈਨੂੰ ਲੈ ਕੇ ਗਏ ਘਰੋਂ। ਤੇ ਜਦੋਂ ਕ੍ਰਾਈਮ ਬ੍ਰਾਂਚ ਵਾਲੇ ਮੈਨੂੰ ਲੈ ਕੇ ਗਏ ਤੇ ਉਹਨਾਂ ਨੇ ਪੁੱਛਿਆ ਵੀ ਤੁਸੀਂ ਦੱਸੋ ਮੈਨੂੰ, ਕਹਿੰਦੇ ਵੀ ਦੱਸ ਬੇਟਾ ਤੁਹਾਡੇ ਘਰ ਕੋਈ ਆਉਂਦਾ ਹੁੰਦਾ ਸੀਗਾ? ਮੈਂ ਕਿਹਾ ਨਹੀਂ ਸਾਡੇ ਘਰ ਕੋਈ ਵੀ ਨਹੀਂ ਸੀ ਆਉਂਦਾ, ਕਿਉਂਕਿ ਸਾਨੂੰ ਪੱਕਿਆਂ ਕੀਤਾ ਹੋਇਆ ਵੀ ਤੁਸੀਂ ਦੱਸਣਾ ਨਹੀਂ ਕੁਛ ਵੀ ਜੋ ਮਰਜ਼ੀ ਹੋ ਜਾਵੇ। ਮੈਂ ਕਿਹਾ ਸਾਡੇ ਘਰ ਕੁਛ ਵੀ ਨਹੀਂ, ਕੋਈ ਵੀ ਨਹੀਂ ਸੀ ਆਉਂਦਾ ਹੁੰਦਾ। ਤੇ ਨਹੀਂ ਤੇਰੇ ਜਿਹੜੇ ਤੇਰੀ ਮੰਮੀ ਆ ਉਹਨੇ ਦੱਸਤਾ ਸਾਨੂੰ ਸਾਰਾ ਕੁਛ ਵੀ ਜੋ ਕੁਛ ਵੀ ਸੀਗਾ, ਤੇਰੇ ਮਾਮੇ ਆਉਂਦੇ ਹੁੰਦੇ ਸੀ ਘਰ। ਮੈਂ ਕਿਹਾ ਮੈਨੂੰ ਤਾਂ ਪਤਾ ਨਹੀਂ ਗਾ ਮੇਰੇ ਮਾਮੇ ਆਉਂਦੇ ਹੁੰਦੇ ਸੀਗੇ। ਫਿਰ ਮੇਰੀ ਮੰਮੀ ਕੋਲ ਮੈਨੂੰ ਲੈ ਕੇ ਗਏ ਤੇ ਮੇਰੀ ਮੰਮੀ ਨੇ ਕਿਹਾ ਵੀ ਹਾਂ ਮੇਰੇ ਕੋਲੋਂ ਪੁੱਛਿਆ ਤੇ ਮੈਂ ਦੱਸਿਆ ਵੀ ਮੇਰੇ ਭਰਾ ਸੀਗੇ, ਕੋਈ ਨਹੀਂ ਤੂੰ ਦੱਸ ਦੇ। ਮੈਂ ਕਿਹਾ ਹਾਂਜੀ ਸਾਡੇ ਮਾਮਾ ਜੀ ਸੀਗੇ ਤੇ ਕਿਸ ਤਰੀਕੇ ਨਾਲ ਤੁਹਾਡੇ ਕੋਲ ਮਤਲਬ ਰਹਿੰਦੇ ਸੀਗੇ? ਤੇ ਮੈਂ ਕਿਹਾ ਸਾਨੂੰ ਨਹੀਂ ਪਤਾ ਮੇਰੇ ਮਾਮਾ ਜੀ ਸੀਗੇ ਸਾਡੇ ਤੇ ਸੀ ਵੀ ਮੇਰੇ ਕੰਮ ਕਰਦੇ ਸੀਗੇ, ਸਾਨੂੰ ਨਹੀਂ ਇਸ ਬਾਰੇ, ਮੈਨੂੰ ਨਹੀਂ ਇਸ ਬਾਰੇ ਪਤਾ। ਫਿਰ ਇਹਨਾਂ ਨੇ ਕੀ ਕੀਤਾ ਵੀ ਚੌਥੇ ਕੁ ਦਿਨ ਫਿਰ ਘਰ ਸਾਡੇ ਆਏ, ਮਤਲਬ ਦੋ ਤਿੰਨ ਦਿਨ ਛੱਡ ਕੇ ਫਿਰ ਆਏ ਵੀ ਸੁਰਜੀਤ ਨੂੰ ਲੈਣਾ ਵਾ ਘਰ ਆਣ ਕੇ। ਤੇ ਮੈਨੂੰ ਕਹਿੰਦੇ ਵੀ ਸੁਰਜੀਤ ਕਿੱਥੇ? ਮੈਂ ਕਿਹਾ ਸਾਨੂੰ ਨਹੀਂ ਪਤਾ ਕਿੱਥੇ ਆ। ਤੇ ਮੈਨੂੰ ਕਹਿੰਦੇ ਵੀ ਚੱਲ ਨਾਲ। ਮੈਂ ਕਿਹਾ ਗਿਆਨੀ ਉਹਦਾ ਛੋਟਾ ਜਿਹਾ ਸੀਗਾ, ਗਿਆਨੀ ਨਾ ਕਹਿੰਦਾ ਨਹੀਂ ਅਸੀਂ ਨਹੀਂ ਜਾਣ ਦੇਣਾ ਇਹਨੂੰ, ਸਾਡੀ ਭੈਣ ਆ ਨਹੀਂ ਜਾਣ ਦੇਣਾ। ਇਹ ਕਾਫੀ ਦੇਰ ਤੱਕ ਨਾ ਪਿੱਛੇ ਗੱਡੀ ਦੇ ਕਾਫੀ ਦੇਰ ਤੱਕ ਦੌੜਿਆ ਨਾਲ ਵੀ ਨਹੀਂ ਲੈ ਕੇ ਜਾਣਾ, ਜਿਸ ਦਿਨ ਦੀ ਗੱਲ ਮੈਂ ਦੱਸਦੀ ਪਈ ਹਾਂ ਉਸ ਦਿਨ ਦੀ ਗੱਲ ਸੀਗੀ। ਤੇ ਫਿਰ ਹਾਰ ਕੇ ਪਿਛਾਂ ਨੂੰ ਤੇ ਮੁੜਨਾ ਪੈਣਾ ਸੀ ਕਿਉਂਕਿ ਇਹ ਗੱਡੀ ਤੇ ਸੀਗੇ, ਉਹ ਪੈਦਲ ਸੀਗਾ। ਫਿਰ ਇਹਨਾਂ ਜਦੋਂ ਪੁੱਛਿਆ ਫਿਰ ਮੈਂ ਦੱਸਿਆ ਵੀ ਹਾਂ ਸਾਡੇ ਮਾਮਾ ਜੀ, ਜਦੋਂ ਮੰਮੀ ਨੇ ਦੱਸਿਆ ਵੀ ਹਾਂ ਇਹਨਾਂ ਨੂੰ ਦੱਸ ਦੇ ਕੋਈ ਗੱਲ ਨਹੀਂ। ਉਸ ਤੋਂ ਬਾਅਦ ਆਣ ਕੇ ਫਿਰ ਇਹ ਦੋ ਤਿੰਨ ਦਿਨ ਬਾਅਦ ਫਿਰ ਆਏ ਆ ਵੀ ਸੁਰਜੀਤ ਦੱਸੋ ਕਿੱਥੇ ਆ। ਤੇ ਅਸੀਂ ਕਿਹਾ ਵੀ ਸਾਨੂੰ ਨਹੀਂ ਪਤਾ ਕਿੱਥੇ ਆ, ਉਹ ਘਰ ਹੀ ਨਹੀਂ ਆਇਆ ਉਸ ਦਿਨ ਦਾ। ਫਿਰ ਜਦੋਂ ਸੁਰਜੀਤ ਨੂੰ ਪਤਾ ਲੱਗਾ ਨਾ ਵੀ ਇਹ ਕਾਫੀ ਤੰਗ ਕਰਨ ਲੱਗ ਪਿਆ ਵੀ, ਕਿਉਂਕਿ ਮੈਂ ਘਰ ਸੀਗੀ, ਗਿਆਨੀ ਘਰ ਸੀਗਾ ਤੇ ਛੋਟਾ ਰਾਜਾ ਘਰ ਸੀਗਾ, ਜਿਹੜਾ ਪਰਮਜੀਤ ਸੀਗਾ ਉਹ ਜ਼ਿਆਦਾ ਗੱਡੀ 'ਤੇ ਰਹਿੰਦਾ ਹੁੰਦਾ ਸੀ, ਉਹ ਵੀ ਪੰਜਾਬ ਆ ਗਿਆ ਸੀ ਉਸ ਟਾਈਮ 'ਤੇ। ਤੇ ਜਦੋਂ ਇਹਨੂੰ ਪਤਾ ਲੱਗਾ ਪਿੰਟੇ ਨੂੰ ਵੀ ਹਾਂ ਇਹ ਹੁਣ ਤੰਗ ਕਰਦੇ ਪਏ, ਇਹਨੇ ਕੀ ਕੀਤਾ ਵੀ ਮੈਨੂੰ ਕਾਲ ਕੀਤੀ, ਇਹਦੇ ਨਾ ਵਿਚੋਲੇ ਸੀਗੇ 13 ਨੰਬਰ ਗਲੀ 'ਚ ਰਹਿੰਦੇ, ਇਹਨੇ ਮੈਨੂੰ ਉੱਥੇ ਸੱਦਿਆ ਤੇ ਕਹਿੰਦਾ ਵੀ ਮੈਨੂੰ ਗੁੱਡੀ ਕਹਿੰਦੇ ਹੁੰਦੇ ਸੀ ਜ਼ਿਆਦਾ, ਗੁੱਡੀ ਪਤਾ ਕੀ ਕਰੀਏ ਆਪਾਂ ਨਾ ਮੈਂ ਪੇਸ਼ ਹੋ ਜਾਣਾ ਵਾ ਵੀ ਉੱਦਾਂ ਇਹਨਾਂ ਨੇ ਬੀਬੀ ਹੁਣਾਂ ਨੂੰ ਛੱਡਣਾ ਨਹੀਂ ਗਾ, ਤੇ ਆਪਾਂ ਮੈਂ ਪੇਸ਼ ਹੋਣ ਨੂੰ ਤਿਆਰ ਹਾਂ ਤੇ ਚੱਲ। ਪਹਿਲਾਂ ਅਸੀਂ ਕੀ ਕੀਤਾ ਵੀ ਇਹਦਾ ਵਿਚੋਲਾ ਸੀ ਨਾ ਉਹਦੀ ਜੀਪ 'ਤੇ ਅਸੀਂ ਗਏ, ਗੁਰਬਚਨ ਅੰਕਲ ਹੁੰਦੇ ਮੇਰੇ ਡੈਡੀ ਦੇ ਦੋਸਤ ਸੀਗੇ, ਤੇ ਉਹਨਾਂ ਨੂੰ ਨਾਲ ਲੈ ਕੇ ਤੇ ਅਸੀਂ ਸੀਸਗੰਜ ਗੁਰਦੁਆਰੇ ਜਾ ਕੇ ਮੱਥਾ ਟੇਕਿਆ ਪਹਿਲਾਂ, ਕਹਿੰਦਾ ਅੱਜ ਜੋ ਹੋ ਜੂਗਾ ਨਾ ਮੈਨੂੰ ਮਨਜ਼ੂਰ ਆ। ਫਿਰ ਇਹਨੇ ਕਾਫੀ ਤਾਰਾਂ ਵੀ ਕੀਤੀਆਂ ਵੀ ਮੈਂ ਇੱਕ ਮਤਲਬ ਚੋਟੀ ਦਾ ਖਿਡਾਰੀ ਹਾਂ, ਜੇ ਮੇਰਾ ਕੋਈ ਨੁਕਸਾਨ ਹੁੰਦਾ ਤੇ ਇਹ ਜਿਹੜੇ ਆ ਕ੍ਰਾਈਮ ਬ੍ਰਾਂਚ ਵਾਲੇ ਇਹ ਜ਼ਿੰਮੇਵਾਰ ਹੋਣਗੇ।
ਅਸੀਂ ਸਾਰਾ ਕੁਛ ਕਰਕੇ ਤੇ ਮੱਥਾ ਟੇਕ ਕੇ ਜਦੋਂ ਅਸੀਂ ਗਏ ਨਾ ਜਿੱਥੇ ਮੈਨੂੰ ਵੀ ਲੈ ਕੇ ਮੇਰੇ ਮੰਮੀ ਡੈਡੀ ਨੂੰ ਰੱਖਿਆ ਸੀ ਜਿਹੜੇ ਆਫਿਸ 'ਚ, ਉੱਥੇ ਜਦੋਂ ਅਸੀਂ ਗਏ ਤੇ ਉਹਨਾਂ ਨੂੰ ਪੁੱਛਿਆ, ਇੱਕ ਹੌਲਦਾਰ ਬਾਹਰ ਖੜਾ ਸੀਗਾ, ਅਸੀਂ ਕਿਹਾ ਵੀ ਇੱਥੇ ਸਵਰਨ ਸਿੰਘ ਤੇ ਮਹਿੰਦਰ ਕੌਰ ਸੀਗੇ, ਉਹ ਕਿੱਥੇ? ਕਹਿੰਦੇ ਉਹਨਾਂ ਨੂੰ ਤਾਂ ਜੇਲ੍ਹ ਭੇਜ ਦਿੱਤਾ ਅੱਜ। ਫਿਰ ਬੰਟਾ ਕਹਿੰਦਾ ਹੁਣ ਨਹੀਂ ਮੈਂ ਪੇਸ਼ ਹੋਣਾ, ਜੇ ਉਹਨਾਂ ਨੂੰ ਜੇਲ੍ਹ ਭੇਜਤਾ ਨਾ ਹੁਣ ਨਹੀਂ ਉਹਨਾਂ ਨੂੰ ਕੁਛ ਵੀ ਹੋਣਾ, ਗੁੱਡੀ ਆਪਾਂ ਮੈਂ ਨਹੀਂ ਪੇਸ਼ ਹੋਣਾ। ਉਹ ਕੀ ਕੀਤਾ, ਉਹਨੇ ਪੰਜਾਬ ਆ ਗਿਆ। ਉਸ ਤੋਂ ਬਾਅਦ ਪੰਜਾਬ ਆਉਣ ਤੋਂ ਬਾਅਦ ਫਿਰ ਉਹਨੇ ਕੀ ਕੀਤਾ, ਮਹੀਨੇ ਕੁ ਬਾਅਦ ਸਾਨੂੰ ਵੀ ਉਹਨੇ ਉੱਥੇ ਪੰਜਾਬ ਸੱਦ ਲਿਆ। ਸਾਰਾ ਸਮਾਨ ਅਸੀਂ ਮਤਲਬ ਟਰੱਕ ਦੇ ਉੱਤੇ ਲੈ ਕੇ ਆਏ ਦਿੱਲੀਓਂ। ਦਿੱਲੀ ਸਾਡਾ ਆਪਣਾ ਘਰ ਆ, ਮਤਲਬ ਅਸੀਂ ਪੜ੍ਹੇ ਵੀ ਦਿੱਲੀ ਹਾਂ, ਜੰਮੇ ਵੀ ਅਸੀਂ ਦਿੱਲੀ ਸੀਗੇ। ਅਤੇ ਉੱਥੋਂ ਜਦੋਂ ਅਸੀਂ ਵਾਪਸੀ 'ਤੇ ਆਏ ਹਾਂ ਅਤੇ ਸਾਨੂੰ ਛੱਜਲ ਵੱਡੀ ਛੱਡ ਕੇ, ਅਤੇ ਇਹ ਤਾਂ ਮਤਲਬ ਭਗੌੜਾ ਹੋ ਚੁੱਕਿਆ ਸੀਗਾ, ਇਹਨੇ ਤਾਂ ਬਾਬੇ ਮਾਨੋ ਚੱਲ ਦਾ ਜਿਹੜਾ ਗਰੁੱਪ ਸੀਗਾ ਉਹ ਜੁਆਇਨ ਕਰ ਲਿਆ ਸੀਗਾ। ਅਤੇ ਉੱਥੇ ਮਤਲਬ ਇਹ ਸੀ ਵੀ ਆਣ ਕੇ ਪਤਾ ਲੈਂਦਾ ਰਹਿੰਦਾ ਹੁੰਦਾ ਸੀਗਾ। ਇੱਕ ਵਾਰੀ ਸਾਡੇ ਘਰ ਆਈ ਪੁਲਿਸ ਅਤੇ ਇਹੀ ਪੈਂਟੇ ਦਾ ਪੁੱਛਣ, ਅਤੇ ਗਿਆਨੀ ਨੂੰ ਲੈ ਕੇ ਚੱਲੇ ਸਾਡੇ ਨੂੰ। ਛੋਟਾ ਸੀਗਾ, ਛੋਟੇ ਸੀਗੇ ਉਦੋਂ, ਉਮਰ ਛੋਟੀ ਸੀਗੀ ਗਿਆਨੀ ਦੀ ਵੀ। ਅਤੇ ਮੈਂ ਕਿਹਾ ਵੀ ਜਿੱਦਾਂ ਦਾ ਤੁਸੀਂ ਲੈ ਕੇ ਚੱਲੇ ਉੱਦਾਂ ਦਾ ਤੁਹਾਨੂੰ ਦੇ ਕੇ ਜਾਣਾ, ਨਹੀਂ ਤਾਂ ਤੁਹਾਡਾ ਉੱਤੇ ਰਹਿਣਾ ਕੁਛ ਨਹੀਂ ਗਾ। ਅਤੇ ਉਹ ਮੇਰੇ ਤਾਇਆ ਜੀ ਨੂੰ ਕਹਿੰਦਾ ਵੀ ਤੁਹਾਡੇ ਜਿਹੜੇ ਬੱਚੇ ਆ ਉਹ ਮਤਲਬ ਇਸ ਤਰੀਕੇ ਨਾਲ ਬੋਲਦੇ ਆ, ਅਤੇ ਵੀ ਜਿੱਦਾਂ ਦਾ ਲੈ ਕੇ ਚੱਲੇ ਉੱਦਾਂ ਦਾ ਦੇ ਕੇ ਜਾਣਾ ਪੈਣਾ ਤੁਹਾਨੂੰ ਜੇ ਕੋਈ ਨੁਕਸਾਨ ਹੋਇਆ। ਅਤੇ ਮਤਲਬ ਉਸ ਟਾਈਮ 'ਤੇ ਸਾਡੇ ਮਨਾਂ 'ਚ ਕੋਈ ਡਰ ਨਹੀਂ ਸੀ, ਕੋਈ ਭੈ ਨਹੀਂ ਸੀਗਾ ਵੀ ਸਾਨੂੰ ਕੁਛ ਹੋ ਜਾਣਾ ਜਾਂ ਕਿੱਦਾਂ ਵੀ ਸੀ। ਮਤਲਬ ਕਾਫੀ ਦਲੇਰੀ ਸੀ ਉਸ ਟਾਈਮ 'ਤੇ ਸਾਡੇ ਮਨਾਂ 'ਚ, ਦਲੇਰੀ ਤਾਂ ਵੈਸੇ ਹੁਣ ਵੀ ਹੈਗੀ ਐਡੀ ਗੱਲ ਨਹੀਂ, ਅਤੇ ਉਸ ਟਾਈਮ 'ਤੇ ਕਾਫੀ ਸੀ ਜਿੱਦਾਂ ਵੀ ਸਾਡੇ 'ਚ ਮਤਲਬ ਖੂਨ ਖੋਲਦਾ ਸੀ ਵੀ ਨਹੀਂ ਅਸੀਂ ਇੱਦਾਂ ਨਹੀਂ, ਇੱਦਾਂ ਕਰਨਾ ਹੀ ਕਰਨਾ। ਤੁਸੀਂ ਗੱਲਾਂ ਨੂੰ ਫੇਸ ਕਰਨਾ ਸਿੱਖ ਲਿਆ? ਸਿੱਖ ਲਿਆ ਸੀਗਾ। ਮਤਲਬ ਡਰ ਤਾਂ ਮਤਲਬ ਨਹੀਂ ਲੱਗਾ, ਮੈਂ ਐਵੇਂ ਕਹਾਂ ਵੀ ਸਾਨੂੰ ਡਰ ਲੱਗਾ, ਨਹੀਂ ਲੱਗਾ ਉਸ ਟਾਈਮ 'ਤੇ, ਬਿਲਕੁਲ ਨਹੀਂ ਡਰੇ ਅਸੀਂ। ਅਤੇ ਉਸ ਤੋਂ ਬਾਅਦ ਅਸੀਂ ਪਿੰਡ ਰਹਿਣਾ ਸ਼ੁਰੂ ਕਰ ਦਿੱਤਾ, ਅਤੇ ਪੁਲਿਸ ਕਾਫੀ ਤੰਗ ਕਰਨ ਲੱਗ ਪਈ ਸੀ, ਅਤੇ ਫਿਰ ਸਾਨੂੰ ਵੀ ਮਤਲਬ ਭਗੌੜੇ ਹੋਣਾ ਪਿਆ। ਅਸੀਂ ਵੀ ਉੱਥੋਂ ਨਿਕਲ ਆਏ ਪਿੰਡੋਂ, ਅਤੇ ਮੇਰੇ ਦਾਦਾ ਜੀ ਇਕੱਲੇ ਪਿੰਡ ਰਹਿੰਦੇ ਸੀਗੇ, ਅਤੇ ਅਸੀਂ ਜਿਸ ਤਰ੍ਹਾਂ ਸੁਰਜੀਤ ਨੂੰ ਜਾਂ ਪਰਮਜੀਤ ਜਿਹੜਾ ਵੱਡਾ ਬ੍ਰਦਰ ਸੀ ਉਹ ਵੀ ਆ ਗਿਆ ਸੀਗਾ, ਅਸੀਂ ਬਾਹਰ ਇੱਕ ਦੂਜੇ ਨੂੰ ਮਿਲਣਾ, ਅਤੇ ਮਤਲਬ ਇਸ ਤਰੀਕੇ ਨਾਲ ਚੱਲਦਾ ਗਿਆ ਦੌਰ। ਅਤੇ ਜਦੋਂ ਮਤਲਬ ਸੁਰਜੀਤ ਬਲੈਕ ਥੰਡਰ ਹੋਇਆ, ਉਸ ਤੋਂ ਪਹਿਲਾਂ ਮੇਰੀ ਮੈਰਿਜ ਹੋਈ ਆ 5 ਅਪ੍ਰੈਲ ਨੂੰ 1988 ਨੂੰ। ਅਤੇ ਉਸ ਤੋਂ ਮਤਲਬ 25 ਅਪ੍ਰੈਲ ਨੂੰ ਮੇਰੀ ਮੈਰਿਜ ਹੋਈ ਹੈ, ਅਤੇ 9 ਅਪ੍ਰੈਲ ਨੂੰ ਜਿੱਦਣ 9 ਮਈ ਨੂੰ ਅਟੈਕ ਹੋਇਆ ਵਾ ਦਰਬਾਰ ਸਾਹਿਬ ਦੇ ਵਿੱਚ। ਅਤੇ ਉਸ ਤੋਂ ਬਾਅਦ 15 ਨੂੰ ਅਸੀਂ ਬਾਹਰ ਆਏ ਹਾਂ, ਅਤੇ ਮੈਨੂੰ ਸੰਗਰੂਰ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਵਾ, ਅਤੇ ਚੰਚਲ ਸਿੰਘ ਨੂੰ ਅੰਮ੍ਰਿਤਸਰ ਦੀ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ। ਮੈਂ ਥੋੜ੍ਹਾ ਜਿਹਾ ਵਿਸਥਾਰ ਕਰਦਿਆਂ ਗੱਲ ਦਾ, ਜਿਹੜੇ ਸਾਨੂੰ ਸਾਡੀ ਗੱਲਬਾਤ ਨੂੰ ਸੁਣ ਰਹੇ ਆ ਦਰਸ਼ਕ ਸਰੋਤੇ, ਮੈਂ ਸਰ ਉਹਨਾਂ ਤੱਕ ਦੱਸਾਂ ਕਿ ਜੂਨ 1984 ਦਾ ਜਿਹੜਾ ਹਮਲਾ ਵਾ ਉਹ ਦਰਬਾਰ ਸਾਹਿਬ ਦੇ ਉੱਤੇ ਹੋਇਆ। 4 ਜੂਨ 1984 ਨੂੰ ਦਰਬਾਰ ਸਾਹਿਬ ਵਾਲੇ ਪਾਸੇ ਨੂੰ ਪਹਿਲਾ ਗੋਲਾ ਜਿਹੜਾ ਵਾ ਉਹ ਦਾਗਿਆ ਗਿਆ। ਇਹ ਪਹਿਲਾ ਹਮਲਾ ਵਾ 1947 ਤੋਂ ਬਾਅਦ, ਇੱਕ 55 ਦਾ ਹਮਲਾ, ਇੱਕ 84 ਦਾ ਹਮਲਾ। ਇਸ ਤੋਂ ਬਾਅਦ ਇੱਕ ਹਮਲਾ ਉਦੋਂ ਹੁੰਦਾ ਜਦੋਂ 29 ਅਪ੍ਰੈਲ 1986 ਨੂੰ ਪੰਥਕ ਕਮੇਟੀ ਖਾਲਿਸਤਾਨ ਦਾ ਐਲਾਨ ਕਰ ਦਿੰਦੀ ਆ, ਅਤੇ ਉਹ ਸਿੰਘ ਉੱਥੋਂ ਚਾਲੇ ਪਾ ਦਿੰਦੇ ਆ। 30 ਅਪ੍ਰੈਲ ਅਤੇ 1 ਮਈ ਦੇ ਵਿਚਾਲੇ ਜਿਹੜਾ ਵਾ ਬਲੈਕ ਥੰਡਰ 1 ਨਾਂ ਦਾ ਆਪਰੇਸ਼ਨ ਸਰਕਾਰ ਵੱਲੋਂ ਰਾਜੀਵ ਗਾਂਧੀ ਦੇ ਕਹਿਣ 'ਤੇ, ਮੌਕੇ ਦੀ ਬਰਨਾਲਾ ਸਰਕਾਰ ਕਰਦੀ ਹੈ। ਇਸ ਤੋਂ ਬਾਅਦ ਪੰਜਾਬ ਦੇ ਵਿੱਚ 1987 ਦੇ ਵਿੱਚ, ਮਈ 1987 ਵਿੱਚ ਜਿਹੜੀ ਬਰਨਾਲੇ ਦੀ ਸਰਕਾਰ ਆ ਉਹ ਤੋੜ ਦਿੱਤੀ ਜਾਂਦੀ ਆ, ਉਸ 'ਤੇ ਕੁਝ ਬੰਦੇ ਉੱਤੋਂ ਵੱਖ ਹੋ ਜਾਂਦੇ ਆ। ਅਤੇ ਇੱਕ ਹੋਰ ਹਮਲਾ ਜਿਹੜਾ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ 3 ਨੰਬਰ 'ਤੇ ਆ, ਉਹਦਾ ਨਾਮ ਰੱਖਿਆ ਗਿਆ ਆਪਰੇਸ਼ਨ ਬਲੈਕ ਥੰਡਰ 2, ਸਾਕਾ ਅਕਾਲੀ ਗਰਜ 2, ਇਹ ਸਰਕਾਰੀ ਨਾਮ ਆ। ਇਹ ਹਮਲਾ ਜਿਹੜਾ ਵਾ 9 ਮਈ 1988 ਤੋਂ ਲੈ ਕੇ 18 ਮਈ ਤੱਕ 9 ਦਿਨ ਦੇ ਕਰੀਬ ਚੱਲਿਆ। ਇਸ ਦੀ ਅਗਵਾਈ ਜਿਹੜੀ ਆ ਉਹ KPS ਗਿੱਲ, ਜਿਹੜਾ ਮੌਕੇ ਦਾ ਮੁਖੀ ਸੀ ਪੁਲਿਸ ਦਾ, ਉਸਨੇ ਖੁਦ ਕੀਤੀ। ਅਤੇ ਇਹ ਜਿਹੜਾ ਵਾ ਸਾਰਾ ਕੁਛ ਮੀਡੀਆ ਨੂੰ, ਕੌਮਾਂਤਰੀ ਮੀਡੀਆ ਨੂੰ ਸੱਦ ਕੇ ਅਤੇ ਵਿਖਾਇਆ ਗਿਆ। ਜਦਕਿ ਜੂਨ 84 ਵਿੱਚ ਅਜਿਹਾ ਨਹੀਂ ਹੋਇਆ, ਉਦੋਂ ਤਾਂ ਬਿਲਕੁਲ ਮੀਡੀਆ ਬਲੈਕਆਊਟ ਸੀ, ਅਤੇ ਪੰਜਾਬ ਦੇ ਵਿੱਚ ਸਾਰੇ ਚੱਪੇ ਚੱਪੇ ਦੇ ਉੱਤੇ ਕਰਫਿਊ ਲੱਗਾ ਹੋਇਆ ਸੀ। 50,000 ਵਰਗ ਕਿਲੋਮੀਟਰ ਦੇ ਵਿੱਚ ਕਹਿ ਸਕਦੇ ਹਾਂ ਕਿ ਦੱਖਣੀ ਏਸ਼ੀਆ ਦਾ ਸਭ ਤੋਂ ਵੱਡਾ ਕਰਫਿਊ ਉਦੋਂ ਲੱਗਾ। ਸੋ ਇਹ ਕਈ ਵਾਰੀ ਅਸੀਂ ਜਦੋਂ ਘਟਨਾਵਾਂ ਦੀ ਗੱਲ ਕਰਦੇ ਹਾਂ ਤਾਂ ਕਈ ਵਾਰੀ ਨਹੀਂ ਪਤਾ ਹੁੰਦਾ, ਤਾਂ ਮੈਂ ਦੱਸ ਰਿਹਾ ਕਿ ਇਹ ਗੱਲ 1988 ਤੱਕ ਪਹੁੰਚ ਚੁੱਕੀ ਆ। ਸੋ ਬੀਬੀ ਜੀ ਆਪਣੇ ਸ਼ਹੀਦ ਹੋਣ ਵਾਲੇ ਭਰਾ ਬਾਰੇ, ਭਾਈ ਸੁਰਜੀਤ ਸਿੰਘ ਪਿੰਟੇ ਬਾਰੇ, ਜਿਹੜੇ ਬਾਬੇ ਮਾਨੋ ਚੱਲ ਦੇ ਸਾਥੀ ਸਨ, ਉਹਨਾਂ ਦੀ ਗੱਲ ਦੱਸ ਰਿਹਾ ਜੀ। ਜਦੋਂ ਇਹ ਹੋਇਆ ਹਮਲਾ ਦਰਬਾਰ ਸਾਹਿਬ ਦਾ, ਤਾਂ ਭਾਈ ਸੁਰਜੀਤ ਸਿੰਘ ਪਿੰਟਾ ਉਦੋਂ ਦਰਬਾਰ ਸਾਹਿਬ ਦੇ ਵਿੱਚ ਸੀ? ਹਾਂਜੀ, ਦਰਬਾਰ ਸਾਹਿਬ ਦੇ ਵਿੱਚ ਸੀਗਾ ਉਸ ਦਿਨ। ਤੇ ਉਸ ਦਿਨ ਜਿਹਨੂੰ ਮਤਲਬ ਜਿਹਦਾ ਜਬਾੜਾ ਸੀਗਾ ਡੀਜੀਪੀ ਵਿਰਕ, ਹਾਂ ਐਸਐਸਪੀ ਵਿਰਕ,
ਉਦਣ ਇਹਨਾਂ ਇਹ ਇਹਨੇ ਹੀ ਕੀਤਾ ਸੀਗਾ, ਇਹਨੇ ਸ਼ੁਰੂਆਤ ਕੀਤੀ ਸੀ ਹਾਂ। ਤੇ ਉਸ ਤੋਂ ਬਾਅਦ ਬਸ ਇਹਨਾਂ ਨੇ ਬਲੈਕ ਮਤਲਬ ਬਲੈਕ ਕੈਟ ਵਾਲੇ ਸੱਦ ਲਏ, ਮੇਰੀ ਅੱਖਾਂ ਦੇ ਸਾਹਮਣੇ ਮਤਲਬ ਸ਼ਹੀਦ ਹੋਏ ਸਿੰਘ ਜਿਹਨਾਂ ਨੂੰ ਗੋਲੀਆਂ ਵੱਜੀਆਂ, ਭਾਈ ਜਗੀਰ ਸਿੰਘ ਹੁੰਦੇ ਸੀਗੇ, ਉਹ ਇੱਦਾਂ ਹੀ ਬੈਠੇ ਹੋਏ ਸੀਗੇ ਢੋ ਲਾ ਕੇ, ਤੇ ਇੱਕਦਮ ਇੱਦਾਂ ਹੀ ਕੀਤਾ ਤੇ ਉਹਨਾਂ ਦੀ ਆਹ ਚੀਜ਼ ਦੇ ਵਿੱਚੋਂ ਗੋਲੀ ਚੀਰਦੀ ਗਈ। ਤੁਸੀਂ ਦਰਬਾਰ ਸਾਹਿਬ ਸੀ? ਹਾਂ, ਮੈਂ ਵੀ ਦਰਬਾਰ ਸਾਹਿਬ ਸੀ ਉਸ ਟਾਈਮ ਤੇ। ਅਸੀਂ ਉੱਪਰ ਸੀਗੇ, ਥੱਲੇ ਰੂਮ ਸੀਗੇ, 13 ਨੰਬਰ ਹੋ ਗਿਆ ਜਿਸ ਤਰ੍ਹਾਂ, 1 ਨੰਬਰ, 2 ਨੰਬਰ, 3 ਨੰਬਰ, ਇਸ ਤਰੀਕੇ ਨਾਲ। ਪਰ ਅਸੀਂ ਉਸ ਟਾਈਮ ਤੇ ਉੱਪਰ ਸੀਗੇ, ਮਤਲਬ ਕੜਾਹ ਪ੍ਰਸ਼ਾਦ ਦੇ ਉੱਪਰ ਰੂਮ ਬਣੇ ਹੋਏ ਆ ਨਾ, ਉਹਨਾਂ ਰੂਮ ਦੇ ਵਿੱਚ ਅਸੀਂ, ਉੱਥੇ ਹੀ ਪੈਂਟਾ ਸੀਗਾ, ਸਾਰੇ ਉੱਥੇ ਹੀ ਸੀਗੇ ਤਕਰੀਬਨ। ਜਗੀਰ ਭੱਜ ਤੇ ਨਿਰਵੈਰ ਸਿੰਘ ਜਿਹੜੇ ਸੀਗੇ ਉਹ ਥੱਲੇ ਸੀਗੇ 13 ਨੰਬਰ ਕਮਰੇ ਦੇ ਵਿੱਚ। ਨਿਰਵੈਰ ਸਿੰਘ ਸ਼ਾਇਦ ਮੌਜੂਦ ਨੇ? ਹਾਂਜੀ, ਉਹ ਹੈਗੇ ਆ। ਨਹੀਂ, ਉਹ ਵੀ ਮੇਰਾ ਖਿਆਲ ਉਹਨਾਂ ਦੀ ਵੀ ਡੈਥ ਹੋ ਚੁੱਕੀ ਹੁਣ। ਹਾਂ, ਹੁਣ ਹੋ ਗਈ ਹੈ ਡੈਥ। ਤੇ ਜਗੀਰ ਭਾਜੀ ਦੀ ਮੇਰੇ ਸਾਹਮਣੇ ਮਤਲਬ ਡੈਥ ਹੋਈ, ਮੈਂ ਉਹਨਾਂ ਦੀਆਂ ਅੱਖਾਂ ਵੀ ਬੰਦ ਕੀਤੀਆਂ ਆਪਣੇ ਹੱਥਾਂ ਨਾਲ। ਜਦੋਂ ਅਸੀਂ ਨਿਕਲਦੇ ਹਾਂ ਨਾ, ਜਦੋਂ ਉੱਪਰੋਂ ਥੱਲਿਓ ਨਿਕਲਦੇ ਹਾਂ ਤੇ ਕਮਰੇ ਦੇ ਵਿੱਚ ਜਾਂਦੇ ਹਾਂ, ਤੇ ਇੱਦਾਂ ਹੀ ਜਗੀਰ ਭਾਜੀ ਇੱਦਾਂ ਹੀ ਢੋ ਲਾ ਕੇ ਬੈਠੇ ਹੋਏ, ਤੇ ਉਹਨਾਂ ਦੀਆਂ ਅੱਖਾਂ ਮੈਂ ਮਤਲਬ ਬੰਦ ਕੀਤੀਆਂ ਉਸ ਟਾਈਮ 'ਤੇ। ਮਤਲਬ ਕਈ ਸਿੰਘ ਜਿਹੜੇ ਸੀ ਅੱਖਾਂ ਦੇ ਸਾਹਮਣੇ ਸ਼ਹੀਦ ਹੋਏ ਉਸ ਟਾਈਮ 'ਤੇ। ਹੋਰ ਕੌਣ ਕੌਣ ਕੀ ਵੇਖਿਆ? ਬੜਾ ਕੁਛ ਦੇਖਿਆ ਸੀ ਉਸ ਟਾਈਮ 'ਤੇ। ਜਿਹੜੇ ਸਾਡੇ ਤੋਂ ਪਹਿਲਾਂ ਹੀ ਮਤਲਬ ਪਰਿਕਰਮਾ ਦੇ ਵਿੱਚ ਪਏ ਹੋਏ ਸੀ ਸ਼ਹੀਦ ਸਿੰਘ, ਕਿਉਂਕਿ ਇਹਨਾਂ ਨੇ ਜਿਹੜੇ ਬਲੈਕ ਕੈਟ ਸੱਦੇ ਸੀ ਉਹਨੂੰ 1 ਮਿੰਟ ਵੀ ਇੱਧਰ ਦੀ ਉੱਧਰ ਨਹੀਂ ਸੀ ਹੋਣ ਦਿੰਦੇ ਨਿਸ਼ਾਨਾ। ਬਲੈਕ ਕਮਾਂਡੋ, ਹਾਂ, ਨਿਸ਼ਾਨਾ ਉਹਨਾਂ ਦਾ ਬਹੁਤ ਤੇਜ਼ ਸੀਗਾ, ਵੀ ਉਸ ਟਾਈਮ ਉਹਨਾਂ ਦੀ ਗੋਲੀ ਮਤਲਬ ਲੱਗ ਜਾਂਦੀ ਸੀ ਜਦੋਂ 18 ਮਤਲਬ ਥੋੜ੍ਹਾ ਜਿਹਾ ਟਾਈਮ ਦਿੰਦੇ ਸੀ ਨਾ, ਉਸ ਟਾਈਮ ਦੇ ਵਿੱਚ ਅਸੀਂ ਨਿਕਲਣ ਦੀ ਕੋਸ਼ਿਸ਼ ਕਰਦੇ ਸੀ, ਅਸੀਂ ਬਾਹਰ ਨਿਕਲ ਜਾਈਏ ਪਹਿਲਾਂ 13 ਤਰੀਕ, ਜਿੱਦਣ ਪਹਿਲਾਂ ਜਿੱਦਣ ਇਹਨਾਂ ਨੇ ਕਿਹਾ ਨਾ ਵੀ ਸਾਰੇ ਬਾਹਰ ਆ ਜਾਓ, ਉੱਦਣ ਇਹ ਸੁਰਜੀਤ ਦੀ ਪਲੈਨਿੰਗ ਸੀ ਵੀ ਸ਼ਾਇਦ ਮੇਰੀ ਪਹਿਚਾਣ ਨਾ ਹੋਵੇ ਤੇ ਮੈਂ ਨਿਕਲ ਜਾਵਾਂਗਾ, ਤੇ ਇਹਨੇ ਸੋਚਿਆ ਵੀ ਮੈਂ ਜਾਂਦਾ। ਪਹਿਲਾਂ ਇਹਨੇ ਕਿਹਾ ਵੀ ਮੈਂ ਨਿਕਲਣ ਦੀ ਕੋਸ਼ਿਸ਼ ਕਰਦਾ, ਜੇ ਨਿਕਲ ਗਿਆ ਠੀਕ ਆ, ਪਰ ਨਹੀਂ ਨਿਕਲਿਆ ਗਿਆ ਇਹਦੇ ਕੋਲੋਂ। ਤੇ 13 ਤਰੀਕ ਦੀ ਜਿੱਦਣ ਇਹਨਾਂ ਨੇ ਕੀਤਾ, ਉੱਦਣ ਇਹ ਨਿਕਲਦੇ ਪਏ ਸੀਗੇ, ਜਦੋਂ ਇਹਨਾਂ ਦਾ ਇਰਾਦਾ ਸੀ ਵੀ ਅਸੀਂ ਨਿਕਲ ਕੇ ਹੋਰ ਕਿਸੇ ਰੂਮ ਦੇ ਵਿੱਚ ਚੱਲਦੇ ਹਾਂ। ਅਸੀਂ ਸੀਗੇ ਬੁੰਗੇ ਦੇ ਵਿੱਚ, ਬੁੰਗੇ ਦੇ ਵਿੱਚ ਸੀਗੇ ਅਸੀਂ ਸਾਰੇ ਜਾਣੇ। ਜਦੋਂ ਇਹ ਟਾਈਮ ਦਿੰਦੇ ਸੀ ਨਾ, ਹੌਲੀ ਹੌਲੀ ਅਸੀਂ ਨਿਕਲਦੇ ਸੀਗੇ ਵੀ ਸਾਨੂੰ ਕਿਸੇ ਤਰੀਕੇ ਨਾਲ ਕੋਈ ਮਤਲਬ ਜਗ੍ਹਾ ਮਿਲੂਗੀ ਜਿੱਥੋਂ ਅਸੀਂ ਨਿਕਲਣਾ ਵਾ। ਤੁਸੀਂ ਬੁੰਗਿਆਂ ਤੱਕ ਪਹੁੰਚ ਚੁੱਕੇ ਸੀਗੇ ਅਸੀਂ। ਬੁੰਗੇ ਦੇ ਵਿੱਚ ਵੀ ਅਸੀਂ 2 ਰਾਤਾਂ ਕੱਟੀਆਂ ਵਾ, ਤੇ ਉੱਥੋਂ 13 ਤਰੀਕ ਨੂੰ ਜਿੱਦਣ ਸੁਰਜੀਤ ਨਿਕਲਦਾ, ਉਦੋਂ ਅਸੀਂ, ਮੈਂ ਪਿੱਛੇ ਸੀਗੇ ਇਹਦੇ, ਇਹ ਪਹਿਲਾਂ ਨਿਕਲਦਾ, ਤੇ ਅੱਗੇ ਉਹ ਕਮਾਂਡੋ ਵਾਲੇ ਖੜੇ ਸੀਗੇ, ਜਦੋਂ ਆਪਾਂ ਦਰਬਾਰ ਸਾਹਿਬ ਮੱਥਾ ਟੇਕਣ ਆਉਂਦੇ ਨਾ ਉੱਥੇ ਖੜੇ ਸੀਗੇ। ਇਹਨਾਂ ਨੇ ਜਦੋਂ ਨਿਕਲਦੇ ਪਏ ਸੀ, ਇਹਨਾਂ ਨੇ ਉਸੇ ਵੇਲੇ ਇਹਨਾਂ ਨੂੰ ਬਾਹਰ ਨੂੰ ਕੱਢ ਲਿਆ, ਤੇ ਮੈਨੂੰ ਨਹੀਂ ਸੀ ਪਤਾ। ਜਦੋਂ ਮੈਨੂੰ ਪਤਾ ਲੱਗਾ, ਜਦੋਂ ਰੇਡੀਓ ਦੇ ਵਿੱਚ ਸੁਣਿਆ ਵੀ ਸੁਰਜੀਤ ਜੀ ਮਤਲਬ ਸਾਇਨਾਈਡ ਖਾ ਕੇ ਡੈਥ ਹੋ ਗਈ ਆ, 15 ਨੂੰ ਅਸੀਂ ਬਾਹਰ ਨਿਕਲਦੇ ਹਾਂ, ਮੈਂ ਚੰਚਲ, ਮਤਲਬ ਅਸੀਂ 15 ਤਰੀਕ ਨੂੰ ਬਾਹਰ ਆਏ ਹਾਂ, ਤੇ ਸਾਨੂੰ ਮਤਲਬ ਆਪਣਾ ਸੂਰੀ ਹੁੰਦਾ ਸੀ, ਉਹਨੇ ਲਿਆਂਦਾ ਸੀ ਡਿਵੀਜ਼ਨ ਥਾਣੇ ਦੇ ਵਿੱਚ, ਚੰਚਲ ਸਿੰਘ ਤੁਹਾਡੇ ਪਤੀ, ਹਾਂਜੀ, ਇਹਨਾਂ ਨੂੰ ਲੈ ਗਏ ਸੀ ਮਾਲ ਮੰਡੀ, ਤੇ ਮੈਨੂੰ ਲੈ ਗਏ ਸੀ ਡਿਵੀਜ਼ਨ ਥਾਣੇ ਦੇ ਵਿੱਚ। ਉੱਥੇ ਰਾਜਵਿੰਦਰ, ਰਾਜਾ ਛੋਟਾ ਬ੍ਰਦਰ ਮੇਰਾ ਸਭ ਤੋਂ, ਉਹ ਵੀ ਉੱਥੇ ਸੀਗਾ, ਗਿਆਨੀ ਨਹੀਂ ਸੀ ਉਸ ਟਾਈਮ ਦੇ ਦਰਬਾਰ ਸਾਹਿਬ ਦੇ ਵਿੱਚ, ਰਾਜਾ ਹੈਗਾ ਸੀਗਾ, ਰਾਜਾ ਪਹਿਲਾਂ ਨਿਕਲ ਆਇਆ ਸੀਗਾ, ਤੇ ਮੈਨੂੰ ਸੀ ਸੂਰੀ ਇੱਥੇ ਲੈ ਕੇ ਆਉਂਦੇ ਸੀ ਡਿਵੀਜ਼ਨ, ਸੀਤਾ ਰਾਮ ਹੁੰਦਾ ਸੀ ਉਸ ਟਾਈਮ 'ਤੇ SHO, ਅਤੇ ਮੈਨੂੰ ਕਹਿੰਦਾ, ਰਾਜੇ ਨੂੰ ਕਹਿੰਦਾ ਵੀ ਰਾਜੇ ਦੱਸ ਤੇਰੀ ਭੈਣ ਨੂੰ ਦਾਜ ਵਿੱਚ ਕੀ ਦਿੱਤਾ। ਕਹਿੰਦਾ AK-47 ਦਿੱਤੀ ਸੀ ਮੇਰੀ ਭੈਣ ਦੇ ਵਿਆਹ 'ਤੇ ਮੇਰੇ ਭਰਾ ਨੇ। ਕਹਿੰਦਾ ਇਹਨਾਂ ਛੋਟਿਆਂ ਛੋਟਿਆਂ ਦੇ ਦਿਮਾਗ ਦੇ ਵਿੱਚ AK-47 ਮਤਲਬ ਵੀ ਹੈਗੀਆਂ, ਵੀ AK-47 ਦਾਜ ਦੇਣਾ, ਇੱਕ ਵੀ ਹੋਰ ਨਹੀਂ ਦਾਜ ਦਿੱਤਾ, ਜਿਹੜੇ ਕੰਮ ਇਹ ਕਰਦੇ ਪਏ ਉਹੀ ਹੀ ਦਾਜ ਦਿੰਦੇ ਪਏ ਆ। ਕਹਿੰਦਾ ਮੇਰੀ ਭੈਣ ਨੇ AK-47 ਦਿੱਤੀ ਸੀਗੀ। ਆਂਦਾ ਅੱਛਾ ਠੀਕ ਆ। ਫਿਰ ਮੈਨੂੰ ਉੱਥੋਂ ਸੀਤਾ ਰਾਮ ਲੈ ਕੇ ਜਾਂਦਾ ਮਾਲ ਮੰਡੀ। ਉਸ ਟਾਈਮ ਤੁਹਾਡੇ ਭਰਾ ਰਾਜਵਿੰਦਰ ਸਿੰਘ ਰਾਜੇ ਦੀ ਉਮਰ ਕਿੰਨੀ ਕੁ ਸੀ? ਉਹ ਉਸ ਟਾਈਮ 'ਤੇ ਹਜੇ 14-15 ਸਾਲਾਂ ਦਾ ਸੀਗਾ, 14-15 ਸਾਲ ਦਾ ਸੀਗਾ ਉਸ ਟਾਈਮ 'ਤੇ, ਬਹੁਤ ਛੋਟਾ ਸੀਗਾ, ਅਤੇ ਤੁਸੀਂ ਉਹਦੀਆਂ ਫੋਟੋਆਂ ਵੀ ਵੇਖੋਗੇ, ਬਹੁਤ ਛੋਟਾ, ਅੰਦਾੜੀਆ ਅਤੇ ਇੰਨਾ ਕੁ ਸੀਗਾ, ਬਹੁਤ ਛੋਟਾ ਸੀਗਾ, ਪਰ ਦਿਮਾਗ ਬਹੁਤ ਸੀ ਉਹਦਾ, ਦਿਮਾਗ ਬਹੁਤ ਤੇਜ਼ ਸੀਗਾ। ਅਤੇ ਉਸ ਤੋਂ ਬਾਅਦ ਮੈਨੂੰ ਸੀਤਾ ਰਾਮ ਲੈ ਕੇ ਜਾਂਦਾ ਮਾਲ ਮੰਡੀ। ਪਹਿਲਾਂ ਮੈਨੂੰ ਲੈ ਕੇ ਜਾਂਦੇ ਆ, ਹੈਗਾ ਨਾ ਕੀ ਕਹਿ ਦਿੰਦੇ ਉਹਨੂੰ, ਮਾਡਰਨ ਸਕੂਲ, ਹਾਂ, ਮਾਡਰਨ ਸਕੂਲ ਦੇ ਸਾਹਮਣੇ ਜਿਹੜਾ ਸੀਗਾ ਪਹਿਲਾਂ ਇਹਨਾਂ ਨੇ ਰੱਖਦੇ ਹੁੰਦੇ ਸੀ, ਉੱਥੇ ਜਾ ਕੇ ਰੱਖਦੇ ਹੁੰਦੇ ਸੀ ਪਹਿਲਾਂ ਇਹਨਾਂ ਨੂੰ, ਅਤੇ ਉੱਥੇ ਲੈ ਕੇ ਗਏ। ਉੱਥੇ ਫਿਰ ਮੈਨੂੰ ਲੈ ਕੇ ਗਏ ਮਾਲ ਮੰਡੀ, ਅਤੇ ਉੱਥੇ ਜਾ ਕੇ ਮੈਨੂੰ ਕਹਿੰਦੇ ਵੀ ਤੂੰ ਕਿਹਨੂੰ ਮਿਲਣਾ ਵਾ। ਮੈਂ ਕਿਹਾ ਵੀ ਜਿਹਨੂੰ ਤੁਸੀਂ ਮਿਲਾਓਗੇ ਮੈਂ ਮਿਲ ਲੂੰਗੀ, ਮੈਨੂੰ ਦੱਸੋ ਕਿਹਨੂੰ ਮਿਲਾਉਣਾ ਤੁਸੀਂ। ਅਤੇ ਚੈਨਚਲ ਸਿੰਘ ਦਾ ਨਾਂ ਲਿਆ ਵੀ ਹਾਂ ਉਹਨੂੰ ਮਿਲਣਾ। ਮੈਂ ਕਿਹਾ ਹਾਂਜੀ ਮਿਲਣਾ ਮੈਂ।
ਤੇ ਮੈਨੂੰ ਜਦੋਂ ਮਿਲਾਇਆ ਤੇ ਇਹਨਾਂ ਦੀਆਂ ਬਾਹਾਂ ਜਿਹੜੀਆਂ ਸੀਗੀਆਂ ਆਹ ਚੀਜ਼ਾਂ ਮੋਢੇ ਨਿਕਲ ਚੁੱਕੇ ਹੋਏ ਸੀਗੇ ਉਸ ਟਾਈਮ ਤੇ, ਹਾਂ ਉਸ ਟਾਈਮ ਤੇ ਮੋਢੇ ਨਿਕਲ ਗਏ ਸੀਗੇ। ਤੇ ਮਤਲਬ ਛੋਟਾ ਜਿਹਾ ਕਮਰਾ ਸੀ ਜਿਹਦੇ ਵਿੱਚ ਇਹਨਾਂ ਨੂੰ ਰੱਖਿਆ ਸੀਗਾ, ਮਤਲਬ ਬਹਿਣ ਜੋਗੀ ਜਗ੍ਹਾ ਸੀ ਜਿੱਥੇ ਬਿਠਾਇਆ ਹੋਇਆ ਸੀ ਇਹਨਾਂ ਨੂੰ। ਉੱਥੋਂ ਮਿਲਾ ਕੇ ਫਿਰ ਮੈਨੂੰ ਸੀਤਾਰਾ ਮਤਲਬ ਇੱਥੇ ਸੀ ਡਿਵੀਜ਼ਨ ਥਾਣੇ ਲੈ ਕੇ ਆਏ। ਉਸ ਤੋਂ ਬਾਅਦ ਅਗਲੇ ਦਿਨ ਮੈਨੂੰ ਸੰਗਰੂਰ ਜੇਲ੍ਹ ਦੇ ਵਿੱਚ ਭੇਜਿਆ ਇਹਨਾਂ ਨੇ, ਸੰਗਰੂਰ ਜੇਲ੍ਹ ਵਿੱਚ ਭੇਜ ਦਿੱਤਾ। ਅਤੇ ਉਹ ਫਿਰ ਨਹੀਂ ਮੈਨੂੰ ਪਤਾ ਵੀ ਬਾਅਦ ਵਿੱਚ ਕੀ ਇਹਨਾਂ ਨੇ ਕੀਤਾ ਕੀ ਨਹੀਂ ਕੀਤਾ, ਕਿਉਂਕਿ ਮੈਂ ਸੰਗਰੂਰ ਜੇਲ੍ਹ ਵਿੱਚ 9 ਮਹੀਨੇ ਰਹਿ ਕੇ ਆਈ। ਜਿੱਦਣ ਸਤਵੰਤ ਸਿੰਘ ਅਤੇ ਕੇਅਰ ਸਿੰਘ ਨੂੰ ਫਾਂਸੀ ਹੁੰਦੀ ਉੱਦਣ ਸਾਨੂੰ ਛੱਡਦੇ ਆ। ਹਾਂ, ਪਰਮਜੀਤ ਮੇਰੀ ਭਰਜਾਈ ਅਤੇ ਮੈਨੂੰ ਦੋਵਾਂ ਨੂੰ ਉਸ ਦਿਨ ਹੀ ਛੱਡਿਆ ਸੀ ਇਹਨਾਂ ਨੇ। ਉਸ ਤੋਂ ਬਾਅਦ ਫਿਰ ਜਦੋਂ ਅਸੀਂ ਘਰ ਆ ਗਏ ਹਾਂ, ਮੈਂ ਮਤਲਬ ਮੇਰਾ ਬੇਟਾ ਹੋਇਆ ਉਸ ਤੋਂ ਬਾਅਦ ਆਣ ਕੇ, ਥੋੜ੍ਹੇ ਦਿਨਾਂ ਬਾਅਦ ਮੇਰਾ ਬੇਟਾ ਦਲੇਰ ਸਿੰਘ ਹੋਇਆ ਵਾ। ਦਲੇਰ ਸਿੰਘ ਤੋਂ ਬਾਅਦ ਮਤਲਬ ਮੈਂ ਜਦੋਂ ਮੁਲਾਕਾਤ 'ਤੇ ਜਾਂਦੀ ਹੁੰਦੀ ਸੀ ਅਤੇ ਇਹਨਾਂ ਦੀਆਂ ਮੁਲਾਕਾਤਾਂ ਤੋਂ ਬਾਅਦ ਮਤਲਬ ਤਿੰਨ ਕੁ ਸਾਲ ਬਾਅਦ ਮਤਲਬ ਚੰਚ ਸਿੰਘ ਨੂੰ ਛੱਡਿਆ ਗਿਆ ਵਾ। ਉਹ ਵੀ ਇਹਨਾਂ ਨੇ ਕੀ ਕੀਤਾ ਸੀਗਾ, ਬਾਏ ਮਤਲਬ ਸਾਹਮਣੇ ਉਹ ਨਹੀਂ ਕੱਢਿਆ, ਪਿੱਛੋਂ ਦੀ ਕੱਢਿਆ ਸੀ ਵੀ ਅੱਗੇ ਚੁੱਕ ਲੈਂਦੇ ਹੁੰਦੇ ਸੀ, ਮਤਲਬ ਜਦੋਂ ਬਾਹਰ ਕੱਢਦੇ ਸੀ ਨਾ ਜੇਲ੍ਹ ਦੇ ਮੋਹਰੇ ਚੁੱਕ ਲੈਂਦੇ ਹੁੰਦੇ ਸੀ ਅਤੇ ਫਿਰ ਕੇਸ ਪਾ ਕੇ ਅਤੇ ਅੰਦਰ ਕਰ ਦਿੰਦੇ ਸੀ। ਉਸ ਟਾਈਮ 'ਤੇ ਪੁਲਿਸ ਵਾਲੇ ਮਤਲਬ ਜਿਹੜਾ ਉੱਥੋਂ ਦਾ ਸੀਗਾ ਉਹ ਕਾਫੀ ਬੰਦਾ ਵਧੀਆ ਸੀਗਾ, ਅਤੇ ਉਹਨੇ ਕੀ ਕੀਤਾ, ਉਹਨੇ ਪਿੱਛੋਂ ਦੀ ਕੱਢ ਦਿੱਤਾ ਇਹਨਾਂ ਨੂੰ ਵੀ ਜਿਹੜਾ ਕਿ ਤੁਸੀਂ ਹੱਥ ਨਾ ਆਓ ਕਿਸੇ ਦੇ। ਇਹ ਮਤਲਬ ਘਰ ਨਹੀਂ ਆਏ, ਉੱਥੋਂ ਹੀ ਫਿਰ ਭਗੌੜੇ ਹੋ ਗਏ। ਇਹਨਾਂ ਨੇ ਘਰ ਨਹੀਂ ਆਇਆ ਅਤੇ ਭਗੌੜੇ ਹੋ ਗਏ। ਅਤੇ ਬਾਅਦ 'ਚ ਅਸੀਂ ਮਤਲਬ ਦੂਜੇ ਤੀਜੇ ਦਿਨ ਜਾ ਕੇ ਮਿਲਦੇ ਹਾਂ ਕਿਸੇ ਦੇ ਘਰ ਦੇ ਵਿੱਚ। ਜਿਵੇਂ ਬੀਬੀ ਜੀ ਹੁਣੇ ਦੱਸ ਕੇ ਹਟੇ ਕਿ ਇਹਨਾਂ ਦੇ ਪਤੀ ਫਿਰ ਘਰ ਵਾਪਸ ਨਾ ਮੁੜੇ, ਉਹ ਜੁਝਾਰੂ ਸਫਾਂ ਦੇ ਵਿੱਚ ਪੂਰੀ ਤਰ੍ਹਾਂ ਸਰਗਰਮ ਹੋ ਗਏ। ਇਹ ਦੱਸ ਰਹੇ ਗੱਲ ਭਾਈ ਚੈਂਚਲ ਸਿੰਘ ਉਦੋਕੇ ਦੀ, ਜੋ ਬੀਬੀ ਜੀ ਦੇ ਪਤੀ ਸਨ, ਜੋ ਸਿੱਖ ਸੰਘਰਸ਼ ਦੌਰਾਨ ਸ਼ਹੀਦ ਹੋਏ ਹਨ। ਇਹ ਗੱਲ ਤਕਰੀਬਨ ਸਿਲਸਿਲੇਵਾਰ ਦੱਸ ਰਹੇ ਨੇ ਆਪਣੇ ਤੌਰ ਤਰੀਕੇ ਨਾਲ, ਮੈਂ ਵਿਚਾਲੇ ਸਵਾਲ ਕਰਕੇ ਅਤੇ ਮੈਂ ਉਹਨਾਂ ਨੂੰ ਰੋਕਣਾ ਨਹੀਂ ਚਾਹਿਆ। ਹੁਣ ਮੈਂ ਕੁਛ ਗੱਲਾਂ ਸਵਾਲਾਂ ਦੇ ਰੂਪ ਦੇ ਵਿੱਚ ਉੱਤਰ ਲੈਣਾ ਚਾਹੁੰਦਾ ਕਿ ਆਪਾਂ ਇੱਥੋਂ ਸ਼ੁਰੂ ਕਰੀਏ ਗੱਲ ਨੂੰ ਕਿ ਜਦੋਂ ਦਿੱਲੀ ਦੇ ਵਿੱਚ ਜਿਹੜੇ ਸਿੰਘ ਤੁਹਾਡੇ ਕੋਲ ਆਉਂਦੇ ਸਨ, ਹਾਂਜੀ, ਭਾਈ ਹਰਜਿੰਦਰ ਸਿੰਘ ਜਿੰਦਾ ਤੁਹਾਡੇ ਮਾਮਾ ਜੀ ਲੱਗਦੇ ਸਨ, ਹਾਂਜੀ, ਅਤੇ ਭਾਈ ਨਿਰਮਲ ਸਿੰਘ ਨਿੰਮਾ ਤੁਹਾਡੇ ਸਕਾ ਮਾਮਾ ਸਕੇ ਮਾਮਾ ਜੀ, ਹਾਂਜੀ, ਉਹ ਤੁਸੀਂ ਨਾਮ ਦੱਸਿਆ ਕਿ ਭਾਈ ਮਥਰਾ ਸਿੰਘ, ਹਾਂਜੀ। ਮੈਂ ਆਪਣੇ ਸੁਣਨ ਵਾਲਿਆਂ ਨੂੰ ਦੱਸ ਦਿਆਂ ਕਿ ਸ਼ਹੀਦ ਭਾਈ ਮਥਰਾ ਸਿੰਘ, ਜਿਨ੍ਹਾਂ ਦਾ ਪੂਰਾ ਨਾਮ ਭਾਈ ਹਰਵਿੰਦਰ ਸਿੰਘ ਸੀ, ਪਿੰਡ ਚੌੜੇ ਮਧਰਾ ਗੁਰਦਾਸਪੁਰ ਦੇ ਵਾਸੀ ਸਨ। ਬਹੁਤ ਜੁਰਤ ਵਾਲਾ ਸਿੰਘ ਸੀ, ਕਹਿੰਦੇ ਆ ਕਿ ਤਸ਼ੱਦਦ ਦੌਰਾਨ ਮੌਕੇ ਦਾ ਪੁਲਿਸ ਅਫਸਰ ਸੂਰੀ ਉਹਨਾਂ ਕੋਲੋਂ ਉਹਨਾਂ ਦਾ ਨਾਮ ਵੀ ਨਹੀਂ ਸੀ ਪੁੱਛ ਸਕਿਆ। ਸੋ ਅਜਿਹੇ ਯੋਧਿਆਂ ਦਾ ਨਾਮ ਉਹਨਾਂ ਦਾ ਜ਼ਿਕਰ ਆਉਣਾ ਸੁਭਾਵਿਕ ਆ ਕਿ ਅਸੀਂ ਉਹਨਾਂ ਬਾਰੇ ਕੁਝ ਕੁਝ ਵਿਸਥਾਰ ਪੁੱਛੀਏ। ਤੁਸੀਂ ਚਾਚਾ ਮਥਰਾ ਸਿੰਘ ਬਾਰੇ ਕੋਈ ਗੱਲ ਦੱਸੋ, ਕਿਵੇਂ ਦੇ ਸੁਭਾਅ ਦੇ ਸਨ? ਮਤਲਬ ਛੋਟੇ ਕੱਦ ਦੇ ਸੀ, ਇੰਨੇ ਨਹੀਂ ਕੱਦ ਹੈਗਾ, ਤੇ ਗੋਰੇ ਚਿੱਟੇ ਸੀਗੇ, ਤੇ ਬਹੁਤ ਮਤਲਬ ਧੀਰਜ ਵਾਲੇ, ਮਤਲਬ ਸ਼ੋਰ ਸ਼ਰਾਬੇ ਵਾਲੇ ਨਹੀਂ, ਬਿਲਕੁਲ ਧੀਰਜ ਨਾਲ ਗੱਲ ਕਰਨੀ। ਸਾਡੇ ਕੀ ਹੁੰਦਾ ਸੀਗਾ ਵੀ ਜਦੋਂ ਰੋਟੀ ਬਣਦੀ ਹੁੰਦੀ ਸੀ ਨਾ, ਤੇ ਰੋਟੀ ਬਣ ਕੇ ਅਸੀਂ ਕੀ ਕਰਦੇ ਹੁੰਦੇ ਸੀ, ਸਾਰੇ ਥੱਲੇ ਬਹਿ ਕੇ ਤੇ ਫੇਰ ਖਾਂਦੇ ਹੁੰਦੇ ਸੀਗੇ। ਤੇ ਮਤਲਬ ਇਹ ਨਹੀਂ ਸੀ ਵੀ ਮੈਂ ਪਹਿਲਾਂ ਉਹਨੂੰ ਖਾ ਲੈਣੀ ਜਾਂ ਹੁੰਦਾ, ਸਾਰਿਆਂ ਨੇ ਇਕੱਠੇ ਬਹਿ ਕੇ ਖਾਣੀ। ਤੇ ਮਤਲਬ ਮੇਰੇ ਨਾਲ ਕਾਫੀ ਕਰਦੇ ਹੁੰਦੇ ਸੀ, ਮੰਮੀ ਨੇ ਜੇ ਕਿਤੇ ਡਾਂਟ ਦੇਣਾ ਤੇ ਉਹਨਾਂ ਨੇ ਕਹਿਣਾ ਭੈਣ ਜੀ ਜ਼ਿਆਦਾ ਤੇਰਾ ਕਸੂਰ ਹੈ, ਸਾਰਾ ਦਿਨ ਕੁੜੀ ਕੰਮ ਕਰਦੀ, ਤੂੰ ਫਿਰ ਉਹਨੂੰ ਡਾਂਟ ਦਿੰਦੀ ਆ, ਤੂੰ ਮੁੰਡਿਆਂ ਨੂੰ ਕੁਛ ਨਹੀਂ ਕਹਿੰਦੀ। ਤੇ ਮੇਰੀ ਕਾਫੀ ਸਪੋਰਟ ਕਰਦੇ ਹੁੰਦੇ ਸੀਗੇ ਮਾਮਾ ਜੀ ਹੁਣੀ, ਤੇ ਮਤਲਬ ਤੁਸੀਂ ਸਾਰਿਆਂ ਨੂੰ ਮਾਮਾ ਜੀ ਕਹਿੰਦੇ ਸੀ? ਹਾਂ, ਕਿਉਂਕਿ ਮੰਮੀ ਦੇ ਭਰਾ ਜੋ ਸੀਗੇ ਤੇ ਸਭ ਨੂੰ ਮਾਮਾ ਜੀ ਕਹਿ ਕੇ ਬੁਲਾਉਣਾ। ਤੇ ਕੇ ਸੀ ਸ਼ਰਮਾ ਜਿਹੜਾ ਸੀਗਾ ਉਹਦੀ ਮਤਲਬ ਸਾਡੇ ਘਰ ਡਿਊਟੀ ਹੁੰਦੀ ਸੀ, ਪਾਣੀ ਆਉਂਦਾ ਸੀ ਟਾਈਮ ਟੂ ਟਾਈਮ, ਇਹਨਾਂ ਦੀ ਡਿਊਟੀ ਹੁੰਦੀ ਸੀ ਵੀ ਇਹਨਾਂ ਨੇ ਪਾਣੀ ਭਰਨਾ, ਕਿਉਂਕਿ ਸਾਡੇ ਉਦੋਂ ਨਹੀਂ ਸੀ ਇੰਨਾ ਮਤਲਬ ਡਰੰਮ ਭਰਦੇ ਹੁੰਦੇ ਸੀ ਉਦੋਂ ਪਾਣੀ ਦੇ ਵਿੱਚ, ਮਤਲਬ ਜਦੋਂ ਭਰਨਾ ਨਾ ਡਰੰਮ ਭਰ ਕੇ ਰੱਖਣੇ ਵੀ ਟਾਈਮ ਨਾਲ ਪਾਣੀ ਆਉਣਾ ਸਵੇਰੇ ਜਾਂ ਸ਼ਾਮ ਨੂੰ। ਤੇ ਮਾਮਾ ਜੀ ਨੇ ਡਰੰਮ ਭਰ ਕੇ ਰੱਖਣਾ, ਮਤਲਬ ਨਿੱਕੇ ਨਿੱਕੇ ਕੰਮ ਕਰਨੇ। ਜਾਂ ਇੱਕ ਵਾਰ ਦੀ ਘਟਨਾ ਵੀ ਮੇਰੇ ਮੰਮੀ ਜੀ ਨਾ ਵਿਆਹ ਗਏ ਸੀ ਬਲਜਿੰਦਰ ਸਿੰਘ ਰਾਜੂ ਦੇ ਨਾਲ, ਗਦਲੀ ਦੇ ਸੀਗੇ ਉਹ, ਰਹਿੰਦੇ ਦਿੱਲੀ ਸੀਗੇ, ਤੇ ਉਹਨਾਂ ਦਾ ਵਿਆਹ ਸੀਗਾ, ਉੱਥੇ ਚਲੇ ਗਏ। ਕਹਿੰਦੇ ਗੁੱਡੀ ਆਪਾਂ ਅੱਜ ਕੜਾਹ ਬਣਾਈਏ, ਕਿਉਂਕਿ ਮੈਂ ਵੀ ਛੋਟੀ, ਮੈਂ ਨਹੀਂ ਸੀ ਇੰਨਾ ਸੀਗੀ ਕੰਮ, ਮਤਲਬ ਕੜਾਹ ਵਗੈਰਾ ਨਹੀਂ ਮੈਂ ਇੰਨਾ ਬਣਾਉਂਦੀ ਹੁੰਦੀ। ਤੇ ਮੈਨੂੰ ਕਹਿੰਦੇ ਚੱਲ ਆਪਾਂ ਅੱਜ ਕੜਾਹ ਬਣਾਉਂਦੇ, ਮੈਂ ਕਿਹਾ ਚਲੋ ਬਣਾਈਏ ਮਾਮਾ ਜੀ। ਕੜਾਹ ਬਣਾਉਣ ਲੱਗੇ ਤੇ ਅਸੀਂ ਨਾ ਸੂਜੀ ਨੂੰ ਪਾਈ ਜਾਈਏ ਤੇ ਉਹ ਫੁੱਲ ਕੇ ਨਾ ਜ਼ਿਆਦਾ ਬਣੀ ਜਾਏ, ਅਸੀਂ ਕਾਫੀ ਪਾਈ ਜਾਈਏ। ਤੇ ਕਹਿੰਦੇ ਵੀ ਆਹ ਕੀ ਬਣੀ ਜਾਂਦਾ? ਮੈਂ ਕਿਹਾ ਮਾਮਾ ਜੀ ਮੈਨੂੰ ਤੇ ਆਪ ਨਹੀਂ ਪਤਾ ਕੀ ਬਣਦਾ ਪਿਆ, ਵਿੱਚ ਅਸੀਂ ਸੋਗੀ ਪਈ, ਸੋਗੀ ਵੀ ਕਾਫੀ ਮਤਲਬ ਫੁੱਲ ਜਾਵੇ। ਤੇ ਦੋਨੋਂ ਅਨਾੜੀ ਸੀਗੇ, ਨਾ ਉਹਨਾਂ ਨੂੰ ਜਾਂਚ ਸੀਗੀ ਤੇ ਨਾ ਮੈਨੂੰ ਜਾਂਚ ਸੀਗੀ। ਅਸੀਂ ਵਿੱਚ ਪਾਈ ਜਾਈਏ, ਘਿਓ ਪਾਈ ਜਾਈਏ, ਵਿੱਚ ਸੂਜੀ ਪਾਈ ਜਾਈਏ, ਵਿੱਚ ਸਾਰੀਆਂ ਚੀਜ਼ਾਂ ਪਾਈ ਜਾਈਏ, ਉਹ ਕਾਫੀ ਹੋ ਗਈ ਹੈ। ਮੈਨੂੰ ਕਹਿੰਦੇ ਹੁਣ ਪਤਾ ਕੀ ਕਰ, ਗਲੀ 'ਚ ਜਾ ਤੇ ਕਹਿ ਅੱਜ ਮੇਰਾ ਨਾ ਹੈਪੀ ਬਰਥਡੇ, ਤੇ ਆ ਜਾਓ ਸਾਰੇ ਜਣੇ ਆਪਾਂ ਰਲ ਕੇ ਖਾਂਦੇ। ਕਹਿੰਦੇ ਹੁਣ ਆਪਾਂ ਇਹਨੂੰ ਸੁੱਟਣਾ ਥੋੜ੍ਹੀ, ਆਪਾਂ ਖਾਣਾ ਤਾਂ ਹੈਗਾ ਹੀ ਹੈ ਨਾ,
ਹੁਣ ਇਹਨੂੰ ਜਾ ਗਲੀ 'ਚ ਵੰਡ ਗਿਆ। ਮਤਲਬ ਕਾਫੀ ਮਤਲਬ ਮਲਾਪੜੀ, ਸਾਨੂੰ ਮਤਲਬ ਕਦੀ ਮਹਿਸੂਸ ਹੀ ਨਹੀਂ ਸੀ ਹੋਇਆ ਵੀ ਇਹ ਸਾਡੇ ਕੋਲ ਉਪਰੇ ਆਏ ਆ ਜਾਂ ਕਿੱਦਾਂ ਵਾ। ਸਾਨੂੰ ਆਪਣੇ ਲੱਗਦੇ ਸੀਗੇ, ਜੇ ਕਿਤੇ ਚਲੇ ਜਾਂਦੇ ਤਾਂ ਸਾਡਾ ਦਿਲ ਨਹੀਂ ਸੀ ਲੱਗਦਾ ਹੁੰਦਾ ਵੀ ਹਾਏ ਅੱਜ ਘਰ ਸੁਣਨਾ ਸੁਣਨਾ ਵਾ। ਵੀ ਰਾਤ ਨੂੰ ਜੇ ਅਸੀਂ ਸੌਣਾ ਤਾਂ ਸਭ ਨੇ ਇਸ ਤਰ੍ਹਾਂ ਬਹਿ ਕੇ ਕਹਿਣਾ ਬੁਝਾਰਤਾਂ ਪਾਉਣੀਆਂ, ਜਾਂ ਜਿਸ ਤਰ੍ਹਾਂ ਕੈਲੰਡਰ ਹੋਣੇ, ਕੈਲੰਡਰ ਦੇ ਉੱਤੇ ਮਤਲਬ ਕੋਈ ਚੀਜ਼ ਲਿਖੀ ਹੋਣੀ ਤਾਂ ਕਹਿਣਾ ਚਲੋ ਲੱਭੋ ਕਿੱਦਾਂ ਵਾ। ਮਤਲਬ ਕਦੀ ਮਤਲਬ ਇਹੋ ਜਿਹੀਆਂ ਨਹੀਂ ਸੀ ਉਹਨਾਂ ਦੇ ਵਿੱਚ ਹੈਗਾ ਵੀ ਜਾਂ ਉਹ ਮਤਲਬ ਕੋਈ ਮਤਲਬ ਦਹਿਸ਼ਤ ਵਾਲੇ ਬੰਦੇ ਆ ਜਾਂ ਕਿੱਦਾਂ ਵਾ, ਨਾ ਆਮ ਨੋਰਮਲ ਬੰਦੇ ਸੀਗੇ। ਜਿਹੜੇ ਮਥੁਰਾ ਸਿੰਘ ਸੀਗੇ ਉਹ ਤੇ ਬਹੁਤ ਹੀ ਧੀਰਜ ਵਾਲੇ, ਨਾ ਉੱਚੀ ਬੋਲਣਾ ਤੇ ਨਾ ਮਤਲਬ ਡਾਂਟਣਾ ਕਿਸੇ ਨੂੰ ਜਾਂ ਕਿਸ ਤਰ੍ਹਾਂ ਸੀਗਾ, ਏਦਾਂ ਦੇ ਸੁਭਾਅ ਦੇ ਸੀਗੇ। ਮੈਂ ਸੁਣਨ ਵਾਲਿਆਂ ਨੂੰ ਦੱਸਦਿਆਂ ਕਿ ਜਿਹੜੇ ਭਾਈ ਮਥੁਰਾ ਸਿੰਘ ਨੇ ਉਹਨਾਂ ਨੂੰ ਸਿੱਖ ਸੰਘਰਸ਼ ਦੇ ਦੀ ਰੀੜ੍ਹ ਦੀ ਹੱਡੀ ਕਹਿ ਲਿਆ ਜਾਵੇ ਤਾਂ ਕੋਈ ਘੱਟ ਨਹੀਂ ਗਾ। ਬਹੁਤ ਉੱਚਾ ਨਾਮ ਹੋਇਆ ਉਸ ਯੋਧੇ ਦਾ, ਬਹੁਤਾ ਜ਼ਿਕਰ ਨਹੀਂ ਹੋ ਸਕਿਆ। ਇਹ ਸਾਡੀ ਗੱਲਾਂ ਕਰਨ ਵਾਲਿਆਂ ਦੀ ਘਾਟ ਕਹਿ ਲਓ, ਪੇਸ਼ ਕਰਨ ਵਾਲਿਆਂ ਦੀ ਘਾਟ ਕਹਿ ਲਓ, ਕਿ ਜਿੰਨਾ ਵੱਡਾ ਉਹ ਸੂਰਮੇ ਦਾ ਨਾਮ ਹੈ ਉਹਦਾ ਜ਼ਿਕਰ ਉਹਨਾਂ ਨਹੀਂ ਹੋ ਸਕਿਆ। ਬਹੁਤ ਹੱਲੇ ਦੇ ਸਿੰਘ ਸਨ। ਆਪਾਂ ਭਾਈ ਸ਼ਿੰਦੂ ਨੂੰ ਚੇਤੇ ਕਰ ਲਿਆ, ਭਾਈ ਮਥੁਰਾ ਸਿੰਘ ਨੂੰ ਕਰ ਲਿਆ, ਇਸ ਤੋਂ ਅੱਗੇ ਭਾਈ ਸੁਖਦੇਵ ਸਿੰਘ ਸੁੱਖਾ ਰਾਜਸਥਾਨ ਵਾਲੇ। ਹਾਂ, ਇਹ ਵੀ ਬਹੁਤ ਧੀਰਜ ਵਾਲੇ ਸੀਗੇ। ਮਤਲਬ ਇਹ ਵੀ ਉੱਚੀ ਨਾ ਬੋਲਣਾ ਤੇ ਨਾ ਮਤਲਬ ਮਤਲਬ ਜਦੋਂ ਸਾਡੇ ਰਹਿੰਦੇ ਸੀ ਨਾ ਮਾਹੌਲ, ਮਤਲਬ ਇਹ ਨਹੀਂ ਸੀ ਹੈਗਾ ਵੀ ਮਤਲਬ ਸ਼ਰਾਰਤਾਂ ਵਾਲਾ ਜਾਂ ਕਿੱਦਾਂ, ਏਦਾਂ ਦੀ ਕੋਈ ਗੱਲ ਨਹੀਂ ਸੀ ਹੈਗੀ ਇਹਨਾਂ ਦੇ ਵਿੱਚ। ਮਤਲਬ ਕਹਿ ਸਕਦੇ ਆਪਾਂ ਵੀ ਜਾਂ ਇਹ ਸੁਲਝੇ ਹੋਏ ਸੀ ਜਾਂ ਇਹਨਾਂ ਦੀ ਸੋਚ ਉੱਥੇ ਸੀ ਵੀ ਇਹਨਾਂ ਦੇ ਆਪਣੇ ਦਿਮਾਗ 'ਚ ਕੀ ਕਹਾਣੀਆਂ ਚੱਲਦੀਆਂ ਸੀ ਸਾਨੂੰ ਨਹੀਂ ਸੀ ਪਤਾ। ਤੁਸੀਂ ਇਕੱਲੇ ਭਾਈ ਸੁਖਦੇਵ ਸਿੰਘ ਸੁੱਖੇ ਦੀ ਗੱਲ ਕਰ ਰਹੇ ਹੋ? ਤਿੰਨਾਂ ਦੀ, ਸਾਰਿਆਂ ਦੀ ਗੱਲ ਕਰਦੀ ਹਾਂ, ਸਾਰਿਆਂ ਦੀ ਵੀ। ਮਤਲਬ ਮਤਲਬ ਇਹ ਨਹੀਂ ਸੀ ਹੈਗਾ ਵੀ, ਕਿਉਂਕਿ ਇਹ ਜਿਸ ਕੰਮ ਨੂੰ ਗਏ ਹੋਏ ਸੀ ਇਹਨਾਂ ਦੇ ਦਿਮਾਗ 'ਚ ਤਾਂ ਉਹੀ ਚੱਲਦਾ ਹੋਊਗਾ। ਟਿਕ ਟਿਕੀ ਲੱਗੀ। ਹਾਂ, ਮਤਲਬ ਕੋਈ ਇੱਦਾਂ ਦਾ ਨਹੀਂ ਸੀ ਹੈਗਾ ਵੀ ਜਾਂ ਕੋਈ ਵੀ ਕੋਈ ਮਤਲਬ ਕਰ ਲਓ ਵੀ, ਜਿਸ ਤਰ੍ਹਾਂ ਕਈ ਵਾਰ ਆਪਾਂ ਗੱਲਾਂ ਕਰਦੇ ਹੁੰਦੇ ਬੈਠੇ ਹੁੰਦੇ ਹਾਂ ਵੀ ਮਜ਼ਾਕ ਵੀ ਕਰ ਲਓ ਜਾਂ ਕਿੱਦਾਂ, ਏਦਾਂ ਦੀਆਂ ਇਹਨਾਂ ਦੇ ਵਿੱਚ ਕੋਈ ਨਹੀਂ ਸੀ ਹੈਗੀਆਂ ਗੱਲਾਂ ਵੀ। ਮਤਲਬ ਇਹਨਾਂ ਜੋ ਹੁਣ ਪਤਾ ਲੱਗਦਾ ਨਹੀਂ ਵੀ ਇਹਨਾਂ ਦੀ ਸੋਚ ਤਾਂ ਹੋਰ ਸੀ, ਇਹ ਮਤਲਬ ਇਹਨਾਂ ਦੀ ਪਲੈਨਿੰਗ ਚੱਲਦੀ ਹੁੰਦੀ ਹੋਊਗੀ ਦਿਮਾਗ ਦੇ ਵਿੱਚ ਜਾਂ ਕਿਸ ਤਰ੍ਹਾਂ ਦੀ ਸੀਗੀ, ਇਹੋ ਜਿਹੀਆਂ ਚੀਜ਼ਾਂ ਆਪਣੇ ਮਕਸਦ ਪ੍ਰਤੀ ਸੰਜੀਦਾ ਸੰਜੀਦਾ ਸੀਗੇ। ਹਾਂ, ਤੇ ਹੋਰ ਇਸ ਤੋਂ ਇਲਾਵਾ ਸਿੰਘ ਭਾਈ ਹਰਜਿੰਦਰ ਸਿੰਘ ਜਿੰਦਾ, ਇਹ ਮਾਮਾ ਜੀ ਜਿਹੜੇ ਸੀ ਨਾ, ਤੁਹਾਨੂੰ ਦੱਸਿਆ ਵੀ ਕਦੀ ਕਤਾਈ ਆਉਂਦੇ ਹੁੰਦੇ ਸੀਗੇ, ਜ਼ਿਆਦਾ ਰਹਿੰਦੇ ਹੁੰਦੇ ਸੀਗੇ ਦਿੱਲੀ, ਇਹਨਾਂ ਦੀ ਰਿਸ਼ਤੇਦਾਰੀ ਸੀ ਉਹਨਾਂ ਵੱਲ ਵੀ। ਤੇ ਇਹਨਾਂ ਨੇ ਜਦੋਂ ਵੀ ਆਉਣਾ, ਮਤਲਬ ਇਹ ਮਤਲਬ ਕਹਿ ਸਕਦੇ ਸ਼ਰਾਰਤੀ ਜੀ ਨੇਚਰ ਵਾਲੇ ਸੀਗੇ ਥੋੜ੍ਹੇ ਜਿਹੇ, ਵੀ ਇਹ ਚੁਲਬਲੇ ਸੀਗੇ, ਮਤਲਬ ਇਹ ਸ਼ਾਂਤਮਈ ਬਹਿਣ ਵਾਲੇ ਨਹੀਂ ਸੀਗੇ ਹੈਗੇ, ਮਤਲਬ ਹਾਸੇ ਮਜ਼ਾਕ ਵਾਲੇ ਸੀਗੇ। ਮਤਲਬ ਇੱਕ ਵਾਰੀ ਅਸੀਂ ਇਹਨਾਂ ਨਾਲ ਏਅਰਪੋਰਟ 'ਤੇ ਗਏ ਸੀ, ਮਾਸੀ ਜੀ ਬਿੰਦਰ ਆਈ ਹੋਈ ਸੀਗੀ, ਅਤੇ ਰੱਖੜੀਆਂ ਦੇ ਦਿਨ ਸੀਗੇ, ਅਤੇ ਮੈਂ ਗਈ, ਮੰਮੀ ਗਏ, ਮਾਸੀ ਜੀ ਗਏ, ਸਾਨੂੰ ਏਅਰਪੋਰਟ ਇੰਦਰਾ ਗਾਂਧੀ ਏਅਰਪੋਰਟ 'ਤੇ ਲੈ ਕੇ ਗਏ, ਚਲੋ ਤੁਹਾਨੂੰ ਘੁਮਾ ਕੇ ਲਿਆਉਂਦੇ ਹਾਂ। ਮਤਲਬ ਖਤਰਿਆਂ ਦੇ ਵਿੱਚ ਵੀ ਇਹ ਖੇਡਦੇ ਸੀਗੇ, ਮਤਲਬ ਇਹ ਨਹੀਂ ਸੀ ਸੋਚਦੇ ਵੀ ਜਾਂ ਵੀ ਕੋਈ ਖਤਰਾ ਹੋ ਜੂ ਜਾਂ ਕੋਈ ਫੜ ਲੂ ਜਾਂ ਕਿੱਦਾਂ, ਮਤਲਬ ਇਹੋ ਜਿਹੀ ਕੋਈ ਗੱਲ ਨਹੀਂ ਸੀ ਹੈਗੀ। ਮਤਲਬ ਸਾਨੂੰ ਏਅਰਪੋਰਟ 'ਤੇ ਘੁਮਾ ਕੇ ਲੈ ਕੇ ਆਏ। ਇਸ ਤੋਂ ਇਲਾਵਾ ਮੈਂ ਗੱਲ ਤੁਹਾਡੀ ਰੋਕੀ ਆ ਕਿ ਮੈਂ ਚਾਹੁੰਦਾ ਕਿ ਵੱਧ ਤੋਂ ਵੱਧ ਆਪਾਂ ਸਿੱਖ ਯੋਧਿਆਂ ਦੇ ਨਾਮ ਦੇ ਇੱਥੇ ਜ਼ਿਕਰ ਕਰ ਲਈਏ। ਹਾਂਜੀ, ਜਿੱਥੋਂ ਤੱਕ ਮੈਨੂੰ ਪਤਾ ਕਿ ਇਹ ਟੀਮ 'ਚ ਤਕਰੀਬਨ 7 ਜਾਂ 8 ਸਿੰਘ ਸਨ, ਮੈਂ ਆਪਣੇ ਸੁਣਨ ਵਾਲਿਆਂ ਨੂੰ ਦੱਸਦੇ ਹਾਂ। ਮੈਨੂੰ ਥੋੜ੍ਹਾ ਜਿਹਾ ਵਿਸ਼ੇਸ਼ਣ ਤਾਂ ਕਰਨਾ ਪੈ ਰਿਹਾ ਕਿ ਕਈ ਵਾਰੀ ਜਦੋਂ ਅਸੀਂ ਮਹਿਮਾਨ ਨਾਲ ਗੱਲ ਕਰ ਰਹੇ ਹੁੰਦੇ ਹਾਂ ਤਾਂ ਉਹ ਆਪਣੇ ਤਰੀਕੇ ਨਾਲ ਗੱਲ ਦੱਸ ਰਹੇ ਹੁੰਦੇ ਆ, ਅਤੇ ਮੈਂ ਇਹ ਚਾਹੁੰਦਾ ਕਿ ਤੁਸੀਂ ਸਾਡੀ ਗੱਲ ਨੂੰ ਜਦੋਂ ਸੁਣ ਰਹੇ ਹੋ ਤੁਹਾਨੂੰ ਪੂਰਾ ਪਤਾ ਲੱਗਣਾ ਚਾਹੀਦਾ ਕਿ ਅਸੀਂ ਕਿਸ ਬਾਰੇ ਗੱਲ ਕਰ ਰਹੇ ਹਾਂ। ਗੱਲ ਇੱਦਾਂ ਹੋਈ ਕਿ ਜਦੋਂ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋਇਆ ਤਾਂ ਪੰਜਾਬ ਦੇ ਵਿੱਚ ਵਸਦੇ ਹੋਏ ਸਿੱਖ, ਜਿਹੜੀ ਸਿੱਖ ਜਵਾਨੀ ਆ ਨਾ, ਉਹਨਾਂ ਨੇ ਕੁਝ ਕਰਨ ਦਾ ਸੋਚ ਲਿਆ। ਉਹ ਕਰਨ ਦੇ ਮਕਸਦ ਦੇ ਨਾਲ, ਜਾਂ ਕਹਿ ਲਓ ਜਿਹੜੇ ਸੰਤ ਜਰਨੈਲ ਸਿੰਘ ਜੀ ਨੂੰ ਪ੍ਰੇਮ ਕਰਦੇ ਸਨ, ਉਹਨਾਂ ਦੇ ਸਿੱਧੇ ਸੰਪਰਕ ਦੇ ਵਿੱਚ ਸਨ, ਉਹ ਸਿੰਘ ਦਰਬਾਰ ਸਾਹਿਬ ਦੇ ਹਮਲੇ ਨੂੰ ਮਨ 'ਚ ਰੋਸ ਧਾਰ ਕੇ ਤਾਂ ਉਹ ਪੰਜਾਬ ਛੱਡ ਕੇ ਦਿੱਲੀ ਚਲੇ ਗਏ। ਇਹਨਾਂ ਨਾਵਾਂ ਦੇ ਵਿੱਚ ਜਿਵੇਂ ਕਿ ਮੈਂ ਭਾਈ ਰਣਜੀਤ ਸਿੰਘ ਕੁੱਕੀ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਮੈਨੂੰ ਇਹ ਦੱਸਿਆ ਕਿ ਜਿਵੇਂ ਕਿ ਭਾਈ ਦਲਜੀਤ ਸਿੰਘ ਬਿੱਟੂ ਜਿਹੜੇ ਅੱਜ ਮੌਜੂਦ ਨੇ, ਸਿੱਖ ਸੰਘਰਸ਼ ਵਿੱਚ ਵੱਡਾ ਨਾਮ ਰਿਹਾ ਉਹਨਾਂ ਦਾ, ਇਸੇ ਤਰ੍ਹਾਂ ਭਾਈ ਰਣਜੀਤ ਸਿੰਘ ਕੁੱਕੀ, ਭਾਈ ਸੁਖਵਿੰਦਰ ਸਿੰਘ ਸੁਖੀ, ਇਹ ਤਿੰਨੇ ਸਿੰਘ ਮੌਜੂਦ ਨੇ। ਇਹ ਤਿੰਨੇ ਜਿਹੜੇ ਨੇ ਲੁਧਿਆਣੇ ਦੇ ਵਾਸੀ ਆ। ਇਸ ਤਰੀਕੇ ਨਾਲ 4 ਨਾਮ ਹੋਰ ਆ ਜਿਹਦੇ ਵਿੱਚ ਭਾਈ ਹਰਜਿੰਦਰ ਸਿੰਘ ਜਿੰਦਾ ਜਿਹੜੇ ਕਿ ਪਿੰਡ ਗਦਲੀ ਦੇ ਵਾਸੀ, ਭਾਈ ਸੁਖਦੇਵ ਸਿੰਘ ਸੁੱਖਾ ਜਿਹੜੇ ਭਾਈ ਬਲਜਿੰਦਰ ਸਿੰਘ ਰਾਜੂ ਦੇ ਰਿਸ਼ਤੇਦਾਰ ਅਤੇ ਉਹ ਰਾਜਸਥਾਨ ਦੇ ਵਾਸੀ, ਪਰ ਸੁਭਾਅ ਤੌਰ 'ਤੇ ਸਭ ਕੁਛ ਉਹਨਾਂ ਦਾ ਮਝੈਲਾਂ ਵਾਲਾ ਹੀ ਰਿਹਾ, ਉਹ ਤਕਰੀਬਨ ਕਹਿ ਸਕਦੇ ਹਾਂ ਕਿ ਮਾਝੇ ਨਾਲ ਹੀ ਸੰਬੰਧਿਤ ਨੇ ਭਾਈ ਸੁਖਦੇਵ ਸਿੰਘ ਸੁੱਖਾ। ਇਹਨਾਂ ਦੋਵਾਂ ਸਿੰਘਾਂ ਨੇ ਭਾਈ ਜਿੰਦੇ ਭਾਈ ਸੁੱਖੇ ਹੁਣਾਂ ਨੇ ਹੋਰ ਸਿੰਘਾਂ ਦੇ ਸਮੇਤ ਰਲ ਕੇ ਵੈਦਿਆ ਨੂੰ ਸਜ਼ਾ ਦਿੱਤੀ ਅਤੇ ਦੋਵੇਂ ਸਿੰਘ 9 ਅਕਤੂਬਰ 1992 ਨੂੰ ਫਾਂਸੀ ਦੇ ਕੇ
ਪੂਨੇ ਜੇਲ੍ਹ ਦੇ ਵਿੱਚ ਸ਼ਹੀਦ ਕਰ ਦਿੱਤੇ ਗਏ ਸਨ। ਇਸ ਤੋਂ ਇਲਾਵਾ ਦੋ ਨਾਮ ਹੋਰ, ਭਾਈ ਸੁਖਵਿੰਦਰ ਸਿੰਘ ਸ਼ਿੰਦੂ ਉਰਫ ਕੇ ਸੀ ਸ਼ਰਮਾ ਅਤੇ ਚੌਥਾ ਨਾਮ ਸ਼ਹੀਦ ਭਾਈ ਹਰਵਿੰਦਰ ਸਿੰਘ ਉਰਫ ਚਾਚਾ ਮਥਰਾ ਸਿੰਘ। ਇਸ ਤੋਂ ਇਲਾਵਾ ਸ਼ਹੀਦ ਭਾਈ ਬਲਜਿੰਦਰ ਸਿੰਘ ਰਾਜੂ ਦੀ ਗੱਲ ਹੋ ਰਹੀ ਆ, ਭਾਈ ਨਿਰਮਲ ਸਿੰਘ ਨਿੰਮਾ ਦੀ ਹੋ ਰਹੀ ਆ। ਇਹ ਸਾਰੇ ਜਿਹੜੇ ਯੋਧੇ ਨੇ, ਇਹ ਜਿਹੜੇ ਯੋਧੇ ਭਾਈ ਸੁਰਜੀਤ ਸਿੰਘ ਪੈਂਟੇ ਦੇ ਪਰਿਵਾਰ ਕੋਲ ਅਕਸਰ ਦਿੱਲੀ ਰਹਿੰਦੇ ਸਨ। ਆਉਣ ਜਾਣ ਸੀ, ਉਹਨਾਂ ਦਾ ਇੱਕ ਟਿਕਾਣਾ ਸੀ, ਉਹਨਾਂ ਨੂੰ ਇੱਕ ਪਨਾਹ ਮਿਲੀ ਹੋਈ ਸੀ। ਉੱਥੋਂ ਹੀ ਉਹ ਆਪਣੀਆਂ ਖਾਲਸਾਈ ਕਾਰਵਾਈਆਂ ਸਿੱਖ ਸੰਘਰਸ਼ ਵਿੱਚ ਤੇਜ਼ੀ ਲਿਆਉਣ ਲਈ ਕਰਦੇ ਸਨ। ਸੋ ਇਹ ਜਿਹੜੇ ਭੈਣ ਜੀ ਮੇਰੇ ਨਾਲ ਬੈਠੇ ਹੋਏ ਆ, ਇਹ ਭਾਈ ਸੁਰਜੀਤ ਸਿੰਘ ਪੈਂਟਾ ਦੇ ਭੈਣ ਜੀ ਨੇ, ਜਿਨ੍ਹਾਂ ਦੇ ਤਿੰਨ ਭਰਾ ਸ਼ਹੀਦ ਨੇ, ਪਤੀ ਸ਼ਹੀਦ ਆ, ਮਾਸੂਮ ਬੱਚਾ ਸ਼ਹੀਦ ਆ ਅਤੇ ਦੇਰ ਸ਼ਹੀਦ ਆ। ਇਸ ਤੋਂ ਇਲਾਵਾ ਰਿਸ਼ਤੇਦਾਰੀ ਦੀ ਦੁਨੀਆਂ ਦੇ ਵਿੱਚ ਵੀ ਹੋਰ ਸ਼ਹੀਦ ਨੇ। ਸੋ ਇਹ ਆਪਾਂ ਗੱਲ ਕਰ ਰਹੇ ਹਾਂ। ਸੋ ਭੈਣ ਜੀ, ਆਪਾਂ ਕੁਝ ਕੁਝ ਜ਼ਿਕਰ ਕਰ ਚੁੱਕੇ ਹਾਂ, ਤੁਸੀਂ, ਮੈਂ ਚਾਹੁੰਦਾ ਭਾਈ ਦਲਜੀਤ ਸਿੰਘ ਬਿੱਟੂ ਦੇ ਸੁਭਾਅ ਬਾਰੇ ਗੱਲ ਕਰੋ। ਆਮ ਤੌਰ 'ਤੇ ਆਪਾਂ ਜਾਣਦੇ ਹਾਂ ਕਿ ਉਹ ਬਹੁਤ ਘੱਟ ਬੋਲਦੇ ਆ, ਬਹੁਤ ਘੱਟ ਬੋਲਦੇ ਤੇ ਚੁੱਪ ਰਹਿੰਦੇ ਆ ਜਾਂ ਸੰਜੀਦਾ ਰਹਿੰਦੇ ਆ, ਕਿ ਤੁਸੀਂ ਕੀ ਮਹਿਸੂਸ ਕੀਤਾ ਜਦੋਂ ਆਇਆ ਕਰਦੇ ਸਨ? ਜਿੱਦਾਂ ਹੁਣ ਆ ਨਾ, ਇਹੀ ਨੇਚਰ ਉਦੋਂ ਸੀ ਇਹਨਾਂ ਦੀ ਜਦੋਂ ਲਾਸਟ ਟਾਈਮ ਆਏ ਆ, ਮਤਲਬ ਸੁਖਦੇਵ ਸਿੰਘ ਮਾਮਾ ਜੀ ਦੇ ਨਾਲ। ਉਦਣ ਦਲਜੀਤ ਸਿੰਘ ਬਿੱਟੂ ਵੀਰ ਜੀ ਵੀ ਆਏ ਆ। ਵੀਰ ਜੀ ਨੇ ਬਹੁਤ ਮਤਲਬ ਬੋਲਣਾ ਹੀ ਨਹੀਂ ਗਾ, ਸਿਰਫ ਸਤਿ ਸ੍ਰੀ ਅਕਾਲ ਤੋਂ ਬਗੈਰ ਉਹਨਾਂ ਨੇ ਕਦੀ ਨਹੀਂ ਬੋਲਣਾ। ਹੁਣ ਵੀ ਆਉਂਦੇ ਆ ਨਾ ਜਦੋਂ, ਤੇ ਮੈਂ ਹੁਣ ਵੀ ਮਤਲਬ ਕਹਿੰਦੀ ਹਾਂ ਵੀ ਮਾਮਾ ਜੀ ਤੁਸੀਂ ਬਹੁਤ ਮਤਲਬ ਘੱਟ ਬੋਲਦੇ ਜਾਂ ਕਿਸ ਤਰ੍ਹਾਂ, ਮਤਲਬ ਹੁਣ ਵੀ ਉਹ ਸੰਜੀਦਾ ਹੀ ਆ। ਉਹਨਾਂ ਦੇ ਸੰਜੀਦਾ ਦੇ ਵਿੱਚ ਵੀ ਕੁਛ ਨਾ ਕੁਛ ਤਹਿਰਾਜ ਹੈਗਾ ਵਾ, ਜਿਹੜਾ ਵੀ ਉਹ ਬੋਲਦੇ ਨਹੀਂ ਗੇ, ਬਹੁਤ ਘੱਟ ਬੋਲਦੇ ਆ, ਤੇ ਇਹ ਸ਼ੁਰੂ ਤੋਂ ਉਹਨਾਂ ਦੀ ਨੇਚਰ ਆ। ਤੇ ਇਹ ਪੁੱਛਣਾ ਚਾਹੁੰਦਾ, ਭਾਈ ਦਲਜੀਤ ਸਿੰਘ ਦਾ ਜ਼ਿਕਰ ਮੈਂ ਇਸ ਕਰਕੇ ਕੀਤਾ ਕਿ ਠੀਕ ਆ, ਭਾਈ ਹਰਜਿੰਦਰ ਸਿੰਘ ਜਿੰਦਾ ਦਾ ਸੁਭਾਅ ਥੋੜਾ ਜਿਹਾ ਵੱਖਰਾ ਮੰਨਿਆ ਜਾਂਦਾ ਕਿ ਉਹ ਆਮ ਨਾਲੋਂ ਵਧੇਰੇ ਤੇਜ਼ ਤਰਾਰ ਸਨ, ਵਧੇਰੇ ਹਾਂ, ਤੇ ਉਹ ਗੱਲਾਂ ਦੀ ਕਾਢ ਕੱਢ ਲੈਂਦੇ ਸਨ ਜਾਂ ਮੌਕਿਆਂ ਦੇ ਉੱਤੇ ਵੀ ਸਾਰਾ ਭੇਸ ਜਾਂ ਭੇਤ ਆਪਣਾ ਰੱਖ ਲੈਂਦੇ ਸਨ। ਹੁਣ ਗੱਲ ਇੱਥੇ ਆ ਗਈ ਕਿ ਜਿਹੜੇ ਬਾਕੀ ਸਿੰਘ ਸਨ, ਕੀ ਉਹ ਵੀ ਭਾਈ ਦਲਜੀਤ ਸਿੰਘ ਵਾਂਗ ਸਨ? ਕਿਉਂਕਿ ਇਹ ਤਾਂ ਸਾਡੇ ਸਾਹਮਣੇ ਨੇ, ਹਾਂਜੀ, ਕੀ ਬਾਕੀ ਵੀ ਇੰਝ ਹੀ ਵਿਹਾਰ ਤੌਰ ਤੇ ਸਨ? ਹਾਂਜੀ, ਮੈਂ ਤੁਹਾਨੂੰ ਦੱਸਿਆ ਤੇ ਹੈਗਾ ਵੀ ਮਤਲਬ ਮਥਰਾ ਸਿੰਘ ਸੀਗੇ ਜਿਹੜੇ ਹੈਗੇ, ਤੇ ਮਤਲਬ ਸਾਡੇ ਨਾਲ ਨਹੀਂ ਸੀਗੇ, ਸਾਡੇ ਨਾਲ ਜਿਸ ਤਰ੍ਹਾਂ ਆਪਾਂ ਆਮ ਫੈਮਿਲੀ ਦੇ ਵਿੱਚ ਰਹਿੰਦੇ ਤੇ ਆਪਾਂ ਗੱਲਾਂ ਕਰਦੇ ਹਾਂ, ਇਸ ਤਰੀਕੇ ਨਾਲ ਸਾਡੇ ਨਾਲ ਤੇ ਉਹ ਵਿਚਰਦੇ ਸੀ, ਕਿਉਂਕਿ ਉਹਨਾਂ ਨੇ ਇੱਕ ਸਾਨੂੰ ਬਣਾ ਲਿਆ ਸੀ, ਇੱਕ ਪਰਿਵਾਰ ਦੇ, ਅਸੀਂ ਵੀ ਉਹਨਾਂ ਨੂੰ ਪਰਿਵਾਰ ਦੇ ਮੈਂਬਰ ਬਣਾ ਲਿਆ ਸੀਗਾ ਇੱਕ ਹਿਸਾਬ ਦੇ। ਮਤਲਬ ਜੇ ਮੈਨੂੰ ਕਿਸੇ ਨੇ ਕੁਛ ਕਹਿਣਾ ਜਾਂ ਕਿਸੇ ਨੇ ਕੁਛ ਕਹਿਣਾ, ਉਹਨਾਂ ਨੇ ਉਸੇ ਵੇਲੇ ਟੋਕ ਦੇਣਾ ਵੀ ਤੁਸੀਂ ਇੱਥੇ ਗਲਤ ਜੇ ਜੀ। ਜੇ ਮੰਮੀ ਨੇ ਕਹਿਣਾ ਵੀ ਆ ਲੈਂਦੋ, ਤੁਹਾਡੇ ਡੈਡੀ ਨੂੰ ਦੱਸਦੀ ਹਾਂ ਮੈਂ, ਤੇ ਉਹਨਾਂ ਕਹਿਣਾ ਭੈਣ ਜੀ ਤੇਰੀ ਸ਼ਿਕਾਇਤ ਪਹਿਲਾਂ ਹੀ ਲਾਉਣੀ ਆ, ਤੂੰ ਕੁੜੀ ਤੋਂ ਕੰਮ ਸਾਰਾ ਕਰਾ ਲੈਂਦੀ ਹੈ ਤੇ ਬਾਅਦ 'ਚ ਤੂੰ ਨਾ ਇਹਦਾ ਵਿਚਾਰੀ ਦਾ ਲਾ ਦਿੰਦੀ ਹੈ। ਮਤਲਬ ਇੱਦਾਂ ਦੀ, ਮਤਲਬ ਮੇਰੀ ਸਪੋਰਟ ਬਹੁਤ ਕਰਦੇ ਸੀ, ਮੈਂ ਹੋਰ ਤੇ ਕਿਸੇ ਨੂੰ ਕਹਿਣਾ ਨਹੀਂ, ਮੇਰੀ ਸਪੋਰਟ ਬਹੁਤ ਜ਼ਿਆਦਾ ਹੁੰਦੀ ਸੀਗੀ। ਤੇ ਜਾਂ ਫਿਰ ਕਹਿਣਾ ਵੀ ਜਦੋਂ ਭੈਣ ਜੀ ਅਸੀਂ ਇਹਦਾ ਵਿਆਹ ਕੀਤਾ ਨਾ, ਅਸੀਂ ਇਹਨੂੰ ਸੋਨੇ ਨਾਲ ਤੋਲ ਦੇਣਾ, ਤੇ ਡੈਡੀ ਮੇਰੇ ਨੇ ਹੱਸਣਾ ਕਹਿਣਾ ਤੁਹਾਨੂੰ ਅਸੀਂ ਦੱਸਣਾ ਨਹੀਂ ਜਦੋਂ ਅਸੀਂ ਵਿਆਹ ਕਰਨਾ ਇਹਦਾ, ਕਿਉਂਕਿ ਮੈਂ ਛੋਟੀ ਸੀ, ਕੰਮ ਮੇਰੇ ਤੋਂ ਬਹੁਤ ਲੈਂਦੇ ਸੀਗੇ ਉਹ। ਜੇ ਕੱਪੜੇ ਤੋਂ ਆਣੇ ਨਾ, ਉਹਨਾਂ ਨੇ ਕਹਿਣਾ ਵੇਖ ਲਾ ਸਾਡੀ ਭੈਣ ਬਣ ਕੇ ਮੇਰੇ ਕੱਪੜੇ ਕਿਸੇ ਹੋਰ ਨੂੰ ਨਾ ਦਵੀ, ਮੇਰੇ ਸੂਟ ਮੇਰਾ ਸੂਟ ਤੂੰ ਆਪਣੇ ਕੋਲ ਰੱਖਣਾ ਵਾ, ਕਿਸੇ ਦੂਜੇ ਨੇ ਜੇ ਰਾਜੂ ਵਰਗੇ ਨੇ ਮੰਗਿਆ ਉਹਨੂੰ ਨਹੀਂ ਦੇਣਾ, ਜੇ ਸੁਖਦੇਵ ਨੇ ਮੰਗਿਆ ਉਹਨੂੰ ਨਹੀਂ ਦੇਣਾ। ਮਤਲਬ ਇਹੋ ਜਿਹੀਆਂ ਸ਼ਰਤਾਂ ਮਤਲਬ ਲਾ ਕੇ ਜਾਂਦੇ ਹੁੰਦੇ ਸੀ ਵੀ ਤੂੰ ਦੇਣਾ ਨਹੀਂ, ਪਰ ਜਦੋਂ ਉਹਨਾਂ ਨੇ ਆਉਣਾ, ਜਦੋਂ ਉਹਨਾਂ ਨੇ ਪਿਆਰ ਨਾਲ ਬੋਲਣਾ ਤੇ ਮੈਂ ਉਹਨਾਂ ਨੂੰ ਦੇ ਦੇਣਾ। ਮਤਲਬ ਇੱਦਾਂ ਦੀ ਸਾਡੇ ਵਿੱਚ ਮਤਲਬ ਕੋਈ ਹੈ, ਤੁਹਾਨੂੰ ਦੱਸਿਆ ਨਾ ਵੀ ਜਦੋਂ ਉਹ ਚਲੇ ਜਾਂਦੇ ਸੀ ਸਾਡਾ ਘਰ ਸੁੰਨਾ ਹੋ ਜਾਂਦਾ ਸੀ। ਅੱਛਾ, ਇੱਕ ਗੱਲ ਆ ਕਿ ਤੁਸੀਂ ਸਾਰੇ ਜੁਝਾਰੂਆਂ ਨੂੰ ਬੜੇ ਨੇੜੇ ਹੋ ਕੇ ਦੇਖਿਆ, ਤੁਹਾਡੇ ਭਰਾ ਵੀ ਇਸ ਲੀਏ ਤੁਰੇ। ਹਾਂਜੀ, ਸਰਕਾਰ ਜਾਂ ਸਰਕਾਰ ਦਾ ਮੀਡੀਆ ਜਿਹੜਾ, ਉਹਦੇ ਲਈ ਸਾਰੇ ਹੀ ਖਤਰਨਾਕ ਅੱਤਵਾਦੀ ਨੇ। ਹਾਂਜੀ ਹਾਂਜੀ, ਕੀ ਤੁਹਾਨੂੰ ਇਹ ਲੱਗਦਾ ਕਿ ਆਪਣੇ ਸਾਰੇ ਬੰਦੇ ਖਤਰਨਾਕ ਸਨ? ਨਹੀਂ, ਸਰਕਾਰਾਂ ਨੂੰ ਤੇ ਡਰਾਉਣ ਵਾਲੇ ਹੈਗੇ ਸੀਗੇ, ਮਤਲਬ ਸਰਕਾਰਾਂ ਤੇ ਡਰਦੀਆਂ ਸੀ, ਥਰ ਥਰ ਕੰਬਦੀਆਂ ਸੀਗੀਆਂ। ਐਵੇਂ ਥੋੜੀ ਉਹਨਾਂ ਤੇ ਨਾਮ ਰੱਖ ਦਿੱਤੇ ਗਏ ਸੀਗੇ, ਵੀ ਡਰਦੀਆਂ ਸੀ ਤੇ ਨਾਮ ਰੱਖੇ ਸੀ ਉਹਨਾਂ ਦੇ ਉੱਤੇ। ਹੁਣ ਹਰਜਿੰਦਰ ਸਿੰਘ ਜਿੰਦਾ ਸੀਗਾ, ਇਹਦਾ ਤੇ ਜਦੋਂ ਮਤਲਬ ਸਾਡੀ ਗਲੀ ਦੇ ਵਿੱਚ ਸੀਗੀ ਲੇਡੀ, ਜਿਹਨੇ ਮਤਲਬ ਸਾਨੂੰ ਪਤਾ ਲੱਗਾ ਬਾਅਦ ਚ ਵੀ ਇਹਨੇ ਦੱਸਿਆ ਵੀ ਇਹ ਇਹਨਾਂ ਦੇ ਘਰ ਰਹਿੰਦਾ ਵਾ, ਕਿਉਂਕਿ ਇਹਨਾਂ ਦਾ ਟੀਵੀ ਦੇ ਉੱਪਰ ਆ ਗਿਆ ਸੀਗਾ ਵੀ ਜਿਹੜਾ ਵੀ ਦੱਸੂਗਾ ਉਹਨੂੰ ਇਨਾਮ ਦਿੱਤਾ ਜਾਊਗਾ। ਤੇ ਸਾਨੂੰ ਮਤਲਬ ਥੋੜਾ ਥੋੜਾ ਪਤਾ ਲੱਗਦਾ ਵੀ ਉਸ ਲੇਡੀ ਨੇ ਦੱਸਿਆ ਸੀ ਵੀ ਇਹਨਾਂ ਦੇ ਘਰ ਰਹਿੰਦੇ ਆ, ਤਾਂ ਹੀ ਸਾਡੇ ਘਰ ਬਾਅਦ ਚੋਂ ਪੁਲਿਸ ਆਈ ਹੈ। ਪਹਿਲਾਂ CID ਦੇ ਤੌਰ ਤੇ ਮਤਲਬ ਆਈ, ਮਤਲਬ ਥੋੜਾ ਜਿਹਾ ਮਤਲਬ ਭੇਸ ਬਦਲ ਕੇ ਆਈ, ਮੰਗਤੇ ਬਣ ਕੇ ਆਏ ਪਹਿਲਾਂ ਸਾਡੇ ਘਰ ਵੀ ਸਾਨੂੰ ਮਤਲਬ ਜਿਸ ਤਰ੍ਹਾਂ ਮੰਗਤਾ ਨਹੀਂ ਆਉਂਦਾ ਮੰਗਣ ਵਾਸਤੇ, ਇਸ ਤਰ੍ਹਾਂ ਸਾਡੇ ਘਰ ਪ੍ਰੋਗਰਾਮ ਚੱਲਦਾ ਪਿਆ ਸੀ, ਇੱਦਾਂ ਮੰਗਤੇ ਦੇ ਭੇਸ ਜਾਣ ਕੇ ਰੋਟੀ ਰੋਟੀ ਖਾ ਕੇ ਘਰੋਂ ਗਏ ਆ। ਉਸ ਤੋਂ ਬਾਅਦ ਹੌਲੀ ਹੌਲੀ ਸਾਡੇ ਘਰ ਮਤਲਬ ਪੁਲਿਸ ਨੇ ਆਉਣਾ ਸ਼ੁਰੂ ਕੀਤਾ ਸੀ, ਪਹਿਲਾਂ ਨਹੀਂ। ਤੇ ਉਸ ਤੋਂ ਬਾਅਦ ਹੀ ਮਤਲਬ ਮਾਮਾ ਜੀ ਜਿੰਦਾ ਜਿਹੜੇ ਘੱਟ ਸੀਗੇ, KC ਸ਼ਰਮਾ ਤੇ ਮਥਰਾ ਸਿੰਘ ਜਿਹੜੇ ਸੀ ਉਹ ਸਾਡੇ ਘਰ ਹਰ ਵੇਲੇ ਰਹਿੰਦੇ ਸੀਗੇ, ਰਾਤ ਦਿਨ ਰਹਿੰਦੇ ਸੀਗੇ, ਉਹ ਨਹੀਂ ਸੀ ਕਿਤੇ ਹੋਰ ਗਏ, ਉਹਨਾਂ ਦੀ ਪਨਾਹ ਸਾਡੇ ਘਰੇ ਸੀਗੀ ਜ਼ਿਆਦਾ। ਤਕਰੀਬਨ ਕਿੰਨਾ ਚਿਰ ਰਹੇ ਹੋਣਗੇ? ਇਹ ਮੈਨੂੰ ਲੱਗਦਾ 5-6 ਮਹੀਨੇ ਤੇ ਸਾਡੇ ਕੋਲ ਰਹੇ ਆ।
ਪੂਰੇ ਦਰਬਾਰ ਸਾਹਿਬ ਦੇ ਹਮਲੇ ਹੋਣ ਤੋਂ ਬਾਅਦ ਛੇਤੀ ਆ ਗਏ ਸਨ? ਹਾਂ, ਬਾਅਦ ਚ ਜਲਦੀ ਆ ਗਏ ਸੀ, ਮਹੀਨੇ ਬਾਅਦ ਜਿਸ ਤਰ੍ਹਾਂ ਆ ਜਾਂਦੇ ਨਾ ਇਸ ਤਰੀਕੇ ਨਾਲ ਆਏ ਸੀ, ਪਹਿਲਾਂ ਬਲਜਿੰਦਰ ਸਿੰਘ ਰਾਜੂ ਗਏ ਆ। ਸੋ ਜਿਹੜੀ ਆਪਾਂ ਗੱਲਬਾਤ ਕੀਤੀ ਆ ਇਕੱਲੇ ਇਕੱਲੇ ਸਿੰਘ ਬਾਰੇ, ਕੁਛ ਕੁਛ ਜਾਣਨਾ ਆਪਾਂ ਕੀਤਾ, ਮੈਂ ਇਸ ਤੋਂ ਵਧੇਰੇ ਹੋਰ ਪੁੱਛਣਾ ਚਾਹੁੰਦਾ ਕਿ ਮੈਂ ਇਕੱਲੇ ਇਕੱਲੇ ਸਿੰਘ ਦਾ ਨਾਮ ਲੈ ਕੇ ਅਤੇ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਕਿ ਤੁਹਾਡੇ ਸਭ ਤੋਂ ਵੱਡੇ ਭਰਾ ਦਾ ਨਾਮ? ਸਭ ਤੋਂ ਵੱਡਾ ਬ੍ਰਦਰ ਸੀ ਪਰਮਜੀਤ ਸਿੰਘ ਕਾਲਾ। ਉਹ ਵੀ ਸ਼ਹੀਦ ਹੋਏ ਆ? ਹਾਂਜੀ, ਉਹ ਵੀ ਸ਼ਹੀਦ ਹੋਏ, ਉਹ ਮਹਾਰਾਸ਼ਟਰ ਦੇ ਵਿੱਚ ਹੋਏ ਆ। ਉੱਥੇ ਮਤਲਬ ਜਦੋਂ ਇੱਧਰੋਂ ਗਏ ਆ ਮਹਾਰਾਸ਼ਟਰ ਦੇ ਵਿੱਚ, ਅਤੇ ਇਹ ਕਿਸੇ ਹੋਟਲ ਸੁਣਨ, ਕਿਉਂਕਿ ਉਦੋਂ ਅਸੀਂ ਭਗੌੜੇ ਸੀਗੇ ਸਾਰੇ, ਮੈਂ ਉਸ ਟਾਈਮ 'ਤੇ ਦਿੱਲੀ ਸੀਗੀ, ਗਿਆਨੀ ਵੀ ਦਿੱਲੀ ਸੀਗਾ, ਰਾਜਾ ਵੀ ਦਿੱਲੀ ਸੀ, ਅਤੇ ਅਸੀਂ ਸਰਜੀਤ ਦੇ ਨਾਲ ਸੀਗੇ ਪੈਂਟ ਦੇ। ਕੀ ਗੱਲ ਵਾਪਰੀ ਵੱਡੇ ਭਰਾ ਨੂੰ? ਵੱਡੇ ਬ੍ਰਦਰ ਨਾਲ ਕਹਿੰਦੇ ਵੀ ਹੋਟਲ ਦੇ ਵਿੱਚ ਕਿੱਥੇ ਠਹਿਰ, ਮਤਲਬ ਇਹਨਾਂ ਨੇ ਖਾਣਾ ਖਾਧਾ ਵਾ, ਖਾਣਾ ਖਾਣ ਤੋਂ ਬਾਅਦ ਮਤਲਬ ਹੋਟਲ ਵਾਲੇ ਨਾਲ ਤੂੰ ਤੂੰ ਮੈਂ ਹੋਈ ਹੈ ਇਹਨਾਂ ਦੀ ਕਿਤੇ। ਇਹ ਜਦੋਂ ਮਤਲਬ ਉੱਠਣ ਲੱਗੇ, ਇਹਦੇ ਕੋਲ ਪਿਸਟਲ ਡਿੱਗ ਪਿਆ ਕਿਤੇ ਇਹਦੀ ਪੋਕਟ ਦੇ ਵਿੱਚੋਂ, ਜਦੋਂ ਪਿਸਟਲ ਡਿੱਗ ਗਿਆ ਤੇ ਇਹ ਉੱਥੋਂ ਨਿਕਲ ਗਿਆ, ਟਰੱਕ ਦੇ ਉੱਪਰ ਸੀਗਾ ਇਹ, ਜਦੋਂ ਉੱਥੋਂ ਨਿਕਲਿਆ ਤੇ ਜਿਹੜਾ ਹੋਟਲ ਵਾਲਾ ਸੀ ਕਹਿੰਦੇ ਉਹਨੇ ਕਿਤੇ ਪੁਲਿਸ ਨੂੰ ਇਤਲਾਹ ਕਰ ਦਿੱਤੀ ਵੀ ਇਸ ਤਰ੍ਹਾਂ ਵੀ ਮੈਨੂੰ ਪੰਜਾਬ ਦੇ ਮੁੰਡੇ ਨਜ਼ਰ ਆਏ ਆ, ਤੇ ਉਹ ਇਸ ਤਰੀਕੇ ਨਾਲ ਪਿਸਟਲ ਉਹਨਾਂ ਦੇ ਕੋਲ ਹੈਗਾ ਵਾ, ਇਹਨੂੰ ਰਾਹ ਦੇ ਵਿੱਚ ਘੇਰਾ ਪਿਆ ਵਾ, ਜਦੋਂ ਪਰਮਜੀਤ ਨੂੰ ਉੱਥੇ ਇਹਦੇ ਆਉਂਦੇ ਸਾਈਨਡ ਖਾਧੀ ਆ ਪਰਮਜੀਤ ਨੇ। ਇਹ ਥੋੜ੍ਹਾ ਜਿਹਾ ਦੱਸੋ ਕਿ ਭਾਈ ਪਰਮਜੀਤ ਸਿੰਘ ਕਿਹਦੇ ਨਾਲ ਰਲ ਚੁੱਕੇ ਸੀ ਇੱਥੇ, ਬਾਬੇ ਮਾਣਾ ਚੱਲ ਨਾਲ ਜਾਂ ਕਿਸੇ ਹੋਰ ਸਿੰਘ ਨਾਲ? ਹਾਂ, ਇਹ ਇਕੱਠੇ ਸੀਗੇ, ਸਰਜੀਤ ਤੇ ਦੋਨੋਂ ਇਕੱਠੇ ਸੀਗੇ, ਬਾਬਾ ਮਾਣਾ ਚੱਲ ਦੇ ਨਾਲ ਹੀ ਸੀਗੇ। ਇਹ ਗੱਲ ਕਦੋਂ ਦੀ ਆ ਜਦੋਂ ਸ਼ਹੀਦ ਹੁੰਦੇ, ਤਕਰੀਬਨ ਸਮਾਂ ਜਾਂ ਸਾਲ? ਇਹ ਹੈਗੀ ਆ 1991 ਦੇ ਵਿਚਕਾਏ ਜੇ ਦੀ ਦਿਨਾਂ ਦੀ ਗੱਲ ਆ। ਓਕੇ, ਹਾਂ, ਤੇ ਹੁਣ ਆਪਾਂ ਦੂਜੇ, ਉਤੋਂ ਛੋਟੇ ਕੌਣ ਸਨ? ਸੁਰਜੀਤ ਸਿੰਘ ਪੈਂਟਾ ਸੀਗਾ, ਤੇ ਉਹ ਦਰਬਾਰ ਸਾਹਿਬ ਦੇ ਵਿੱਚ ਸ਼ਹੀਦ ਹੋਏ 1988 ਦੇ ਵਿੱਚ। 88 ਦੇ ਵਿੱਚ, ਹਾਂ, ਤੇ ਤੀਜੇ ਨੰਬਰ ਤੇ? ਤੀਜੇ ਨੰਬਰ ਤੇ ਮੈਂ ਸੀਗੀ, ਉਸ ਤੋਂ ਬਾਅਦ ਮੇਰੇ ਤੋਂ ਬਾਅਦ ਹੈਗਾ ਹਰਚਰਨ ਸਿੰਘ ਉਫ ਗਿਆਨੀ। ਮੈਂ ਤੁਹਾਡੇ ਬਾਰੇ ਹੁਣ ਪਹਿਲਾਂ ਗੱਲ ਕਰਨੀ ਚਾਹੁੰਦਾ, ਫਿਰ ਅੱਗੇ ਆਪਾਂ ਤੋਂ। ਹਾਂਜੀ, ਜਦੋਂ ਤੁਹਾਡਾ ਆਨੰਦ ਕਾਰਜ ਕੀਤਾ ਜਾਂਦਾ ਭਾਈ ਚੈਂਚਲ ਸਿੰਘ ਹੋਣਾ ਨਾਲ, ਹਾਂਜੀ, ਜਦੋਂ ਤੁਹਾਡਾ ਆਨੰਦ ਕਾਰਜ ਹੋਇਆ ਤੇ ਤੁਹਾਡੇ ਪਤੀ ਪਹਿਲਾਂ ਤੋਂ ਸਿੰਘਾਂ 'ਚ ਸਨ ਕਿ ਬਾਅਦ 'ਚ ਹੋਏ? ਨਹੀਂ, ਪਹਿਲਾਂ ਤੋਂ ਸਿੰਘਾਂ ਦੇ ਵਿੱਚ ਸੀਗੇ ਇਹ, ਕਹਿੰਦੇ ਬਚਪਨ ਤੋਂ ਹੀ ਨਾ, ਮਤਲਬ ਜਦੋਂ ਇਹ ਕਾਲਜ ਟਾਈਮ ਪੜ੍ਹਦੇ ਸੀ ਉਦੋਂ ਵੀ ਇਹ ਫੈਡਰੇਸ਼ਨ ਦੇ ਨਾਲ ਸੀਗੇ, ਕਹਿੰਦੇ ਕਾਫੀ ਮਤਲਬ ਲੁਧਿਆਣੇ ਦੀ ਜੇਲ੍ਹ ਕੱਟ ਚੁੱਕੇ ਸੀਗੇ, ਮਤਲਬ ਇਹ ਪਹਿਲਾਂ ਸਟਾਰਟਿੰਗ ਤੋਂ ਹੀ ਮਤਲਬ ਇਹਨਾਂ ਦਾ ਰੁਝਾਅ ਸੀ ਵੀ ਇਹਨਾਂ ਵੱਲ, ਫੈਡਰੇਸ਼ਨ ਵਾਲਿਆਂ ਨਾਲ। ਮੈਂ ਤੁਹਾਡੇ ਕੋਲ ਇਹ ਪੁੱਛਣਾ ਚਾਹੁੰਦਾ ਕਿ ਉਸ ਵੇਲੇ ਤੁਹਾਡਾ ਸਾਰਾ ਟੱਬਰ ਤਾਂ ਇੱਕ ਤਰੀਕੇ ਨਾਲ ਸੰਘਰਸ਼ ਕਰ ਰਿਹਾ ਸੀ, ਹਾਂਜੀ, ਕੋਈ ਕਿਸੇ ਪਾਸੇ ਕੋਈ ਕਿਸੇ ਪਾਸੇ, ਹਾਂਜੀ, ਤੁਹਾਡੇ ਮਾਪਿਆਂ ਨੇ ਜਾਂ ਭਰਾਵਾਂ ਨੇ ਇਹ ਨਾ ਸੋਚਿਆ ਕਿ ਅਸੀਂ ਇਹਨਾਂ ਨੂੰ ਕਿਤੇ ਹੋਰ ਵਿਆਹੀਏ ਜਿੱਥੇ ਕੋਈ ਬੰਦਾ ਸਿੰਘਾਂ 'ਚ ਨਾ ਹੋਵੇ ਜਾਂ ਸਰਗਰਮ ਨਾ ਹੋਵੇ? ਤੁਸੀਂ ਤਾਂ ਅੱਗੇ ਹੀ ਸਾਰਾ ਦਾ ਪਰਿਵਾਰ ਜਿਹੜਾ ਕੁੱਦੇ ਹੋਏ ਸੀ, ਅਤੇ ਜਾਂ ਉਂਝ ਉਸ ਸਮੇਂ ਦਾ ਮਾਹੌਲ ਹੀ ਇੱਦਾਂ ਦਾ ਸੀ ਵੀ ਰਿਸ਼ਤੇਦਾਰੀਆਂ ਵੀ ਤਕਰੀਬਨ ਸਿੰਘਾਂ 'ਚ ਕਰੀਆਂ ਜਾ ਰਹੀਆਂ ਸਨ? ਨਹੀਂ, ਮੇਰੇ ਮੰਮੀ ਡੈਡੀ ਤਾਂ ਉਸ ਟਾਈਮ 'ਤੇ ਜੇਲ੍ਹ 'ਚ ਸੀ, ਉਹਨਾਂ ਨੂੰ ਤਾਂ ਪਤਾ ਵੀ ਨਹੀਂ ਸੀ ਮੇਰਾ ਵਿਆਹ ਹੋ ਰਿਹਾ ਵਾ। ਵਿਆਹ ਮੇਰਾ ਇਸ ਤਰੀਕੇ ਨਾਲ ਹੋਇਆ ਸੀ ਵੀ ਮੇਰੇ ਵਿਚੋਲੇ ਬਣਦੇ ਪਏ ਸੀ ਚੈਂਚਲ ਸਿੰਘ ਹੋਣੀ ਵੀ ਤੇਰਾ ਅਸੀਂ ਵਿਆਹ ਕਰ ਦੇਣਾ। ਮੈਂ ਕਿਹਾ ਤੁਹਾਨੂੰ ਕਾਹਦੀ ਕਾਹਲੀ ਪਈ ਮੇਰੇ ਵਿਆਹ ਦੀ, ਮੈਨੂੰ ਦੱਸਿਓ ਜ਼ਰਾ। ਕਹਿੰਦੇ ਨਹੀਂ, ਤੇਰਾ ਵਿਆਹ ਕਰਨਾ ਸੀ, ਅਤੇ ਮੈਂ ਕਿਹਾ ਮੈਂ ਕਰਾਉਣਾ ਹੀ ਨਹੀਂ ਵਿਆਹ, ਅਤੇ ਇੱਧਰ ਪੱਟੀ ਵਾਲੀ ਸਾਈਡ 'ਤੇ ਸੀ ਮੇਰਾ ਰਿਸ਼ਤਾ ਕਰਦੇ ਪਏ ਸੀ, ਮੈਂ ਕਿਹਾ ਮੈਂ ਨਹੀਂ ਕਰਾਉਣਾ। ਕਹਿੰਦੇ ਕਿਉਂ ਨਹੀਂ ਕਰਾਉਣਾ, ਮੈਂ ਕਿਹਾ ਮੈਂ ਵੀ ਸਿੰਘ ਨਾਲ ਹੀ ਕਰਾਉਣਾ ਵਿਆਹ। ਉਦੋਂ ਸਾਡੀ ਸੋਚ ਹੀ ਉੱਥੇ ਇੱਕ ਸੀਗੀ, ਮੇਰਾ ਵਿਆਹ ਜਿਹੜਾ ਮੇਰੀ ਆਪਣੀ ਮਰਜ਼ੀ ਨਾਲ ਹੀ ਹੋਇਆ, ਮੈਂ ਆਪ ਚਾਹੁੰਦੀ ਸੀ ਵੀ ਮੈਂ ਮਤਲਬ ਸਿੰਘ ਨਾਲ ਵਿਆਹ ਕਰਾਉਣਾ। ਜਿੱਦਾਂ ਇਹ ਵਿਚੋਲੇ ਬਣਦੇ, ਮੈਂ ਹਾਸੇ ਹਾਸੇ 'ਚ ਕਿਹਾ, ਮੈਂ ਕਿਹਾ ਤੈਨੂੰ ਜ਼ਿਆਦਾ ਵਾ ਤਾਂ ਤੁਸੀਂ ਆਪ ਕਰਾ ਲਓ, ਅਤੇ ਕਹਿੰਦੇ ਸਰਜੀਤ ਮੰਨਦਾ ਤਾਂ ਵੇਖ ਲਾ। ਅਤੇ ਉੱਧਰੋਂ ਇਹਨਾਂ ਦੇ ਨਾਲ ਸੀ ਝਾਮਕਾ, ਸੁਖਦੇਵ ਸਿੰਘ ਝਾਮਕਾ, ਅਤੇ ਇਹਨਾਂ ਨੇ ਉਹਨਾਂ ਨਾਲ ਗੱਲ ਕੀਤੀ, ਅਤੇ ਮੈਂ ਸਰਜੀਤ ਨਾਲ ਗੱਲ ਕਰਨ ਵਾਸਤੇ ਨਾ ਬਟਾਰੀ ਗਈ। ਉਸ ਦਿਨ ਮੈਂ ਚੌਪਈ ਸਾਹਿਬ ਦੇ, ਉਦੋਂ ਆਪਣੇ ਮੂੰਹ 'ਤੇ ਬਾਣੀ ਹਰ ਵੇਲੇ ਰਹਿੰਦੀ ਸੀ ਵੀ ਪਤਾ ਨਹੀਂ ਕਿਹੜੇ ਵੇਲੇ ਮਤਲਬ ਕੀ ਹੋ ਜਾਣਾ, ਅਤੇ ਮੈਂ ਸਾਰੀ ਰਾਤ ਬਾਣੀ ਪੜ੍ਹੀ, ਚੌਪਈ ਸਾਹਿਬ ਦੇ ਪਾਠ ਕੀਤੇ, ਹਜ਼ਾਰਾਂ ਹੀ ਪਾਠ ਕੀਤੇ ਹੋਣੇ ਉਸ ਦਿਨ। ਅਤੇ ਜਿੱਦਣ ਮੈਂ ਬਟਾਰੀ ਜਾਂਦੀ ਹਾਂ ਤਾਂ ਉਸ ਬੈਗ ਦੇ ਉੱਤੇ ਘੇਰਾ ਪਿਆ ਹੋਇਆ ਸੀਗਾ, ਘੇਰਾ ਵੀ ਸੂਰੀ ਨੇ ਪਾਇਆ ਹੋਇਆ ਸੀਗਾ ਵੀ ਸਰਜੀਤ ਇੱਥੇ ਆ, ਹਰਚਰਨ ਸਿੰਘ ਸੂਰੀ, ਹਾਂ, ਇਹ ਜੰਡਿਆਲੇ ਗੁਰੂ ਲੱਗਾ, ਹਾਂ, ਜੰਡਿਆਲੇ ਗੁਰੂ ਲੱਗਾ ਹੋਇਆ ਸੀ। ਤੇ ਮੈਂ ਜਦੋਂ ਗਈ ਤੇ ਮੈਂ ਜਦੋਂ ਵੇਖਿਆ ਉਹ ਪੈਰੀਆਂ ਦੇ ਵਿੱਚ ਸੀ ਬੈਗ, ਸਾਡੇ ਨਾ ਗਦਲੀ ਵੱਲੋਂ ਰਿਸ਼ਤੇਦਾਰੀ ਵੀ ਸੀ ਹੈਗੀ ਉਹਨਾਂ ਨਾਲ ਥੋੜ੍ਹੀ। ਜਦੋਂ ਮੈਂ ਦੂਰੋਂ ਵੇਖਿਆ ਤੇ ਸੀ ਆਰ ਪੀ ਵਾਲੇ ਮੈਨੂੰ ਨਜ਼ਰ ਆਏ, ਮੈਂ ਨਾ ਕਣਕਾਂ ਦੇ ਵਿੱਚ ਬਹਿ ਗਈ ਥੋੜ੍ਹੀ ਦੇਰ ਵਾਸਤੇ, ਮੈਂ ਕਣਕਾਂ 'ਚ ਬੈਠੀ ਤੇ ਮੈਂ ਕਿਹਾ ਜੇ ਮੈਂ ਪਿੱਛੇ ਗਈ ਤੇ ਮੈਨੂੰ ਲੱਗਦਾ ਵੀ ਸ਼ਾਇਦ ਇਹ ਮੈਨੂੰ ਉਂਝ ਗੋਲੀ ਮਾਰ ਦੇਣ, ਜਾਂ ਮੈਂ ਚੁੱਪ ਕਰਕੇ ਅੱਗੇ ਨਿਕਲ ਜਾਵਾਂ। ਮੈਂ ਬੈਠ ਕੇ ਥੋੜ੍ਹੀ ਦੇਰ ਸੋਚ ਕੇ ਤੇ ਮੈਂ ਅੱਗੇ ਚਲੇ ਗਈ, ਤੇ ਮੈਨੂੰ ਮਾਮਾ ਜੀ ਮਿਲ ਕੇ ਕਹਿੰਦੇ ਆ, ਮਤਲਬ ਪੁੱਤ ਤੂੰ ਕਹੀਂ ਮੈਂ ਗਹਿਰੀਓਂ ਆਈ ਹਾਂ ਤੇ ਮੈਂ ਕਾਲਜ ਜਾਣਾ ਫਿਰੂੰਗਾ, ਕਿਉਂਕਿ ਉਹ ਸੀ ਆਰ ਪੀ ਵਾਲੇ ਸੀ ਜਿਹੜੇ ਸੀਗੇ ਉਸ ਟਾਈਮ ਉੱਥੇ ਬੈਠੇ ਹੋਏ, ਸੂਰੀ ਨਿਕਲ ਚੁੱਕਿਆ ਸੀਗਾ। ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਹਿੰਦੇ ਆਪ ਕੌਣ ਹੋ? ਮੈਂ ਕਿਹਾ ਮੈਂ ਇਨਕੀ ਮਤਲਬ ਹਿੰਦੀ 'ਚ ਗੱਲ ਕੀਤੀ ਉਹਨਾਂ ਨਾਲ ਵੀ ਮੈਂ ਇਹਨਾਂ ਦੀ ਭਣੀਵੀ ਹਾਂ,
ਇਹਨਾਂ ਦੀ ਬੇਟੀ ਵੀ ਕਾਲਜ ਪੜ੍ਹਦੀ ਫੇਰੂਮਾਨ ਤੇ ਮੈਂ ਵੀ ਫੇਰੂਮਾਨ ਪੜ੍ਹਦੀ ਸਾਡੇ ਪੇਪਰ ਹੈ ਤੇ ਮੈਂ ਇਹਨੂੰ ਲੈਣ ਆਈ ਹਾਂ ਤੇ ਅਸੀਂ ਇਕੱਠਿਆਂ ਜਾਣਾ ਕਿਤਾ ਆਪ ਤੋਂ ਜਾ ਨਹੀਂ ਸਕਦੇ ਹੋ ਆਪਕੋ ਤੋ ਅੰਦਰ ਵੀ ਨਹੀਂ ਜਾਣੇ ਦੇਂਗੇ ਤੇ ਨਾ ਆਪਕੋ ਬਾਹਰ ਜਾਣੇ ਦੇਂਗੇ ਮੈਂ ਕਿਹਾ ਨਹੀਂ ਮੇਰਾ ਪੇਪਰ ਹੈ ਅੱਜ ਜ਼ਰੂਰੀ ਜਾਣਾ ਮੈਂ ਤੇ ਜਿੱਦਾਂ ਸੀ ਆਰ ਪੀ ਵਾਲੇ ਜਿਹੜੇ ਹੁੰਦੇ ਉਹ ਇੰਨੇ ਨਹੀਂ ਹੁੰਦੇ ਚੁਸਤ ਚਲਾ ਜਿੱਦਾਂ ਆਪਣੇ ਪੰਜਾਬ ਪੁਲਿਸ ਵਾਲੇ ਜਿਹੜੇ ਉਹ ਛੇਤੀ ਨਾਲ ਫੜ ਲੈਂਦੇ ਜਾਂ ਕਿੱਦਾਂ ਉਹ ਨਹੀਂ ਤੇ ਕਿਤਾ ਅੱਛਾ ਆਪ ਤਾਂ ਕਿਆ ਕਰੋ ਆਪ ਪਿਛਲੇ ਜੋ ਦਰਵਾਜ਼ਾ ਹੈ ਵਹਾਂ ਸੇ ਨਿਕਲ ਜਾਓ ਆਗੇ ਸੇ ਮਤ ਜਾਣਾ ਤੋ ਵੋ ਇਨਕੇ ਘਰ ਵਾਲੀ ਲੜਕੀ ਨਹੀਂ ਜਾਏਗੀ ਤੋ ਮੈਨੂੰ ਮਾਮੇ ਕਹਿੰਦੇ ਤੂੰ ਚੁੱਪ ਕਰਕੇ ਨਿਕਲ ਦੀ ਘਰ ਮੈਨੂੰ ਨਾ ਪਿਛਲੇ ਗੇਟ ਥਾਣੀ ਕੱਢਿਆ ਤੇ ਮੈਂ ਪਿੰਡ ਬਟਾਰੀ ਪਹੁੰਚ ਗਈ ਬਟਾਰੀਓ ਫਿਰ ਮੈਂ ਰਹੀ ਗਈ ਪਹੁੰਚੀ ਰਹੀਓ ਨਿਕਲ ਕੇ ਤੇ ਮੈਂ ਮਤਲਬ ਆਪਣੇ ਟਿਕਾਣੇ ਮੈਂ ਰਹਿੰਦੀ ਹੁੰਦੀ ਸੀ ਚੀਤੀ ਆਪਣਾ ਸਵਰਨਜੀਤ ਵੀਰ ਜੀ ਹੁੰਦੇ ਸੀ ਤੇ ਉਹਨਾਂ ਨੇ ਮੈਨੂੰ ਆਪਣੇ ਸਹੁਰੇ ਰੱਖਿਆ ਹੋਇਆ ਸੀਗਾ ਮੈਂ ਅਲਾਦੀਨਪੁਰ ਵਾਲੇ ਹਾਂਜੀ ਉਹਨਾਂ ਦੇ ਸਹੁਰੇ ਰਹਿੰਦੀ ਹੁੰਦੀ ਸੀ ਫਿਰ ਮੈਂ ਉੱਥੇ ਆਈ ਤੇ ਫਿਰ ਉਸ ਤੋਂ ਬਾਅਦ ਸਰਜੀਤ ਨਾਲ ਗੱਲ ਹੋਈ ਤੇ ਮਤਲਬ ਸਾਡਾ ਆਨੰਦ ਕਰਾ ਜਿਹੜਾ ਸੀ 25 ਤਰੀਕ ਦਾ ਉਹਨਾਂ ਨੇ ਕੀਤਾ ਮਤਲਬ ਇਹ ਨਹੀਂ ਕੋਈ ਜ਼ਬਰਦਸਤੀ ਜਾਂ ਕਿੱਦਾਂ ਸੀ ਕੋਈ ਇਹੋ ਜਿਹੀ ਗੱਲ ਨਹੀਂ ਸੀ ਮਤਲਬ ਦਰਬਾਰ ਸਾਹਿਬ ਤੋਂ ਗ੍ਰਿਫਤਾਰ ਕੀਤਾ ਤੇ ਤੁਹਾਨੂੰ ਸੰਗਰੂਰ ਜੇਲ ਭੇਜ ਦਿੱਤਾ ਤੇ ਉੱਥੇ ਫਿਰ ਤੁਹਾਡੇ ਤੋਂ ਬਾਅਦ ਕਿੰਨੇ ਦਿਨ ਇਹਨਾਂ ਨੂੰ ਜੇ ਉੱਥੇ ਮਾਲ ਮੰਡੀ ਤਸ਼ੱਦਦ ਕੀਤਾ ਗਿਆ ਮੈਨੂੰ ਤੇ ਜਿੱਦਣ ਮੈਂ ਤੁਹਾਨੂੰ ਦੱਸਣ ਲਈ ਫੜਿਆ ਸੀਗਾ ਦੂਜੇ ਦਿਨ ਸਾਨੂੰ ਚੌਥੇ ਦਿਨ ਭੇਜਦੇ ਆ ਇੱਕ ਮਲਕੀਤ ਅਜਨਾਲਾ ਹੁੰਦਾ ਸੀ ਉਹਦੀ ਭੈਣ ਸੀ ਉਹਦੀ ਵਾਈਫ ਸੀ ਤੇ ਉਹਦੀ ਮਾਤਾ ਸੀ ਉਹ ਤਿੰਨ ਜਾਣੀਆਂ ਸੀ ਤੇ ਇੱਕ ਮੈਂ ਪਰਮਜੀਤ ਮੇਰੀ ਭਰਜਾਈ ਅਸੀਂ ਜਾਣੀਆਂ ਪੰਜ ਜਾਣੀਆਂ ਸੀਗੀਆਂ ਜਿਹਨਾਂ ਨੂੰ ਸਾਨੂੰ ਇੱਕ ਹੁੰਦਾ ਸੀਗਾ ਕੁਲਵਿੰਦਰ ਕੌਰ ਹੁੰਦੀ ਸੀਗੀ ਇੱਧਰ ਪੱਟੀ ਸਾਈਡ ਦੀ ਉਹਦਾ ਵੀ ਸਿੰਘ ਸ਼ਹੀਦ ਹੋਇਆ ਸੀ ਉਹਨੂੰ ਸਾਨੂੰ ਮਤਲਬ ਜੇ ਸੰਗਰੂਰ ਜੇਲ੍ਹ ਦੇ ਵਿੱਚ ਤੀਜੇ ਦਿਨ ਭੇਜ ਦਿੰਦੇ ਆ ਰਾਜੇ ਨੂੰ ਛੱਡ ਦਿੱਤਾ ਜਾਂਦਾ ਕਿਉਂਕਿ ਇਹਦੀ ਉਮਰ ਛੋਟੀ ਸੀਗੀ ਇਹਨੂੰ ਮਤਲਬ ਘਰ ਭੇਜ ਦਿੱਤਾ ਜਾਂਦਾ ਇਹਨੂੰ ਨਹੀਂ ਸੀ ਰੱਖਿਆ ਇਹਨਾਂ ਨੇ ਇਹਨੂੰ ਮਤਲਬ ਪਿੰਡ ਦੀ ਪੰਚਾਇਤ ਰਾਹੀਂ ਘਰ ਭੇਜ ਦਿੱਤਾ ਸੀਗਾ ਉਸ ਤੋਂ ਬਾਅਦ ਇਹਨਾਂ ਨੂੰ ਮਤਲਬ ਭੇਜ ਦੇ ਜੇਲ੍ਹ ਦੇ ਵਿੱਚ ਮਹੀਨੇ ਬਾਅਦ ਭੇਜ ਦੇ ਮੇਰਾ ਖਿਆਲ ਕਿਉਂਕਿ ਜਲਦੀ ਨਹੀਂ ਕਿਉਂਕਿ ਇਹਨਾਂ ਤੇ ਕਾਫੀ ਤਸ਼ੱਦਦ ਕੀਤਾ ਸੀ ਇਹਨਾਂ ਨੇ ਵੀ ਬਾਹਾਂ ਬੂਹਾਂ ਬਾਹਾਂ ਤੋੜੀਆਂ ਸੀਗੀਆਂ ਇਹਨਾਂ ਦੀਆਂ ਤੁਸੀਂ ਪਹਿਲਾਂ ਦੱਸਿਓ ਕਿ ਮੋਢੇ ਵੀ ਕੱਢੇ ਹੋਏ ਸੀ ਮੈਨੂੰ ਦੋ ਗੱਲਾਂ ਦੇ ਉੱਤਰ ਦਿਓ ਹਾਂਜੀ ਤੁਹਾਨੂੰ ਉਦੋਂ ਐਂ ਲੱਗਦਾ ਸੀ ਕਿ ਪੁਲਿਸ ਦਾ ਰਾਜ ਆ ਕਿ ਸਿੰਘਾਂ ਦਾ ਰਾਜ ਆ ਉਸ ਟਾਈਮ ਤੇ ਉਸ ਟਾਈਮ ਤੇ ਤੁਹਾਨੂੰ ਮੈਂ ਦੱਸਣ ਦੀ ਵੀ ਸਾਨੂੰ ਇਹਨਾਂ ਤੋਂ ਡਰ ਹੀ ਨਹੀਂ ਸੀ ਲੱਗਦਾ ਪੁਲਿਸ ਵਾਲਿਆਂ ਕੋਲੋਂ ਫਿਰ ਤੁਹਾਨੂੰ ਐਂ ਲੱਗਦਾ ਸੀ ਵੀ ਸਿੰਘਾਂ ਦਾ ਰਾਜ ਹਾਂ ਸਿੰਘਾਂ ਦਾ ਰਾਜ ਦਲੇਰੀ ਸੀ ਸਾਡੇ ਵਿੱਚ ਹਰ ਇੱਕ ਦੇ ਵਿੱਚ ਸਾਨੂੰ ਨਹੀਂ ਸੀ ਲੱਗਦਾ ਹੁੰਦਾ ਵੀ ਉਹ ਅੱਗੇ ਮੈਨੂੰ ਕਹਿੰਦੇ ਤੈਨੂੰ ਡਰ ਨਹੀਂ ਲੱਗਦਾ ਤੂੰ ਫਿਰ ਵੀ ਹੱਸੀ ਜਾਂਦੀ ਆ ਮੈਂ ਕਿਹਾ ਸਾਨੂੰ ਡਰ ਕਰਦਾ ਵਾ ਤੁਸੀਂ ਵੀ ਸਾਡੇ ਵਰਗੇ ਇਨਸਾਨ ਜੇ ਅਸੀਂ ਤੁਹਾਡੇ ਕੋਲ ਡਰ ਕੇ ਕੀ ਲੈਣਾ ਤੇ ਜਦੋਂ ਮੇਰੀ ਮਦਰ ਨੂੰ ਛੱਡਿਆ ਸੀ ਨਾ ਦਿੱਲੀ ਵਾਲੀ ਸਰਕਾਰ ਨੇ ਤੇ ਇਹਨਾਂ ਦੀ ਨਾ ਰੋਜ਼ ਲੱਗਦੀ ਹੁੰਦੀ ਸੀ ਉੱਥੇ ਆਪਣਾ ਹਾਜ਼ਰੀ ਥਾਣੇ ਦੇ ਵਿੱਚ ਵੀ ਤੁਸੀਂ ਰੋਜ਼ ਥਾਣੇ ਆਣ ਕੇ ਹਾਜ਼ਰੀ ਦੇਣੀ ਆ ਤੇ ਮੈਂ ਆਪਣੀ ਮਦਰ ਨਾਲ ਗਈ ਥਾਣੇ ਤੇ ਮੈਨੂੰ ਕਹਿੰਦਾ ਵੀ ਤੁਸੀਂ ਜਿਹੜੀ AK-47 ਚਲਾਉਣੀ ਸਿੱਖੀ ਤੁਸੀਂ ਕਿੱਥੋਂ ਸਿੱਖੀ ਪਾਕਿਸਤਾਨ ਜਾ ਕੇ ਸਿੱਖੀ ਸੀ ਮੈਂ ਕਿਹਾ ਨਹੀਂ ਕਹਿੰਦਾ ਫਿਰ ਤੁਹਾਨੂੰ ਕਿੱਦਾਂ ਜਾ ਮਤਲਬ ਸਿਖਾਇਆ ਜਾਂਦਾ ਸੀਗਾ ਮੈਂ ਕਿਹਾ ਜਿੱਦਾਂ ਹੁਣ ਤੁਹਾਡੇ ਵੱਲ ਵੇਖਾਂਗੇ ਤੁਸੀਂ ਚਲਾਓਗੇ ਸਾਨੂੰ ਓਦਾਂ ਹੀ ਜਾ ਚੱਲਣੀ ਵੀ ਅਸੀਂ ਇੱਦਾਂ ਚਲਾਉਣੀ ਆ ਤੇ ਮਤਲਬ ਉਸ ਟਾਈਮ ਤੇ ਅਸੀਂ ਬਿਲਕੁਲ ਮਤਲਬ ਡਰਦੇ ਨਹੀਂ ਸੀ ਹੁੰਦੇ ਇਹਨਾਂ ਦੇ ਦਲੇਰੀਆਂ ਸੀ ਸਾਡੇ ਦਿਲਾਂ ਦੇ ਦੂਸਰਾ ਸਵਾਲ ਇਹ ਆ ਕਿ ਤੁਸੀਂ ਦੱਸਿਆ ਕਿ ਤੁਹਾਨੂੰ ਮਹਿਸੂਸ ਹੁੰਦਾ ਸੀ ਕਿ ਸਿੰਘਾਂ ਦਾ ਹੀ ਰਾਜ ਆ ਹਾਂ ਤੁਹਾਨੂੰ ਐ ਲੱਗਦਾ ਸੀ ਕਿ ਖਾਲਿਸਤਾਨ ਛੇਤੀ ਬਣ ਜੂ ਖਾਲਿਸਤਾਨ ਮਤਲਬ ਜੇ ਸਾਡੇ ਨਾਂ ਨਾ ਗੱਦਾਰੀਆਂ ਕਰਨ ਦੇ ਵਿੱਚ ਹੋ ਸਕਦਾ ਸੀ ਸ਼ਾਇਦ ਅੱਜ ਵੀ ਇਹ ਮੂਵਮੈਂਟ ਚੱਲਦੀ ਹੁੰਦੀ ਕਿਉਂਕਿ ਇਹ ਜਿਹੜਾ KP ਸ਼ਰਮਾ KPS ਸ਼ਰਮਾ ਆਇਆ ਸੀ ਨਾ ਜਦੋਂ ਇਹਨੇ ਇੱਕ ਚਾਲ ਖੇਡੀ ਸੀ ਆਪਣੇ ਸਿੰਘਾਂ ਦੇ ਨਾਲ KPS ਗਿੱਲ ਹਾਂ ਇਹਨੇ ਆਪਣੇ ਸਿੰਘਾਂ ਨਾਲ ਚਾਲ ਖੇਡ ਗਿਆ ਉਹਦੇ ਵਿੱਚ ਆਪਾਂ ਥੋੜੀ ਜਿਹੀ ਮਤਲਬ ਕਰ ਗਏ ਕਿਹੜੀ ਚਾਲ ਚਾਲ ਇਹ ਸੀ ਵੀ ਹੁਣ ਸਾਡੇ ਕਈ ਸਿੰਘਾਂ ਨੂੰ ਬਦਨਾਮ ਵੀ ਕੀਤਾ ਗਿਆ ਇਹਨਾਂ ਲੋਕਾਂ ਨੇ ਵੀ ਇਹ ਜਿੱਥੇ ਰਹਿੰਦੇ ਸੀ ਉਹਨਾਂ ਦੀਆਂ ਧੀਆਂ ਭੈਣਾਂ ਨੂੰ ਏਦਾਂ ਸੀ ਜਾਂ ਉੱਦਾਂ ਸੀ ਹਨਾ ਕਈ ਉਹਨੇ ਲੋਕਾਂ ਦੀ ਸੋਚ ਇੱਥੋਂ ਤੱਕ ਵੀ ਪਹੁੰਚ ਗਈ ਸੀ ਪਰ ਨਹੀਂ ਪਰ ਜਿਹੜੇ ਸਿੰਘ ਸੀ ਨਾ ਉਹ ਸਿੰਘਾਂ ਵਾਂਗੂ ਹੀ ਰਹਿੰਦੇ ਸੀਗੇ ਇਹਨਾਂ ਨੇ ਕੀ ਕੀਤਾ ਵੀ ਜਿਸ ਤਰ੍ਹਾਂ ਪਿੰਡਾਂ ਦੇ ਵਿੱਚ ਜਿਹੜੇ ਗਰੀਬ ਦਬਕੇ ਵਾਲੇ ਲੋਕ ਹੁੰਦੇ ਸੀ ਜਾਂ ਕਿਸੇ ਦੀ ਦੁਸ਼ਮਣੀ ਹੁੰਦੀ ਸੀ ਵੀ ਕਿਸੇ ਦੇ ਨਾਲ ਉਹਨਾਂ ਨੇ ਉਹਨਾਂ ਨਾਲ ਵਿੱਚ ਰਲਾ ਕੇ ਤੇ ਉਹਨਾਂ ਨਾਲ ਗੇਮ ਖੇਡੀ ਵੀ ਤੁਸੀਂ ਜਾਓ ਤੇ ਤੁਸੀਂ ਉਹਨਾਂ ਬੈਂਕਾਂ ਤੇ ਜਾਓ ਤੇ ਉਹਨਾਂ ਦੀਆਂ ਘਰਾਂ ਦੇ ਵਿੱਚ ਜਾ ਕੇ ਤੁਸੀਂ ਸ਼ਰਾਰਤਾਂ ਕਰੋ ਜੋ ਵੀ ਆ ਜਿਹਦੇ ਨਾਲ ਇਹ ਬਦਨਾਮ ਹੋਣ ਤੇ ਅਸੀਂ ਇਹਨਾਂ ਨੂੰ ਕਰੀਏ ਤੇ ਏਦਾਂ ਹੀ ਹੋਈ ਹੈ ਸਾਡੇ ਨਾਲ ਉਸ ਟਾਈਮ ਤੇ ਇਹਨਾਂ ਲੋਕਾਂ ਦੇ ਵਿੱਚ ਸਾਡੇ ਵਿੱਚ ਰਹਿ ਕੇ ਵੀ ਇਹਨਾਂ ਲੋਕਾਂ ਨੇ CIDs ਦੇ ਕੇ ਚਲੋ ਇਹ ਤਾਂ ਤੁਸੀਂ ਵਿਸ਼ਲੇਸ਼ਣ ਕਰਦੇ ਹੋ ਕਿ ਇਦਾਂ ਹੋਇਆ ਪਰ ਤੁਹਾਨੂੰ ਉਦੋਂ ਐ ਮਹਿਸੂਸ ਹੁੰਦਾ ਸੀ ਕਿ ਖਾਲਿਸਤਾਨ ਛੇਤੀ ਬਣ ਜੂ ਹਾਂ ਹੁੰਦਾ ਸੀ ਕਿਉਂਕਿ ਉਦੋਂ ਤੇ ਪੁਲਿਸ ਵਾਲੇ ਵੀ ਕਹਿੰਦੇ ਹੁੰਦੇ ਸੀ ਤੁਹਾਡਾ ਰਾਹ ਉਹ ਸਾਡਾ ਰਾਹ ਤੁਸੀਂ ਸਾਨੂੰ ਨਾ ਕੁਛ ਘੋਰ ਅਸੀਂ ਤੁਹਾਨੂੰ ਨਹੀਂ ਕੁਛ ਕਹਿੰਦੇ ਸਾਨੂੰ ਕਿਹਾ ਜਾਂਦਾ ਸੀਗਾ ਜਦੋਂ ਮਤਲਬ ਸਾਨੂੰ ਟਾਂਗਰੇ ਜਿਹੜੇ ਸੀ ਨਾ ਮਤਲਬ ਉੱਥੋਂ ਵਾਲੇ ਪੁਲਿਸ ਵਾਲੇ ਮੇਰੇ ਡੈਡੀ ਨੂੰ ਕਹਿੰਦੇ ਹੁੰਦੇ ਸੀਗੇ ਵੀ ਆਪਣੇ ਬੱਚਿਆਂ ਨੂੰ ਕਹੋ ਵੀ ਅਸੀਂ ਤੁਹਾਨੂੰ ਕੁਛ ਨਹੀਂ ਕਹਾਂਗੇ ਜਦੋਂ ਮਰਜ਼ੀ ਰਾਤ ਦੇ ਨਾ ਤੇ ਤੁਸੀਂ ਸਾਨੂੰ ਨਾ ਕਹੋ ਕੁਛ ਵੀ ਤੇ
ਉਸ ਟਾਈਮ ਤੇ ਖਾਲਿਸਤਾਨ ਨਜ਼ਰ ਆਉਂਦਾ ਸੀ ਕਿਉਂਕਿ ਘਰ ਘਰ ਦੇ ਵਿੱਚ ਤੇ ਹਰ ਕੋਈ ਸੀਗਾ, ਕਿਹੜਾ ਘਰ ਸੀ ਜਿਹੜਾ ਖਾਲੀ ਸੀ ਵੀ ਜਿੱਥੇ ਕੋਈ ਖਾਲਿਸਤਾਨ ਦਾ ਨਾਂ ਨਹੀਂ ਸੀ ਲੈਂਦਾ। ਸਭ ਤੋਂ ਜ਼ਿਆਦਾ ਸੇਵਾ ਉਹਨਾਂ ਲੋਕਾਂ ਨੇ ਕੀਤੀ ਜਿਹਨਾਂ ਦੇ ਘਰਾਂ ਦੇ ਵਿੱਚ ਅਸੀਂ ਰਹਿੰਦੇ ਸੀਗੇ, ਅਸੀਂ ਤੇ ਚਲੋ ਨਿਕਲ ਜਾਂਦੇ ਸੀ, ਬਾਅਦ ਚ ਉਹਨਾਂ ਲੋਕਾਂ ਨੂੰ ਮੁਸੀਬਤਾਂ ਝੱਲਣੀਆਂ ਪੈਂਦੀਆਂ ਸੀ। ਇਸ ਗੱਲ ਤੋਂ ਮੈਂ ਸਵਾਲ ਇਹ ਪੈਦਾ ਕਰਦਾ ਕਿ ਕਿਹਾ ਜਾਂਦਾ ਕਿ ਜਦੋਂ ਔਖੀਆਂ ਰਾਹਾਂ ਤੇ ਤੁਰੀਏ ਤੇ ਲੋਕ ਸਾਥ ਨਹੀਂ ਦਿੰਦੇ, ਪਰ ਕੀ ਲੋਕ ਸਾਥ ਦਿੰਦੇ ਆ? ਬਹੁਤ ਦਿੰਦੇ। ਮੈਂ ਤਾਂ ਤੁਹਾਨੂੰ ਦੱਸਿਆ ਵੀ ਜਦੋਂ ਤੁਸੀਂ ਜਿਸ ਤਰ੍ਹਾਂ ਕਿਹਾ ਹਰਜਿੰਦਰ ਸਿੰਘ ਜਿੰਦੇ ਹੋਣੀ ਆ, ਜਿਸ ਤਰ੍ਹਾਂ ਇਹ ਸਾਡੀ ਕੋ ਅਸੀਂ ਪਨਾਹ ਦਿੱਤੀ, ਜਿਵੇਂ ਤੁਸੀਂ ਪਨਾਹ ਦਿੱਤੀ, ਅਸੀਂ ਪਨਾਹ ਦਿੱਤੀ, ਸਾਨੂੰ ਵੀ ਲੋਕਾਂ ਨੇ ਪਨਾਹ ਦਿੱਤੀ ਆ। ਅਸੀਂ ਆਪਣੇ ਘਰਾਂ ਚ ਤੇ ਨਹੀਂ ਬੈਠੇ ਰਹੇ, ਅਸੀਂ ਲੋਕਾਂ ਦੇ ਘਰਾਂ ਚ ਰਹਿ ਕੇ ਮਤਲਬ ਅਸੀਂ ਟਾਈਮ ਕੱਢਿਆ ਸੀਗਾ, ਬਹੁਤ ਸਾਥ ਦਿੱਤਾ ਉਸ ਟਾਈਮ ਤੇ ਲੋਕਾਂ ਨੇ ਸਾਡਾ, ਕੋਈ ਜੋ ਮਰਜ਼ੀ ਕਵੇ ਵੀ ਹਾਂ ਨਹੀਂ। ਮੈਂ ਤੇ ਇਹ ਸੋਚਦੀ ਵੀ ਜਿਹੜਾ ਉਸ ਟਾਈਮ ਤੇ ਸਾਨੂੰ ਪਨਾਹ ਦਿੰਦਾ ਨਾ, ਉਹਦੀ ਕੁਰਬਾਨੀ ਜ਼ਿਆਦਾ, ਕਿਉਂਕਿ ਅਸੀਂ ਨਿਕਲ ਜਾਣਾ ਉੱਥੋਂ, ਬਾਅਦ ਚ ਉਹਨਾਂ ਨਾਲ ਕੀ ਹਾਲ ਹੋਣਾ ਉਹ ਉਹਨਾਂ ਨੂੰ ਪਤਾ ਚੱਲੇ ਜੀ। ਸੋ ਇਹ ਆ ਕਿ ਮੈਂ ਆਪਣੇ ਸੁਣਨ ਵਾਲਿਆਂ ਨੂੰ ਦੱਸਦਿਆਂ ਕਿ ਭੈਣ ਜੀ ਹੁਣਾਂ ਦੇ ਪਰਿਵਾਰ ਦਾ ਸਿੱਖ ਸੰਘਰਸ਼ ਵਿੱਚ ਬਹੁਤ ਵੱਡਾ ਘੇਰਾ ਵਾ। ਗੱਲਬਾਤ ਕਰਦੇ ਵਾਹਵਾ ਚਿਰ ਹੋ ਰਿਹਾ, ਅਜੇ ਸਾਨੂੰ ਹੋਰ ਚਿਰ ਵੀ ਲੱਗਣਾ, ਪਰ ਇਹ ਗੱਲਾਂ ਮੁੱਕਣ 'ਤੇ ਨਹੀਂ ਆਉਣੀਆਂ ਕਿਉਂਕਿ ਗੱਲਾਂ ਜ਼ਿਆਦਾ ਨੇ, ਗੱਲਾਂ ਵੱਡੀਆਂ ਨੇ, ਕੁਰਬਾਨੀ ਬਹੁਤ ਜ਼ਿਆਦਾ ਵਾ। ਮੈਂ ਇਸ ਤੋਂ ਅੱਗੇ ਗੱਲ ਕਰਾਂ ਕਿ ਤੁਹਾਨੂੰ ਸੰਗਰੂਰ ਜੇਲ੍ਹ ਭੇਜ ਦਿੱਤਾ ਤੁਹਾਡੇ ਪਤੀ ਭਾਈ ਚੈਂਚਲ ਸਿੰਘ ਉਦੋਕੇ ਨੂੰ, ਜਿਹੜੇ ਕਿ ਖਾਲਿਸਤਾਨ ਆਰਮਡ ਫੋਰਸ ਦੇ ਸਿੰਘ ਸਨ, ਉਹਨਾਂ ਨੂੰ ਅੰਮ੍ਰਿਤਸਰ ਭੇਜਤਾ। ਤੁਸੀਂ ਉੱਥੋਂ ਛੁੱਟ ਗਏ ਤੇ ਉਹ ਅੰਮ੍ਰਿਤਸਰੋਂ ਜੇਲ੍ਹੋਂ ਛੁੱਟ ਗਏ? ਨਹੀਂ, ਉਹ 3 ਸਾਲ ਬਾਅਦ ਆਉਂਦੇ। ਅੱਛਾ, ਉਸ ਤੋਂ ਬਾਅਦ ਮੈਂ ਮੁਲਾਕਾਤਾਂ ਕੀਤੀਆਂ ਉਹਨਾਂ ਦੇ ਨਾਲ, ਉਹ 3 ਸਾਲ ਬਾਅਦ ਛੁੱਟਦੇ। ਕਿੰਨੇ ਕੁ ਮੁਕਦਮੇ ਪਾਤੇ, ਕਿੰਨੇ ਕੁ ਕਤਲ ਪਾ ਦਿੱਤੇ ਉਹਨਾਂ ਤੇ? ਤੁਹਾਨੂੰ ਪਤਾ ਸੀ ਉਦੋਂ ਇਹਨਾਂ ਦੀਆਂ ਸਰਕਾਰਾਂ ਸੀ, ਜੋ ਮਰਜ਼ੀ ਪਾ ਦਿੰਦੇ ਸੀ, ਕਾਫੀ ਪਾਏ ਸੀਗੇ ਇਹਨਾਂ ਨੇ, ਤੇ ਇਹ 3 ਸਾਲ 3.5 ਸਾਲ ਬਾਅਦ ਬਾਹਰ ਆਉਂਦੇ। ਤੇ ਫਿਰ ਆਣ ਕੇ ਸੰਘਰਸ਼ ਤੁਰ ਪਏ? ਮੈਂ ਤੁਹਾਨੂੰ ਦੱਸਿਆ ਵੀ ਇਹ ਘਰ ਆਏ ਨੀ ਗੇ, ਬਾਹਰੋਂ ਬਾਹਰ ਹੀ ਚਲੇ ਗਏ, ਬਾਹਰੋਂ ਬਾਹਰ ਹੀ। ਮਤਲਬ ਇਹਨਾਂ ਦੇ ਨਾਲ ਹੁੰਦਾ ਸੀ ਸਰਦੇਵ, ਇੱਥੋਂ ਦਾ ਬਾਬਾ ਬੁੱਢਾ ਸਾਹਿਬ ਦੇ ਕੋਲ ਪਿੰਡ ਆ ਟੰਡੇ ਢੰਡ ਕਸੇਲ, ਉਹ ਸੀਗੇ ਬੀੜ ਬਾਬਾ ਬੁੱਢਾ ਸਾਹਿਬ ਦੇ ਕੋਲ, ਉਹਦੇ ਕੋਲ ਢੰਡ ਕਸੇਲ, ਉੱਥੋਂ ਦਾ ਸਰਦੇਵ ਸਿੰਘ ਸੀ ਉਹ ਸੀਗਾ, ਚੰਨਣ ਕਹਿੰਦਾ ਸੀਗਾ। ਇੱਕ ਜੇ ਗੱਲਾਂ ਕਰੀਏ ਤਾਂ ਕਿੰਨੀਆਂ ਨਿਕਲ ਆਉਂਦੀਆਂ ਯਾਦ ਆਉਂਦੀਆਂ, ਜਦੋਂ ਇੱਕ ਵਾਰੀ ਨਾ ਘੇਰਾ ਪਿਆ ਸੀਗਾ ਤੇ ਘੇਰੇ ਦੇ ਵਿੱਚ ਤੁਹਾਨੂੰ ਪਤਾ ਨਾ ਦੀ ਕੋਈ ਕਿੰਨੀ ਡੂੰਘੀ ਆ, ਤੇ ਚੰਨਣ ਕਹਿੰਦਾ ਸਿੰਘ ਸੀਗਾ ਜਰਮਨ ਜੀ ਸੀ, ਕਾਫੀ ਜਵਾਨ ਸੀਗਾ, ਮੇਰੇ ਕੋਲ 6 ਫੁੱਟ ਹੋਣਾ ਵਾ। ਜਦੋਂ ਇਹਨਾਂ ਨੂੰ ਘੇਰਾ ਪਿਆ ਤੇ ਇਹ 5-6 ਸਿੰਘ ਸੀਗੇ, ਜਦੋਂ ਇਹਨਾਂ ਉੱਥੋਂ ਨਿਕਲੇ ਆ, ਨਿਕਲਦੇ ਇਹਨਾਂ ਨੇ ਨਾਰ ਦੀ ਖੂਹੀ ਜਿਹੜੀ ਸੀ ਉਹ ਟੱਪਣੀ ਸੀਗੀ, ਉਹਦੇ ਵਿੱਚ ਛਾਲਾਂ ਮਾਰੀਆਂ ਇਹਨਾਂ ਨੇ। ਰਾਜਾ ਸਭ ਤੋਂ ਛੋਟਾ ਸੀ ਕੱਦ ਦਾ, ਤੇ ਇਹਨੇ ਚੰਨਣ ਕੇ ਵਾਲੇ ਜਿਹੜਾ ਚਰਨਜੀ ਜਰਮਨ ਜੀ ਸੀਗਾ, ਇਹਨੇ ਕੀ ਕੀਤਾ, ਉਹਨੇ ਆਪਣੇ ਮੋਢਿਆਂ ਤੇ ਬਿਠਾ ਕੇ ਨਾ ਇਹਨੂੰ ਪਾਰ ਕਰਾਇਆ, ਆਪ ਉਸ ਕਿਸੇ ਬੂਝੇ ਦੇ ਵਿੱਚ ਫਸ ਗਿਆ, ਉਦਣ ਉਹਦੀ ਸ਼ਹੀਦੀ ਹੁੰਦੀ ਆ। ਉਸ ਤੋਂ ਬਾਅਦ ਮਤਲਬ ਉਹਨੂੰ ਲੱਭਿਆ ਤੇ ਉਹਦਾ ਸੰਸਕਾਰ ਕੀਤਾ ਸੀ। ਮੈਂ ਇਸ ਤੋਂ ਅੱਗੇ ਜਾਣਨਾ ਚਾਹੁੰਦਾ ਕਿ ਤੁਹਾਡੇ ਪਤੀ ਭਾਈ ਚੈਂਚਲ ਸਿੰਘ ਜਦੋਂ ਜੇਲ੍ਹ 'ਚੋਂ ਰਿਹਾਅ ਹੁੰਦੇ ਆ 3.5 ਸਾਲੀ ਤਕਰੀਬਨ, ਤੁਸੀਂ ਦੱਸਿਆ, ਉਹ ਕਿਵੇਂ ਫਿਰ ਸਿੰਘਾਂ 'ਚ ਤੁਰ ਪੈਂਦੇ ਆ ਤੇ ਉਹ ਸ਼ਹੀਦੀ ਵਾਲੇ ਪਾਸੇ ਕਿਵੇਂ ਵੱਧਦੇ ਆ? ਸ਼ਹੀਦੀ ਵਾਲੇ ਪਾਸੇ ਏਦਾਂ ਹੋਇਆ ਵੀ ਇਹ ਸੀਗੇ ਜਲੰਧਰ, ਜਲੰਧਰ ਕਿਸੇ ਦੀ ਬੈਕ ਤੇ ਸੀਗੇ, ਤੇ ਲਾਭ ਸਿੰਘ ਜਿਹੜਾ ਸੀਗਾ ਉਦੋਕੇ ਵਾਲਾ ਪਹਿਲਾਂ ਉਹਨੂੰ ਸ਼ਹੀਦ ਕੀਤਾ ਗਿਆ। ਇਹਨਾਂ ਦੇ ਨਾਲ ਵੀ ਇੱਕ ਮੁੰਡਾ ਇਸੇ ਤਰ੍ਹਾਂ ਮਤਲਬ ਵਿੱਚ ਆ ਗਿਆ ਸੀਗਾ, ਜਿਹਨੇ ਸਾਰੀ CID ਦਿੱਤੀ। ਪਹਿਲਾਂ ਲਾਭ ਸਿੰਘ ਨੂੰ ਸ਼ਹੀਦ ਕਰਵਾਇਆ ਬਟਾਲੇ, ਉਸ ਤੋਂ ਬਾਅਦ ਇਹਨਾਂ ਦਾ ਜਿੱਦਾਂ ਲਾਭ ਸਿੰਘ ਦਾ ਭੋਗ ਸੀਗਾ, ਉਧਰ ਭੋਗ ਤੋਂ ਬਾਅਦ ਇਹ ਚਲੇ ਜਾਂਦੇ ਉੱਥੇ ਜਲੰਧਰ ਫਿਰ ਦੁਆਰਾ ਉਸੇ ਬੈਗ ਦਿੱਤੇ। ਉਸ ਬੈਗ ਤੋਂ ਜਿਹੜੀ ਮਾਤਾ ਸੀ ਨਾ ਉਹ ਉਦਣ ਮੈਨੂੰ ਲੈਣ ਆਈ ਸੀ ਘਰ ਵੀ ਮਤਲਬ ਤੈਨੂੰ ਬੁਲਾਇਆ ਵਾ, ਤੇ ਮੈਂ ਮੇਰੇ ਮੰਮੀ ਡੈਡੀ ਕਹਿੰਦੇ ਨਹੀਂ ਅਸੀਂ ਨੀ ਭੇਜਣਾ, ਹਜੇ ਥੋੜੇ ਦਿਨ ਹੋਏ ਆ ਵੀ ਆਹ ਚਾਂਸ ਹੋਇਆ ਵਾ, ਸ਼ਾਇਦ ਹੋ ਸਕਦਾ ਵੀ ਇਹਦੇ ਮਗਰ CID ਲੱਗੀ ਹੋਵੇ, ਅਸੀਂ ਨਹੀਂ ਭੇਜਣਾ। ਤੇ ਮੈਨੂੰ ਮੇਰੇ ਘਰਦਿਆਂ ਨੇ ਨਹੀਂ ਭੇਜਿਆ। ਸ਼ਾਮ ਨੂੰ ਜਦੋਂ ਖਬਰਾਂ ਲੱਗੀਆਂ ਤੇ ਉਹਦੇ ਵਿੱਚ ਇਹਨਾਂ ਦਾ ਸ਼ਹੀਦੀ ਦਾ ਮਤਲਬ ਪਤਾ ਲੱਗ ਗਿਆ ਵੀ ਚੈਂਚਲ ਸਿੰਘ ਜਿਹੜਾ ਵਾ ਸ਼ਹੀਦ ਕਰ ਦਿੱਤਾ ਗਿਆ ਵਾ। ਤੇ ਹੁਣ ਮੈਂ ਇੱਕ ਦਿਨ ਕਾਫੀ ਚਿਰ ਹੋ ਗਿਆ ਅਖਬਾਰ ਵੇਖੀ ਤੇ ਉਹਦੇ ਵਿੱਚ ਨਾ ਇੱਕ ਸਟੋਰੀ ਲਿਖੀ ਹੋਈ ਸੀਗੀ ਕਿਸੇ ਪੱਤਰਕਾਰ ਵੱਲੋਂ, ਕਹਿੰਦਾ ਵੀ ਮੈਂ ਅਸਲੀ ਮੁਕਾਬਲਾ ਹੁੰਦਾ ਵੇਖਿਆ, ਤੇ ਉਹਨੂੰ ਪੱਤਰਕਾਰ ਨੇ ਸਾਰਾ ਕੁਛ ਲਿਖਿਆ ਹੈ। ਪੱਤਰਕਾਰ ਕਹਿੰਦਾ ਵੀ ਮੈਂ ਬਟਾਲੇ ਦਾ ਜਿਹੜਾ SHO ਸੀਗਾ ਉਹਨੂੰ ਕਿਹਾ ਵੀ ਮੈਂ ਅੱਜ ਅਸਲੀ ਮੁਕਾਬਲਾ ਵੇਖਿਆ, ਤੇ ਕਹਿੰਦਾ ਹਾਂ ਜੇ ਤੂੰ ਇਹ ਅਸਲੀ ਮੁਕਾਬਲਾ ਵੇਖਿਆ ਸਮਝ ਲਓ ਸਾਰੇ ਅਸਲੀ ਮੁਕਾਬਲੇ। ਫਿਰ ਉਹਨੇ ਸਟੋਰੀ ਦੱਸੀ ਵੀ ਕਿੱਦਾਂ ਮਤਲਬ ਚੈਂਚਲ ਸਿੰਘ ਨੂੰ ਮਾਰਿਆ ਗਿਆ, ਕਿੱਦਾਂ ਕੀਤਾ। ਕਹਿੰਦਾ ਵੀ ਇੱਕ ਕਾਲੀ ਬਾਹਮਣੀ ਪਿੰਡ ਹੈ ਉੱਥੇ ਲਾਗੇ ਗੁਰਦਾਸਪੁਰ ਦੇ ਕੋਲ, ਬਟਾਲੇ ਦੇ ਕੋਲ ਹੀ, ਹਾਂ ਕਹਿੰਦੇ ਉਹਦੇ ਪੈਲੀਆਂ ਦੇ ਵਿੱਚ ਇਹਨਾਂ ਨੂੰ ਮਤਲਬ ਸੁੱਟ ਦਿੱਤਾ ਗਿਆ, ਕਿਉਂਕਿ ਜਲੰਧਰ ਸ਼ਹੀਦ ਕੀਤਾ ਗਿਆ ਸੀ, ਉੱਥੇ ਸ਼ਹੀਦ ਹੋ ਗਏ ਸੀਗੇ, ਲਿਆ ਕੇ ਕਾਲੀ ਬਾਹਮਣੀ ਤੇ ਪੈਲੀਆਂ ਦੇ ਵਿੱਚ ਗੰਨੇ ਦੇ ਖੇਤ ਵਿੱਚ ਸੁੱਟਿਆ। ਤੇ ਕਹਿੰਦਾ ਮੈਂ ਕਿਹਾ ਵੀ SHO ਨੂੰ ਵੀ ਅਸੀਂ ਅੱਜ ਇਹਦਾ ਡਿਨਰ ਕਰਨਾ ਸੀਗਾ, ਤੇ ਮੈਂ ਉਹਨੂੰ ਕਿਹਾ ਵੀ ਚੱਲ, ਉਹ ਕਹਿੰਦੇ ਮੁਕਾਬਲਾ ਜੀ ਮੁਕਾਬਲਾ, ਸਿੰਘ
ਮਤਲਬ ਇਤਲਾਹ ਮਿਲੀ ਆ। ਕਹਿੰਦਾ ਮੈਂ ਕਿਹਾ ਮੈਂ ਵੀ ਚੱਲਦਾ ਤੁਹਾਡੇ ਨਾਲ। ਕਹਿੰਦਾ ਜਦੋਂ ਮੈਂ ਨਾਲ ਗਿਆ ਤੇ ਇਹ ਇੱਕ ਬੰਬੀ ਦੇ ਉੱਤੇ ਬੈਠੇ ਹੋਏ ਸੀਗੇ ਪੁਲਿਸ ਵਾਲੇ, ਆਹਮੋ ਸਾਹਮਣੇ ਆਂਦਾ ਗੋਲੀਆਂ ਚੱਲਣ ਡੀਆਂ ਸੀਗੀਆਂ। ਤੇ ਮੈਂ ਆਂਦਾ ਵੇਖ ਕੇ ਕਿਹਾ ਵੀ ਅੱਜ ਵਾਕਈ ਮੁਕਾਬਲਾ ਇਸ ਤਰੀਕੇ ਨਾਲ ਹੁੰਦਾ ਵਾ। ਤੇ ਸ਼ਾਮ ਨੂੰ ਕਹਿੰਦਾ ਜਦੋਂ ਅਸੀਂ ਡਿਨਰ ਕੀਤਾ ਤੇ ਮੈਂ ਐਸ ਐਚ ਓ ਨੂੰ ਕਿਹਾ ਵੀ ਮੈਂ ਪਹਿਲੀ ਵਾਰ ਮੁਕਾਬਲਾ ਹੁੰਦਾ ਵੇਖਿਆ। ਕਹਿੰਦਾ ਜੇ ਤੂੰ ਅੱਜ ਪਹਿਲੀ ਵਾਰ ਮੁਕਾਬਲਾ ਵੇਖਿਆ ਨਾ, ਇਹ ਮੁਕਾਬਲੇ ਸਾਰੇ ਸੱਚੇ ਆ। ਫਿਰ ਉਹਨੇ ਕਹਿੰਦਾ ਮੈਨੂੰ ਇਹ ਦੱਸਿਆ ਵੀ ਇਹ ਬੰਦਾ ਸੀ ਜਲੰਧਰੋਂ ਮਰਿਆ ਲਿਆਂਦਾ, ਇੱਥੇ ਲਿਆ ਕੇ ਸੁੱਟਿਆ ਤੇ ਇਹਦਾ ਮੁਕਾਬਲਾ ਸ਼ੋਅ ਕੀਤਾ ਸਰਕਾਰ ਕੋਲੋਂ ਇਨਾਮ ਲੈਣ ਵਾਸਤੇ ਵੀ ਓਦਾਂ ਸਾਨੂੰ ਨਹੀਂ ਮਿਲਣੀਆਂ ਫੀਤੀਆਂ, ਏਦਾਂ ਸਾਨੂੰ ਫੀਤੀਆਂ ਲੱਗਣੀਆਂ। ਬੀਬੀ ਜੀ ਜਦੋਂ ਪਤੀ ਦੇ ਸ਼ਹੀਦ ਹੋਣ ਦੀ ਖਬਰ ਸੁਣੀ ਕੀ ਬੀਤੇ ਆਪੇ ਤੇ? ਉਹ ਤੇ ਵੀਰ ਜੀ ਪਤਾ ਸੀ ਇੱਕ ਦਿਨ ਤੇ ਜਾਣਾ ਹੀ ਜਾਣਾ ਵਾ, ਇਹ ਨਹੀਂ ਹੈਗਾ ਸੀ ਵੀ ਜਾਂ ਕਿੱਦਾਂ ਵਾ। ਉਹ ਇਹ ਸੀ ਵੀ ਜੇ ਮੈਂ ਨਾਲ ਜਾਂਦੀ ਸ਼ਾਇਦ ਉੱਧਰ ਮੈਂ ਵੀ ਨਾਲ ਚਲੇ ਜਾਂਦੀ, ਤੇ ਇਸ ਗੱਲ ਦਾ ਨਹੀਂ ਕੋਈ ਵੀ ਗਿਲਾ ਹੈਗਾ ਸੀ ਵੀ ਜਾਂ ਸ਼ਹੀਦ ਹੋ ਗਏ ਜਾਂ ਕਿੱਦਾਂ, ਉਹ ਪਤਾ ਸੀ ਵੀ ਇਸ ਲਾਈਨ ਕੀ। ਤੁਸੀਂ ਸੋਚਦੇ ਹੋ ਕਿ ਤੁਸੀਂ ਆਪਣੇ ਪਤੀ ਨਾਲ ਹੀ ਸ਼ਹੀਦ ਹੋਣਾ ਚਾਹੁੰਦੇ ਸੀ? ਹੋ ਜਾਂਦੇ ਚੰਗੀ ਗੱਲ ਸੀ, ਇੱਛਾ ਸੀ। ਜੇਲ ਚ ਸੀਗਾ ਤੇ ਉਦੋਂ ਮੈਨੂੰ ਨਾ ਕਿਸੇ ਨੇ ਕਿਹਾ ਤੇਰੇ ਨਾ ਨਾਲ ਹੀ ਮੁਕਾਬਲਾ ਹੋਣਾ। ਮੈਂ ਕਿਹਾ ਹੋਰ ਕੀ ਚਾਹੀਦਾ, ਜੇ ਨਾਲ ਚੱਲ ਜਾਂਗੇ ਤਾਂ ਸਗੋਂ ਕੰਮ ਮੁੱਕ ਜੂਗਾ ਵੀ ਇਕੱਠੇ ਜਾਵਾਂਗੇ ਅਸੀਂ, ਸਾਨੂੰ ਇਹ ਤਾਂ ਨਹੀਂ ਹੋਊਗਾ ਵੀ ਕੋਈ ਮਨ ਚ ਭੈ ਹੋਊਗਾ ਜਾਂ ਕਿੱਦਾਂ ਵਾ, ਵਧੀਆ ਸੀ ਜੇ ਚਲੇ ਜਾਂਦੇ ਨਾਲ। ਇਸ ਤੋਂ ਅੱਗੇ ਗੱਲ ਦੱਸੋ ਕਿ ਫਿਰ ਤੁਸੀਂ ਆਪਣਾ ਦੱਸਦਾ, ਤੁਹਾਡੇ ਤੋਂ ਛੋਟਾ ਕੌਣ ਭਰਾ, ਕਿਹੜਾ ਭਰਾ? ਸਭ ਤੋਂ ਛੋਟਾ ਮੇਰਾ ਸੀਗਾ ਬ੍ਰਦਰ ਰਾਜਵਿੰਦਰ ਸਿੰਘ ਰਾਜਾ। ਨਹੀਂ ਪਹਿਲਾਂ ਆਪਾਂ ਗੱਲ ਕੀਤੀ ਭਾਈ ਹਰਚਰਨ ਸਿੰਘ ਗਿਆਨੀ ਦੀ, ਨਹੀਂ ਸਭ ਤੋਂ ਵੱਡੀ ਦੀ ਗੱਲ ਕੀਤੀ, ਹਾਂਜੀ ਪਰਮਜੀਤ ਸਿੰਘ ਪਰਮਜੀਤ ਸਿੰਘ ਕਾਲੇ ਦੀ, ਉਹ ਸ਼ਹੀਦ ਹੋਏ। ਹਾਂਜੀ ਉਸ ਤੋਂ ਬਾਅਦ ਭਾਈ ਸੁਰਜੀਤ ਸਿੰਘ ਪੈਂਟਾ ਦੂਜੇ ਨੰਬਰ ਤੇ, ਹਾਂਜੀ ਉਹ ਸ਼ਹੀਦ ਹੋਏ। ਤੀਜੇ ਨੰਬਰ ਤੇ ਤੁਸੀਂ ਹੋ, ਤੁਹਾਡੇ ਪਤੀ ਸ਼ਹੀਦ ਹੋਏ। ਚੌਥੇ ਨੰਬਰ ਤੇ ਕੌਣ? ਚੌਥੇ ਨੰਬਰ ਤੇ ਹਰਚਰਨ ਸਿੰਘ ਗਿਆਨੀ, ਉਹ ਮਤਲਬ ਅੱਜ ਹੈਗਾ ਉਹਦੀ ਮਤਲਬ ਇਹ ਆ ਵੀ ਇਹਨੂੰ ਜਦੋਂ ਯੂਪੀ ਥਾਣਾ ਮਤਲਬ ਫੜਿਆ ਨਾ ਪੁਲਿਸ ਵਾਲਿਆਂ ਨੇ, ਯੂਪੀ ਪੁਲਿਸ ਵਾਲਿਆਂ ਨੇ ਫੜਿਆ ਤੇ ਇਹਨੂੰ ਕੋਰਟ ਵਿੱਚ ਪੇਸ਼ ਕੀਤਾ ਗਿਆ। ਕੋਰਟ ਵਿੱਚ ਪੇਸ਼ ਕੀਤਾ ਤੇ ਇਹਨੇ ਜਦੋਂ ਉਹਨਾਂ ਨੇ ਕਿਹਾ ਨਾ ਵੀ ਇਹਦਾ ਇੱਥੇ ਕੇਸ ਕੋਈ ਨਹੀਂ ਬਣਦਾ ਤੇ ਇਹਨੂੰ ਪੰਜਾਬ ਭੇਜਿਆ ਜਾ। ਫਿਰ ਉਹਨੇ ਮਤਲਬ ਜੱਜ ਨੂੰ ਕਿਹਾ ਵੀ ਮੇਰੇ ਅੱਗੇ ਤਿੰਨ ਭਰਾ ਸ਼ਹੀਦ ਕਰ ਦਿੱਤੇ ਆ, ਜੇ ਤੁਸੀਂ ਮੈਨੂੰ ਭੇਜ ਦਿਓ ਕੋਈ ਕੇਸ ਨਹੀਂ ਪਾਉਂਦੇ ਤੇ ਤੁਸੀਂ ਮੈਨੂੰ ਪੰਜਾਬ ਦੇ ਮਤਲਬ ਹੈਂਡ ਓਵਰ ਕਰ ਦੇਜੇ ਤੇ ਉਹਨਾਂ ਨੇ ਮੇਰਾ ਪੁਲਿਸ ਮੁਕਾਬਲਾ ਬਣਾ ਦੇਣਾ ਜੇ, ਤੇ ਮੈਂ ਚਾਹੁੰਦਾ ਵੀ ਮੇਰੇ ਤੇ ਕੇਸ ਇੱਥੇ ਪਾ ਦਿੱਤੇ ਜਾਣ ਤੇ ਮੈਂ ਇੱਧਰਲੀ ਜੇਲ੍ਹ ਚ ਰਹਾਂ। ਤੇ ਉਹ ਜਿਹੜਾ ਜੱਜ ਸੀ ਉਹਨੇ ਕਿਹਾ ਮਤਲਬ ਤੇਰੇ ਤੇ ਕੇਸ ਇੱਧਰ ਬਣਦਾ ਨਹੀਂ, ਇਸ ਨਹੀਂ ਪਾਉਣਾ ਤੈਨੂੰ, ਪਰ ਇੱਕ ਹੈ ਜਦੋਂ ਜਿੰਨਾ ਚਿਰ ਤੈਨੂੰ ਜੇਲ੍ਹ ਚ ਨਹੀਂ ਭੇਜਿਆ ਜਾਊਗਾ ਉਨਾ ਚਿਰ ਸਾਡੇ ਬੰਦੇ ਤੇਰੇ ਨਾਲ ਰਹਿਣਗੇ। ਤੇ ਉਹਨਾਂ ਨੇ ਕੀਤੀ ਵੀ ਇਸੇ ਤਰ੍ਹਾਂ, ਜਿੰਨਾ ਚਿਰ ਮਤਲਬ ਇੱਧਰਲੀ ਮਤਲਬ ਕੋਰਟ ਨੇ ਇਹਨੂੰ ਜੇਲ੍ਹ ਚ ਨਹੀਂ ਸੀ ਭੇਜਿਆ, ਉਨਾ ਚਿਰ ਉਹ ਜਿਹੜੇ ਉਹਨਾਂ ਦੇ ਹੌਲਦਾਰ ਆਏ ਸੀ ਉਹ ਚਾਰ ਇਹਦੇ ਨਾਲ ਹੀ ਰਹੇ ਸੀ ਜੀ। ਤੇ ਜਿਹੜੇ ਭਾਈ ਤੁਹਾਡੇ ਭਰਾ ਭਾਈ ਹਰਚਰਨ ਸਿੰਘ ਗਿਆਨੀ ਜਿਹੜੇ ਮੌਜੂਦ ਨੇ, ਇਹ ਵੀ ਮੈਂ ਸੁਣਿਆ ਕਿ ਇੱਕ ਵਾਰ ਤੇ ਉਹਨਾਂ ਨੂੰ ਵੀ ਸ਼ਹੀਦ ਕਰਕੇ ਤੇ ਪੁਲਿਸ ਨੇ ਇਨਾਮ ਵੀ ਲੈ ਲਿਆ ਸੀ। ਹਾਂਜੀ ਇਹਦਾ ਹੋਇਆ ਸੀ ਆਪਣਾ ਜਗਰਾਉਂ, ਜਗਰਾਉਂ ਦੀ ਪੁਲਿਸ ਨੇ ਮੁਕਾਬਲਾ ਬਣਾ ਸ਼ੋ ਕਰਕੇ ਤੇ ਇਹਦਾ ਨਾਮ ਲੈ ਲਿਆ ਸੀਗਾ ਵੀ ਮਾਰਿਆ ਗਿਆ ਗਿਆਨੀ ਤੇ ਉਹ, ਪਰ ਇਹ ਉਸ ਟਾਈਮ ਤੇ ਹੈਗਾ ਸੀਗਾ ਪਰ ਉਹ ਅੱਜ ਜਿਉਂ ਦਾ ਸ਼ਹੀਦ ਹੈ, ਪਰ ਉਹਨੇ ਨਾਮ ਲੈ ਲਿਆ ਸੀਗਾ। ਬਾਅਦ ਚੋਂ ਨਿਕਲੀ ਵੀ ਹੈ ਗੱਲ ਇਸ ਗੱਲ ਦੀ ਪੁਲਿਸ ਵਾਲਿਆਂ ਦੀ। ਤੇ ਆਪਾਂ ਉਸ ਤੋਂ ਬਾਅਦ ਗੱਲ ਕਰੀਏ ਗਿਆਨੀ ਤੋਂ ਛੋਟੇ ਭਾਈ ਰਾਜਵਿੰਦਰ ਸਿੰਘ ਰਾਜਾ, ਹਾਂਜੀ ਰਾਜਵਿੰਦਰ ਸਿੰਘ ਰਾਜਾ, ਉਹ ਵੀ ਸ਼ਹੀਦ ਹੋਏ। ਹਾਂਜੀ ਸੋ ਮੈਂ ਜਿੱਥੋਂ ਕਿ ਗੱਲ ਨੂੰ ਸ਼ੁਰੂ ਕਰਦਾ, ਸਾਰੇ ਪਾਸੇ ਇਹੋ ਹੀ ਹਾਲ ਆ ਕਿ ਇਸ ਪਰਿਵਾਰ ਦੇ ਹਿੱਸੇ ਬਹੁਤ ਸ਼ਹਾਦਤਾਂ ਆਈਆਂ, ਜਿਵੇਂ ਜਿਵੇਂ ਗੱਲ ਵੱਡਿਓ ਛੋਟੇ ਤੱਕ ਆਈ ਤਾਂ ਸ਼ਹਾਦਤਾਂ ਹੀ ਨੇ, ਬਹੁਤ ਕੁਰਬਾਨੀ ਵਾਲੇ ਬੀਬੀ ਜੀ ਆ, ਇਹ ਇਹ ਵੱਡੇ ਭਾਗ ਆ ਇਹਨਾਂ ਦੇ। ਦਸਵੇਂ ਪਾਤਸ਼ਾਹ ਨੇ ਆਪਣੇ ਚਾਰ ਪੁੱਤ ਸ਼ਹੀਦ ਕਰਵਾਏ ਧਰਮ ਦੀ ਖਾਤਰ, ਸੱਚ ਦੀ ਖਾਤਰ। ਸੋ ਉਸ ਸੱਚ ਦੇ ਉੱਤੇ ਜਿਹੜਾ ਅਟਲ ਆ, ਸੱਚ ਨੇ ਸਦਾ ਰਹਿਣਾ, ਜਿਹੜਾ ਕੂੜ ਆ ਉਹਦੇ ਕੋਈ ਪੈਰ ਨਹੀਂ ਹੁੰਦੇ। ਇਹਨਾਂ ਸਿੰਘਾਂ ਨੂੰ ਸ਼ਹੀਦ ਕਰਨ ਵਾਲੇ ਜਿਹੜੇ ਆ ਨਾ, ਉਹਨਾਂ ਨੂੰ ਕਿਸੇ ਨੇ ਚੇਤੇ ਨਹੀਂ ਕਰਨਾ, ਜਿਹੜੇ ਸਾਡੇ ਸ਼ਹੀਦ ਨੇ ਉਹਨਾਂ ਨੂੰ ਅਸੀਂ ਅੱਜ ਚੇਤੇ ਕਰਨ ਲਈ ਬੈਠੇ ਹਾਂ, ਸਾਡੀਆਂ ਗੱਲਾਂ ਬਾਤਾਂ ਦੁਨੀਆਂ ਨੇ ਸੁਣਨੀਆਂ। ਜਦਕਿ ਜਿਹੜਾ ਕੋਈ ਜਬਰ ਕਰ ਗਿਆ, ਜਿਨ੍ਹਾਂ ਨੇ ਕੋਹ ਕੋਹ ਕੇ ਸਾਡੇ ਸਿੰਘਾਂ ਨੂੰ ਸ਼ਹੀਦ ਕੀਤਾ, ਉਹਨਾਂ ਦਾ ਕੋਈ ਦੁਨੀਆਂ 'ਤੇ ਨਾਂ ਨਹੀਂ ਰਹਿਣਾ, ਇਹ ਇਹ ਸਾਰੀ ਦੁਨੀਆਂ ਜਾਣਦੀ ਆ। ਇਸ ਤੋਂ ਅੱਗੇ ਭਾਈ ਰਾਜਵਿੰਦਰ ਸਿੰਘ ਰਾਜੇ ਦਾ ਆਨੰਦ ਕਾਰਜ ਹੋਇਆ ਅਤੇ ਉਸ ਦੀ ਵੀਡੀਓ ਵੀ ਸਾਰੇ ਪਾਸੇ ਮੌਜੂਦ ਆ, ਅਤੇ ਸਿੰਘਾਂ ਨੇ ਹੱਥਾਂ 'ਚ ਸਾਲਟਾਂ ਫੜੀਆਂ ਹੋਈਆਂ। ਅਤੇ ਫਿਰ ਇਹ ਦੱਸੋ ਕਿ ਭਾਈ ਰਾਜਵਿੰਦਰ ਸਿੰਘ ਰਾਜੇ ਦੀ ਜਿਹੜੀ ਸ਼ਹੀਦੀ ਹੋਈ ਉਹਦੇ ਬਾਰੇ। ਰਾਜੇ ਦੀ ਮੈਰਿਜ ਜਿਹੜੀ ਹੋਈ ਸੀ ਮੇਰੇ ਕੋਲ ਹੀ ਹੋਈ ਸੀ, ਗੁਰਦੋਕੇ ਪਿੰਡ ਹੀ ਹੋਈ ਸੀ।
ਮਹਿਤਾ ਸਾਹਿਬ ਤੋਂ ਆਏ ਸੀਗੇ ਜਿਹੜੇ ਜਿਨ੍ਹਾਂ ਨੇ ਲਾਵਾਂ ਫੇਰੀਆਂ ਵੀ ਕੀਤੀਆਂ ਸੀ ਦਮਦਮੀ ਟਕਸਾਲ ਦੇ ਸਿੰਘ ਦਮਦਮੀ ਟਕਸਾਲ ਤੋਂ ਆਏ ਸੀਗੇ ਜਿਨ੍ਹਾਂ ਨੇ ਇਹਦੀਆਂ ਲਾਵਾਂ ਕੀਤੀਆਂ ਸੀਗੀਆਂ ਰਾਤ ਨੂੰ ਇਹਦੀਆਂ ਲਾਵਾਂ ਹੋਈਆਂ ਸੀਗੀਆਂ ਤੇ ਸਵੇਰੇ ਤੜਕੇ ਦਿਨ ਚੜ੍ਹਦਿਆਂ ਨੂੰ ਇਹਨੇ ਨਿਕਲਣਾ ਸੀਗਾ ਉੱਥੋਂ ਉਦੋਂ ਨੂੰ ਸਾਡੇ ਪਿੰਡ ਨੂੰ ਘੇਰਾ ਪੈ ਗਿਆ ਉਦੋਂ ਕਿਹਾ ਤੇ ਇਹ ਮੈਨੂੰ ਹਜੇ ਪਿਸਟਲ ਦੇ ਕੇ ਗਿਆ ਰਾਜਾ ਰਾਜਾ ਕਹਿੰਦਾ ਭੈਣ ਜੀ ਆ ਪਿਸਟਲ ਰੱਖ ਲਓ ਤੇ ਭਾਜੀ ਨੂੰ ਦੇ ਦਿਓ ਭਾਜੀ ਕੌਣ ਚੰਦਰ ਸਿੰਘ ਜੀ ਜੀਜਾ ਜੀ ਨੂੰ ਹਾਂ ਕਹਿੰਦੇ ਉਹਨਾਂ ਨੂੰ ਦੇ ਦਿਓ ਤੇ ਮੈਂ ਕਿਹਾ ਠੀਕ ਆ ਉਹਨੇ ਚਲੋ ਰੌਲਾ ਪੈ ਗਿਆ ਜੀ ਘੇਰਾ ਪੈ ਗਿਆ ਘੇਰਾ ਪੈ ਗਿਆ ਉਹ ਪਿਸਟਲ ਜਿਹੜਾ ਚੁੱਕ ਕੇ ਮੈਂ ਕੀ ਕੀਤਾ ਵੀ ਸਾਡੇ ਸਾਹਮਣੇ ਨਾ ਰੋੜੀ ਸੀਗੀ ਉਹਦੇ ਵਿੱਚ ਦੱਬਿਆ ਦੱਬ ਕੇ ਮੈਂ ਬੇਟੇ ਦਲੇਰ ਨੂੰ ਨਾਲ ਲੈ ਕੇ ਤੇ ਮੈਂ ਕਿਸੇ ਦੇ ਘਰ ਚਲੇ ਗਈ ਵੀ ਮੇਰੀ ਮਤਲਬ ਪਹਿਚਾਣ ਨਾ ਹੋਵੇ ਤੇ ਮੇਰੇ ਮੰਮੀ ਡੈਡੀ ਵੀ ਉਸ ਟਾਈਮ ਤੇ ਉੱਥੇ ਸੀਗੇ ਮੇਰੇ ਮੰਮੀ ਡੈਡੀ ਜਿਹੜੇ ਮੇਰੀ ਮੰਮੀ ਜਿਹੜੇ ਸੀਗੇ ਉਹ ਕਿਸੇ ਦੇ ਘਰ ਜਾ ਕੇ ਬੈਠੇ ਡੈਡੀ ਮੇਰੇ ਲੁੱਕ ਨਹੀਂ ਸੀ ਸਕਦੇ ਕਿਉਂਕਿ ਉਹਨਾਂ ਨੇ ਜਿੰਨੇ ਵੀ ਸੀ ਪਿੰਡ ਦੇ ਜਿਹੜੇ ਬੰਦੇ ਸੀਗੇ ਉਹ ਬਾਹਰ ਬੁਲਾ ਲਏ ਸੀ ਗੁਰਦੁਆਰੇ ਵੀ ਸਾਰੇ ਬਾਹਰ ਆ ਜਾਣ ਉਹਦੇ ਵਿੱਚ ਮੇਰੇ ਫਾਦਰ ਸਾਹਿਬ ਫੜੇ ਗਏ ਤੇ ਰਾਜਾ ਸਾਡਾ ਪਿੰਡ ਦੇ ਵਿੱਚ ਸੀਗਾ ਉਦੋਂ ਤੁਹਾਨੂੰ ਪਤਾ ਵੀ ਉਦੋਂ ਉਹਨਾਂ ਨੇ ਆਪਣੇ ਬਣਾਏ ਹੁੰਦੇ ਸੀ ਸਾਰਾ ਕੁਛ ਆਪਣਾ ਮਤਲਬ ਰਾਜਾ ਪਿੰਡ ਦੇ ਵਿੱਚ ਸੀ ਉਸ ਟਾਈਮ ਤੇ ਤੇ ਮੇਰੇ ਗੁਆਂਢ ਹੀ ਸੀਗਾ ਜਿੱਥੇ ਬੇਟਾ ਆਇਆ ਸੀ ਇਹ ਆਨੰਦਕਾਰੀ ਤੋਂ ਕੋਈ ਦਿਨ ਬਾਅਦ ਦੀ ਗੱਲ ਆ ਨਹੀਂ ਉਸੇ ਦਿਨ ਦੀ ਗੱਲ ਆ ਰਾਤ ਲਾਵਾਂ ਹੁੰਦੀਆਂ ਸਵੇਰੇ 5 ਵਜੇ ਮਤਲਬ 5:30 ਵਜੇ ਘੇਰਾ ਪੈ ਜਾਂਦਾ ਜੀ ਸਾਡੇ ਪਿੰਡ ਨੂੰ ਉਦੋਂ ਕਿਹਾ ਅਗਲੇ ਦਿਨ ਮਤਲਬ ਮੇਰੇ ਡੈਡੀ ਨੇ ਤੁਹਾਨੂੰ ਦੱਸਣ ਵੀ ਉਸੇ ਦਿਨ ਹੀ ਫੜ ਕੇ ਲੈ ਗਏ ਤੜਕੇ ਜਦੋਂ ਇਹਨਾਂ ਨੇ ਘੇਰਾ ਪਾਇਆ ਡੈਡੀ ਨੂੰ ਫੜ ਕੇ ਲੈ ਗਏ ਮੈਂ ਵੀ ਬਚ ਗਈ ਮੈਂ ਤੇ ਕਿਸੇ ਦੇ ਘਰ ਜਾ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਵੀ ਕਿਸੇ ਨੂੰ ਪਤਾ ਹੀ ਨਾ ਲੱਗੇ ਕੋਲੋਂ ਦੀ ਹੋ ਕੇ ਗਏ ਆ ਪਰ ਨਹੀਂ ਰਾਜਾ ਵੀ ਪਿੰਡ ਦੇ ਵਿੱਚ ਸੀਗਾ ਰਾਜੇ ਦਾ ਵੀ ਨਹੀਂ ਸੀ ਪਤਾ ਲੱਗਾ ਇਸ ਤਰੀਕੇ ਨਾਲ ਸਾਡਾ ਬਚਾਅ ਹੋਇਆ ਸੀਗਾ ਜਿਹਨੇ ਮੂਵੀ ਬਣਾਈ ਸੀਗੀ ਉਹ ਮੁੰਡਾ ਪੇਟੀ ਦੇ ਵਿੱਚ ਬੰਦ ਕਰਕੇ ਆਪਣੇ ਆਪ ਨੂੰ ਤੇ ਉਹਨੇ ਬਚਾਇਆ ਸੀਗਾ ਉਹ ਵੀ ਨਹੀਂ ਸੀ ਪਿੰਡ ਤੋਂ ਬਾਹਰ ਨਿਕਲਿਆ ਉਹਨੇ ਆਪਣੇ ਆਪ ਨੂੰ ਪੇਟੀ ਦੇ ਵਿੱਚ ਕਿਸੇ ਦੇ ਘਰ ਬੰਦ ਕਰਾ ਲਿਆ ਸੀ ਮੈਨੂੰ ਬੰਦ ਕਰ ਦੋ ਜਿਹੜਾ ਕਿ ਮੈਂ ਬਾਹਰ ਗਿਆ ਤੇ ਫੜਿਆ ਜਾਊਗਾ ਇਹ ਮੂਵੀ ਤਾਂ ਬਚੀ ਰਹੀ ਉਹ ਜਿਹੜੀ ਵਿਆਹ ਦੀ ਫਿਲਮ ਆ ਉਸ ਤੋਂ ਭਾਵ ਕਿ ਅਗਲੇ ਦਿਨ ਹੀ ਉਹ ਫਿਰ ਸਿੰਘ ਸ਼ਹੀਦ ਹੋ ਗਿਆ ਤੁਹਾਡਾ ਭਰਾ ਨਹੀਂ 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 ਉਸ ਤੋਂ ਬਾਅਦ ਨਹੀਂ ਹੋਇਆ ਇਸ ਤੋਂ ਬਾਅਦ ਇਹ ਦਿੱਲੀ ਗਿਆ ਵਾ ਦਿੱਲੀ ਦਿੱਲੀ ਜਾ ਕੇ ਤੇ ਫਿਰ ਸ਼ਹੀਦ ਹੋਇਆ ਵਾ ਇਹ ਉਦੋਂ ਨਹੀਂ ਹੋਇਆ ਇਹ 2-3 ਮਹੀਨੇ ਬਾਅਦ ਹੋਇਆ ਉਦੋਂ ਫਿਰ ਉਹ ਨਿਕਲ ਗਏ ਤੁਹਾਨੂੰ ਦੱਸਿਆ ਵੀ ਰਾਜਾ ਪਿੰਡ ਦੇ ਵਿੱਚ ਹੀ ਸੀਗਾ ਬਚਾਅ ਹੋ ਗਿਆ ਸਿਰਫ ਮੇਰੇ ਡੈਡੀ ਫੜੇ ਗਏ ਸੀਗੇ ਅੱਛਾ ਰਾਜਾ ਨਹੀਂ ਸੀ ਇਦਾਂ ਰਾਜਾ ਦੇ ਬਾਅਦ 2-3 ਮਹੀਨੇ ਬਾਅਦ ਸ਼ਹੀਦ ਹੁੰਦਾ ਵਾ ਉਹ ਵੀ ਦਿੱਲੀ ਪਤਾ ਨੀ ਹੁਣ ਇਹਨੂੰ ਸਮਝ ਨੀ ਸਾਨੂੰ ਲੱਗੀ ਅੱਜ ਤੱਕ ਵੀ ਉਹਨੂੰ ਕਿੱਦਾਂ ਸ਼ਹੀਦ ਕੀਤਾ ਇਹ ਦਿੱਲੀ ਗਿਆ ਵਾ ਹਥਿਆਰ ਲੈ ਕੇ ਗਿਆ ਪਹਿਲਾਂ ਗੋਬਿੰਦਪੁਰੀ ਗਿਆ ਆਪਣੇ ਘਰ ਗਿਆ ਵਾ ਸਾਰਾ ਘਰ ਬਾਰ ਵੇਖ ਕੇ ਇਹਦੇ ਨਾਲ ਇੱਕ ਮੁੰਡਾ ਹੁੰਦਾ ਸੀ ਪੜ੍ਹਦਾ ਹੁੰਦਾ ਸੀਗਾ ਆਪਣੇ ਸਰਜੀਤ ਦਾ ਦੋਸਤ ਹੁੰਦਾ ਸੀ ਉਹ ਵੀ ਉਸ ਟਾਈਮ ਤੇ ਸ਼ਹੀਦ ਹੋਇਆ ਵਾ ਤੇ ਨਾ ਉਹਦਾ ਲੱਗਦਾ ਵੀ ਉਹਨੇ ਇਤਲਾਹ ਕੀਤੀ ਪੁਲਿਸ ਨੂੰ ਵੀ ਮਤਲਬ ਰਾਜਾ ਆਇਆ ਹੋਇਆ ਵਾ ਇਹਦਾ ਆਮੋ ਸਾਹਮਣੇ ਮਤਲਬ ਮੁਕਾਬਲਾ ਹੋਇਆ ਵਾ ਰਾਜੇ ਦਾ ਇਹਦੇ ਕੋਲ ਪਿਸਟਲ ਸੀਗਾ ਸਿਰਫ ਕਿਹੜੀ ਥਾਂ ਇਹ ਕਾਲਕਾ ਜੀ ਦੇ ਵਿੱਚ ਉਹਦੇ ਵਿੱਚ ਹੋਇਆ ਵਾ ਹੋਇਆ ਵੀ ਪਾਰਕ ਦੇ ਵਿੱਚ ਆ ਜਿੱਥੇ ਇਹਨਾਂ ਨੇ ਕਿਤੇ ਮਿਲਣਾ ਸੀਗਾ ਹੁਣ ਇਹ ਨਹੀਂ ਪਤਾ ਵੀ ਕਿਹੜੀ ਗੇ ਮਤਲਬ ਉੱਥੇ ਕਾਹਦੇ ਵਾਸਤੇ ਗਿਆ ਸੀ ਮਤਲਬ ਕੀ ਇਹਨੇ ਪਲੈਨਿੰਗ ਬਣਾਈ ਹੋਈ ਸੀ ਕੀ ਕਰਨਾ ਸੀਗਾ ਤੇ ਹੈ ਸਿਰਫ ਇਹਦੇ ਕੋਲ ਪਿਸਟਲ ਸੀਗਾ ਉਸ ਟਾਈਮ ਤੇ ਪਿਸਟਲ ਨਾ ਪੁਲਿਸ ਵਾਲਿਆਂ ਨੇ ਕਿਹਾ ਵੀ ਆ ਜੇ ਇਹਦੇ ਕੋਲ ਗਨ ਹੁੰਦੀ ਤੇ ਸ਼ਾਇਦ ਅਸੀਂ ਕਾਫੀ ਜਾਣੇ ਮਾਰੇ ਜਾ ਸਕਦੇ ਸੀ ਸਿਰਫ ਪਿਸਟਲ ਹੋਣ ਕਰਕੇ ਬਚਾ ਗਿਆ ਕਿਉਂਕਿ ਨਾਲੇ ਇਹਦਾ ਇਹ ਵੀ ਨਹੀਂ ਸੀ ਹੈਗਾ ਵੀ ਮੈਨੂੰ ਮਤਲਬ ਘੇਰਾ ਪੈ ਜਾਣਾ ਜਾਂ ਕਿੱਦਾਂ ਸੀਗਾ ਇਹ ਤੇ ਮਤਲਬ ਵੈਸੇ ਆਪਣੇ ਤਰੀਕੇ ਨਾਲ ਗਿਆ ਹੋਇਆ ਸੀ ਆਪਣੇ ਦੋਸਤ ਦੇ ਕੋਲ ਸੀ ਨਾਲ ਸੀਗਾ ਤੇ ਇਹਦੇ ਨਾਲ ਧੋਖਾ ਹੋਇਆ ਰਾਜੇ ਦੇ ਨਾਲ ਜਿਹੜਾ ਮਤਲਬ ਇਹਨੂੰ ਮਰਵਾਇਆ ਗਿਆ ਧੋਖੇ ਨਾਲ ਇਹਦਾ ਮੁਕਾਬਲਾ ਜਿਹੜਾ ਪਾਰਕ ਦੇ ਵਿੱਚ ਹੋਇਆ ਵਾ ਬੀਬੀ ਜੀ ਹੁਣਾਂ ਦਾ 10 ਮਹੀਨਿਆਂ ਦਾ ਮਾਸੂਮ ਬੱਚਾ ਵੀ ਸ਼ਹੀਦ ਹੋਇਆ ਇਹਨਾਂ ਨੇ ਬਹੁਤ ਸਮਾਂ ਕਈ ਦਿਨ ਕਈ ਹਫ਼ਤੇ ਮਹੀਨਿਆਂ ਬੱਧੀ ਪੁਲਿਸ ਦੀ ਹਿਰਾਸਤ 'ਚ ਕੱਟਿਆ ਸਾਨੂੰ ਆਪਣੇ ਮਾਸੂਮ ਬੱਚੇ ਦੀ ਸ਼ਹਾਦਤ ਬਾਰੇ ਦੱਸੋ ਕੀ ਗੱਲ ਵਾਪਰੀ ਸਾਨੂੰ ਮੇਰਾ ਜਿਹੜਾ ਬ੍ਰਦਰ ਗਿਆਨੀ ਹੈ ਜਿਸ ਤਰ੍ਹਾਂ ਹਰਚਰਨ ਸਿੰਘ ਗਿਆਨੀ ਉਹਨੂੰ ਕਹਿੰਦੇ ਸੀ ਪੇਸ਼ ਕਰੋ ਕਿਉਂਕਿ ਇਹੀ ਸਾਡੇ ਘਰ ਦੇ ਵਿੱਚ ਬੱਚਿਆ ਸੀਗਾ ਰੂਪੋਸ਼ ਸਨ ਹਾਂਜੀ ਇਹਨਾਂ ਨੇ ਕਿਹਾ ਵੀ ਇਹਨੂੰ ਪੇਸ਼ ਕੀਤਾ ਜਾਵੇ ਤੇ ਅਸੀਂ ਇਹੀ ਕਹਿੰਦੇ ਵੀ ਇਹਨੂੰ ਤਾਂ ਮਾਰ ਦਿੱਤਾ ਗਿਆ ਵਾ ਆਪੇ ਤੇ ਤੁਸੀਂ ਦੱਸਿਆ ਵੀ ਇਹਨੂੰ ਮਾਰ ਦਿੱਤਾ ਵਾ ਤੇ ਇਹਨਾਂ ਨੇ ਊਧਮ ਸਿੰਘ ਹੁੰਦਾ ਸੀਗਾ ਆਪਣਾ ਚਗਾਵੀ ਹੁੰਦਾ ਸੀਗਾ ਐਸ ਐਚ ਓ ਜਿਨ੍ਹਾਂ ਨੇ ਮਤਲਬ ਜਗਤਾਰ ਸਿੰਘ ਹੋਣਾ ਨੂੰ ਸ਼ਹੀਦ ਕੀਤਾ ਸੀਗਾ ਚੰਨਣ ਕਿਆਲਿਆਂ ਹਾਂਜੀ ਚੰਨਣ ਕਿਆਲਿਆਂ ਨੂੰ ਉਹ ਸਾਨੂੰ ਮਹੀਨਾ ਪਹਿਲਾਂ ਉੱਥੇ ਰੱਖਿਆ ਗਿਆ ਵਾ ਤੇ ਜਿੱਦਣ ਜਗਤਾਰ ਸਿੰਘ ਨੂੰ ਮਤਲਬ ਸ਼ਹੀਦ ਕੀਤਾ ਜਾਂਦਾ ਉਹਨਾਂ ਦੇ ਨਾਲ ਇੱਕ ਸਾਥੀ ਹੋਰ ਸੀਗੇ ਉਹ ਉਹ ਤੋਂ ਦੂਜੇ ਦਿਨ ਸਾਨੂੰ ਇਹਨਾਂ ਨੇ ਬਿਆਸ ਥਾਣੇ ਵਿੱਚ ਲੈ ਕੇ ਜਾਂਦੇ ਆ ਤਕਰੀਬਨ 1.5 ਮਹੀਨਾ ਸਾਨੂੰ ਮਤਲਬ ਪੌੜੇ 2 ਮਹੀਨੇ ਸਾਨੂੰ ਮਤਲਬ ਰੂਪੋਸ਼ ਰੱਖਿਆ ਵੀ ਇਹਨਾਂ ਦਾ ਪਤਾ ਨਾ ਤੁਸੀਂ ਮੁੱਢ ਤੋਂ ਗੱਲ ਦੱਸੋ ਕਿ ਤੁਹਾਨੂੰ ਕਿੱਥੋਂ ਕਿੰਨੇ ਜਾਣਿਆਂ ਨੂੰ ਥਾਣੇ ਜਾਂ ਹਰਾਸਤ ਚੌਂਕੀ 'ਚ ਖੜਿਆ ਜਾਂਦਾ ਸਾਨੂੰ ਰਾਤ 12-1 ਵਜੇ ਆਉਂਦੇ ਛੱਜਲਵੱਟੀ ਪਿੰਡ ਵਿੱਚ ਉੱਥੇ ਅਸੀਂ ਸੀਗੇ ਤੇ ਮੇਰੇ ਮੰਮੀ ਮੇਰੇ ਡੈਡੀ ਤੇ ਮੈਂ ਤੇ ਮੇਰੇ ਦੋਨੋਂ ਬੱਚੇ
ਦਲੇਰ ਸਿੰਘ ਤੇ ਸ਼ਮਸ਼ੇਰ ਸਿੰਘ ਇਹਨਾਂ ਦੋਵਾਂ ਨੂੰ ਮਤਲਬ ਸਾਨੂੰ ਮਤਲਬ ਪੰਜਾਂ ਜਾਣਿਆਂ ਨੂੰ ਲੈ ਕੇ ਜਾਂਦੇ ਆ। ਫਿਰ ਨਾਲ ਸਾਨੂੰ ਕਿਹਾ ਜਾਂਦਾ ਵੀ ਆਪਣੀ ਰਜਾਈ ਨਾਲ ਲੈ ਲਿਓ, ਬੱਚੇ ਛੋਟੇ ਆ, ਠੰਡ ਆ ਤੇ ਤੁਸੀਂ ਲੈ ਲਓ। ਅਸੀਂ ਇੱਕੋ ਰਜਾਈ ਚੱਕੀ, ਸਾਨੂੰ ਨੀ ਪਤਾ ਵੀ ਉੱਥੇ ਠੰਡ ਮਤਲਬ ਇਹਨਾਂ ਨੇ ਇੰਨੇ ਦਿਨ ਰੱਖਣਾ। ਸਾਨੂੰ ਲੈ ਗਏ ਚਗਾਵੇਂ ਥਾਣੇ ਦੇ ਵਿੱਚ, ਸਾਨੂੰ ਸਵੇਰੇ ਪਤਾ ਲੱਗਦਾ ਵੀ ਸਾਨੂੰ ਚਗਾਵੇਂ ਲੈ ਕੇ ਗਏ ਆ। ਚਗਾਵੇਂ ਥਾਣੇ ਦੇ ਵਿੱਚ ਸਾਨੂੰ ਅੰਦਰ ਮਤਲਬ ਛੋਟਾ ਜਿਹਾ ਕਮਰਾ ਸੀ, ਮਤਲਬ 10x10 ਦਾ ਹੋਣਾ ਕਮਰਾ। ਚਗਾਵਾਂ ਅੰਮ੍ਰਿਤਸਰ ਤੋਂ ਮਹਿਤਾ ਰੋਡ ਤੇ ਜਿਹੜਾ, ਹਾਂਜੀ ਮਹਿਤਾ ਰੋਡ ਗੋਪਰਾਂ ਦੇ ਨਾਲ ਹੀ ਚਗਾਵਾਂ, ਸੜਕ ਦੇ ਉੱਪਰ ਹੀ ਥਾਣਾ ਬਣਿਆ ਹੋਇਆ ਸੀ। ਉਹ ਕਿਸੇ ਦਾ ਮੈਨੂੰ ਲੱਗਦਾ ਘਰ ਸੀਗਾ ਜਿਹਦੇ ਵਿੱਚ ਉਹਨਾਂ ਥਾਣਾ ਬਣਾਇਆ ਹੋਇਆ ਸੀਗਾ, ਅੱਜ ਵੀ ਉੱਥੇ ਹੈਗਾ ਵਾ। ਤੇ ਉੱਥੇ ਸਾਨੂੰ ਲੈ ਕੇ ਬੰਦ ਕਰ ਦਿੱਤਾ ਜਾਂਦਾ ਤੇ ਗਿਆਨੀ ਬਾਰੇ ਕਿਹਾ ਜਾਂਦਾ ਵੀ ਗਿਆਨੀ ਨੂੰ ਪੇਸ਼ ਕਰਾਇਆ ਜਾਂਦਾ। ਤੇ ਸਾਨੂੰ ਇਹ ਸੀ ਵੀ ਗਿਆਨੀ ਤੇ ਇਹਨਾਂ ਨੇ ਮਾਰ ਦਿੱਤਾ ਵਾ, ਤੇ ਪਰ ਸਾਨੂੰ ਅੰਦਰ ਖਾਤੇ ਪਤਾ ਸੀ ਵੀ ਗਿਆਨੀ ਹੈਗਾ ਵਾ। ਜਦੋਂ ਇਹਨਾਂ ਨੇ ਮਤਲਬ ਦੇਖਿਆ ਵੀ ਨਹੀਂ ਕੁਛ ਵੀ ਦੱਸ ਰਹੇ ਵੀ ਸਾਨੂੰ ਪਤਾ ਹੀ ਨਹੀਂ, ਜਦੋਂ ਅਸੀਂ ਕਹਿ ਹੀ ਦਿੱਤਾ ਵੀ ਗਿਆਨੀ ਤੇ ਤੁਸੀਂ ਮਾਰ ਦਿੱਤਾ ਵਾ, ਤੁਹਾਨੂੰ ਪਤਾ ਵਾ ਵੀ ਗਿਆਨੀ ਮਾਰਿਆ ਗਿਆ, ਉਹਦਾ ਅਖਬਾਰਾਂ ਦੇ ਵਿੱਚ ਵੀ ਆ ਚੁੱਕਿਆ ਵਾ। ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ, ਮੇਰਾ ਤੁਹਾਨੂੰ ਦੱਸਣ ਦੀ ਵੀ ਇੱਕ ਦਿਨ ਇੱਕ ਬੰਦੇ ਨੂੰ ਫੜ ਕੇ ਲਿਆਂਦਾ ਇਹਨਾਂ ਨੇ, ਇੱਕ ਸੈਕਿੰਡ ਦੇ ਵਿੱਚ ਉਹਨੇ ਬਕਿਆ ਤੇ ਮੁਕਾਬਲਾ ਹੋਇਆ। ਜਗਤਾਰ ਸਿੰਘ ਚੰਨਣ ਕੇ ਜਿਹੜਾ ਸੀਗਾ ਸਿੰਘ, ਇੱਕ ਨਾਲ ਹੋਰ ਸਿੰਘ ਸੀਗਾ ਉਹਦਾ, ਸ਼ਹੀਦ ਕਰਕੇ ਤੇ ਸਾਡੇ ਸਾਹਮਣੇ ਡੈਡ ਬੋਡੀਆਂ ਲਿਆ ਕੇ ਸੁੱਟ ਦਿੱਤੀਆਂ। ਤੇ ਜਿਹੜੇ ਜਿਹੜੇ ਬੰਦੇ ਨੂੰ ਪੁਲਿਸ ਲੈ ਕੇ ਆਈ ਥਾਣੇ ਦੇ ਵਿੱਚ ਜਾਂ ਚੌਂਕੀ ਚ, ਉਹਨੂੰ ਤਸ਼ੱਦਦ ਕੀਤਾ ਗਿਆ? ਤਸ਼ੱਦਦ ਬਹੁਤ ਮਤਲਬ ਕਿਹਾ ਜਾ ਸਕਦਾ, ਬਹੁਤ ਘੱਟ, ਮਾੜਾ ਜਿਹਾ ਹਜੇ ਕਰੰਟ ਹੀ ਲਾਉਣ ਲੱਗੇ ਸੀ ਉਹਨੂੰ, ਤੇ ਉਹਨੇ ਪਹਿਲਾਂ ਹੀ ਵਗ ਪਿਆ ਵੀ ਹਾਂ ਮੇਰੇ ਕੋਲ ਉੱਥੇ ਬੰਦੇ ਬੈਠੇ ਆ। ਤੁਸੀਂ ਮਤਲਬ 5 ਮਿੰਟ ਦੇ ਵਿੱਚ ਉਹ ਜਾ ਕੇ ਤੇ ਲੈ ਕੇ ਵੀ ਆ ਗਈ ਇਸ ਤਰੀਕੇ ਨਾਲ। ਉਦਣ ਉਹ ਕਹਾਣੀ ਬਣੀ ਜਿਸ ਤਰ੍ਹਾਂ ਪਹਿਲਾਂ ਵੀ ਜਿੱਦਾਂ ਪਹਿਲਾਂ ਹੀ ਮਾਰ ਕੇ ਸੁੱਟੇ ਹੁੰਦੇ ਤੇ ਬਾਅਦ ਚ ਬਸ ਚੁੱਕ ਹੀ ਲੈਂਦੇ, ਇਸ ਤਰੀਕੇ ਨਾਲ ਹੋਇਆ, ਲਿਆ ਕੇ ਤੇ ਏਦਾਂ ਹੀ ਬਾਹਰ ਸੁੱਟ ਦਿੱਤੇ। ਤੁਹਾਨੂੰ ਪਤਾ ਵੀ ਉਦੋਂ ਇਹ ਗਾਲਾਂ ਵੀ ਕੱਢਦੇ ਹੁੰਦੇ ਸੀਗੇ, ਬੜਾ ਕੁਛ ਕਰਦੇ ਹੁੰਦੇ ਸੀ, ਲੱਤਾਂ ਵੀ ਮਾਰਦੇ ਕਈ ਕੁਛ ਸ਼ਹੀਦ ਹੋਇਆ ਦੇ। ਹਾਂ ਏਦਾਂ ਸਾਹਮਣੇ ਲਿਆ ਕੇ ਡੈਡ ਬੋਡੀਆਂ ਸਾਹਮਣੇ ਸੁੱਟੀਆਂ ਸੀਗਾ, ਕੋਈ ਮਤਲਬ ਇਹ ਨਹੀਂ ਸੀ ਹੈਗਾ ਵੀ ਉਹ ਆਪਣੀ ਨਫ਼ਰਤ ਜਿਹੜੀ ਉਹ ਪ੍ਰਗਟਾਉਂਦੇ ਸੀ ਵੀ ਜਾਂ ਕਿੱਦਾਂ ਵੀ ਉਹਨਾਂ ਸਾਈਡ ਤੇ ਰੱਖਿਆ ਹੋਊਗਾ ਜਾਂ ਕਿੱਦਾਂ ਨਾ, ਏਦਾਂ ਜ਼ਮੀਨ ਦੇ ਉੱਤੇ ਲਿਆ ਕੇ ਸੁੱਟ ਦਿੱਤੀਆਂ ਲਾਸ਼ਾਂ। ਉਹ ਮੈਂ ਆਪਣੀ ਅੱਖੀਂ ਵੇਖੀਆਂ, ਜਾ ਕੇ ਕੋਲ ਜਾ ਕੇ ਵੇਖੀਆਂ। ਬਹਾਨੇ ਨਾਲ ਮੈਂ ਗਈ ਸੀ ਕਿ ਬੱਚੇ ਨੂੰ ਬਾਥਰੂਮ ਆਇਆ ਤੇ ਮੈਂ ਜਾਣਾ, ਤੇ ਕੋਲ ਖਲੋ ਕੇ ਵੇਖੀਆਂ ਸੀ ਦੋਨੋਂ ਡੈਡ ਬੋਡੀਆਂ। ਤੇ ਉਸ ਤੋਂ ਬਾਅਦ ਮਤਲਬ ਸਾਡੇ ਪਿੰਡ ਦਾ ਨਾ ਇੱਕ ਸੀਗਾ ਮਿਸਤਰੀ ਸੀਗਾ, ਉਹ ਥਾਣੇ ਦੇ ਵਿੱਚ ਆਇਆ, ਉਹਨੇ ਸਾਨੂੰ ਵੇਖ ਲਿਆ। ਤੇ ਉਹਨਾਂ ਨੂੰ ਮਤਲਬ ਅਸੀਂ ਇਹ ਕਿਹਾ ਵੀ ਕਿਸੇ ਨੂੰ ਪਤਾ ਨਾ ਲੱਗੇ ਤੇ ਚੁੱਪ ਕੀਤੇ, ਜੇ ਹੋ ਸਕਿਆ ਤੇ ਸਾਡੇ ਪਿੰਡ ਖਬਰ ਪਹੁੰਚਾ ਦਿੱਤੀ ਜਾਵੇ ਵੀ ਇਹ ਇਸ ਥਾਣੇ ਦੇ ਵਿੱਚ ਆ। ਮੇਰੇ ਤਾਇਆ ਜੀ ਹੁੰਦੇ ਸੀ ਦਲਬੀਰ ਸਿੰਘ, ਮਾਸਟਰ ਦਲਬੀਰ ਸਿੰਘ, ਉਹ ਸਾਡੀ ਬਹੁਤ ਸਪੋਰਟ ਕਰਦੇ ਹੁੰਦੇ ਸੀ। ਜੇ ਉਹਨਾਂ ਤੱਕ ਖਬਰ ਹੁੰਦੀ ਤੇ ਸ਼ਾਇਦ ਉਹ ਸਾਨੂੰ ਉਸੇ ਟਾਈਮ ਲੈਣ ਆ ਜਾਂਦੇ। ਉਹਨਾਂ ਨੂੰ ਪਹੁੰਚੀ ਨਹੀਂ ਸੀ ਖਬਰ ਪਿੰਡ, ਉਦੋਂ ਕੇ ਵਾਲਿਆਂ ਨੇ ਇਹ ਸੋਚਿਆ ਵੀ ਬੱਚੇ ਛੋਟੇ ਛੋਟੇ, ਆਪਾਂ ਨਾ ਹੋਇਆ ਤੇ ਬੱਚੇ ਲੈ ਆਈਏ, ਪਰ ਹਜੇ ਉਹ ਤਿਆਰੀਆਂ 'ਚ ਸੀਗੇ। ਸਾਨੂੰ ਰਾਤ ਉਸੇ ਰਾਤ ਚੁੱਕ ਕੇ ਤੇ ਇਹਨਾਂ ਨੇ ਬਿਆਸ ਥਾਣੇ ਪਰਮਜੀਤ ਸਿੰਘ ਦੇ ਅੰਡਰ ਕਰ ਦਿੱਤਾ। ਤੁਹਾਡੇ ਜਿਹੜੇ ਪਿੱਛੇ ਪਰਿਵਾਰ ਦੇ ਜੀ ਸਨ ਉਹਨਾਂ ਨੂੰ ਨਹੀਂ ਸੀ ਪਤਾ ਤੁਸੀਂ ਕਿੱਥੇ ਹੋ? ਨਹੀਂ, ਕਿਸੇ ਨੂੰ ਨਹੀਂ ਪਤਾ ਵੀ ਕਿੱਥੇ ਹੈ। ਸਾਨੂੰ ਮਤਲਬ ਦੱਸਦੇ ਨਹੀਂ ਸੀ, ਰਾਤ ਨੂੰ ਲੈ ਕੇ ਜਾਂਦੇ ਸੀ। ਜਿੱਦਣ ਸਾਨੂੰ ਬਿਆਸ ਲੈ ਕੇ ਗਏ, ਜਿੱਦਣ ਇਹਨੂੰ ਪਤਾ ਲੱਗ ਗਿਆ ਵੀ ਉਦੋਂ ਕਿਆ ਦੇ ਬੰਦਿਆਂ ਨੂੰ ਇਹਨਾਂ ਦਾ ਸੰਪਰਕ ਹੋ ਗਿਆ, ਅਗਲੀ ਉਸੇ ਰਾਤ ਨੂੰ ਸਾਨੂੰ ਫਿਰ ਲੈ ਕੇ ਜਾਂਦੇ 12:00 ਵਜੇ। 12:00 ਵਜੇ ਜਾ ਕੇ ਤੁਹਾਨੂੰ ਦੱਸਿਆ ਬਿਆਸ ਦੇ ਮਤਲਬ SHO ਪਰਮਜੀਤ ਸਿੰਘ ਦੇ ਹਵਾਲੇ ਕਰ ਦਿੱਤਾ ਜੀ। ਉੱਥੇ ਜਾ ਕੇ ਮੇਰਾ ਬੇਟਾ ਮਤਲਬ ਕਾਫੀ ਬਿਮਾਰ ਹੋ ਗਿਆ, ਇਹਦਾ 103 ਬੁਖਾਰ, ਮਤਲਬ ਉਤਰਦਾ ਨਹੀਂ ਸੀ ਹੁੰਦਾ ਬੁਖਾਰ ਇਹਦਾ, ਨਾ ਸਾਡੇ ਕੋਲ ਕੋਈ ਕੱਪੜਾ ਹੀ ਸੀਗਾ। ਉੱਥੇ ਨਾ ਦੋ ਬੀਬੀਆਂ ਆਈਆਂ ਸੀ ਤੇ ਉਹਨਾਂ ਦੇ ਬੱਚਿਆਂ ਦੇ ਕੱਪੜੇ ਸੀਗੇ ਪਏ, ਉਹ ਸਾਨੂੰ ਇਹਨਾਂ ਨੇ ਦਿੱਤੇ SHO ਨੇ ਵੀ ਆਹ ਕੱਪੜੇ ਜਿਹੜੇ ਆ ਉਹ ਵੀ ਮਤਲਬ ਕਿ ਸ਼ਹੀਦ ਸਿੰਘ ਦੀਆਂ ਸਿੰਘਣੀਆਂ ਸੀਗੀਆਂ ਜਿਹੜੀਆਂ ਆਈਆਂ ਹੋਣਗੀਆਂ, ਉਹਨਾਂ ਦੇ ਬੱਚਿਆਂ ਦੇ ਕੱਪੜੇ ਸਾਨੂੰ ਦਿੱਤੇ ਵੀ ਆਹ ਕੱਪੜੇ ਜਿਹੜੇ ਇਸ ਬੱਚੇ ਨੂੰ ਪਾਓ। ਉਹ ਕੱਪੜੇ ਮੈਂ ਮਤਲਬ ਆਪਣੇ ਬੱਚੇ ਨੂੰ ਪਾਉਂਦੀ ਰਹੀ ਹਾਂ। ਫਿਰ ਇਹ ਮਤਲਬ ਥਾਣੇ ਵਾਲੇ ਹੀ ਬਿਆਸ ਕਿਸੇ ਮਤਲਬ ਕਲੀਨਿਕ ਤੇ ਜਾਂਦੇ ਸੀ, ਉਹਦੀ ਦਵਾਈ ਲੈ ਕੇ ਆਉਂਦੇ ਸੀਗੇ, ਤੇ ਪਰ ਉਹਦਾ ਬੁਖਾਰ ਨਹੀਂ ਸੀ ਉਤਰਦਾ। ਫਿਰ ਜਦੋਂ ਮਤਲਬ ਮੈਨੂੰ ਨੀ ਹੁਣ ਸਮਝ ਆਉਂਦੀ ਜਿੱਦਣ ਉਹਨਾਂ ਨੇ ਛੱਡਿਆ ਸਾਨੂੰ, ਉਸ ਤੋਂ ਦੂਜੇ ਦਿਨ ਉਹਦੀ ਡੈਥ ਹੁੰਦੀ ਆ। ਜਿੱਦਣ ਉਹ ਘਰ ਆਉਂਦੇ ਆ ਅਸੀਂ, ਦੂਸਰੇ ਦਿਨ ਮੈਂ ਕੱਕੜ ਹੋਸਪਿਟਲ ਲੈ ਕੇ ਗਈ ਹਾਂ, ਉੱਥੇ ਜਾ ਕੇ ਉਹਦੀ ਡੈਥ ਹੋ ਜਾਂਦੀ ਹੈ। ਵੀ ਜਾਂ ਤਾਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਜ਼ਿਆਦਾ ਸੀਰੀਅਸ ਆ ਜਾਂ ਕਿੱਦਾਂ ਵਾ, ਤੇ ਤਾਂ ਸਾਨੂੰ ਛੱਡਿਆ ਵਾ ਜਾਂ ਕਿੱਦਾਂ। ਸਾਡੇ ਮਗਰ ਕੋਈ ਨਹੀਂ ਸੀ ਆਇਆ ਉਸ ਟਾਈਮ ਤੇ ਛਡਾਉਣ ਵਾਸਤੇ। ਜਦੋਂ ਤੁਹਾਡੇ ਤੇ ਸਭ ਕੁਝ ਬੀਤ ਰਿਹਾ ਸੀ, ਹਾਂਜੀ, ਤੁਹਾਨੂੰ ਮਹਿਸੂਸ ਹੁੰਦਾ ਸੀ ਕਿ ਜਿਵੇਂ 10ਵੇਂ ਪਾਤਸ਼ਾਹ ਦੇ ਸਾਹਿਬਜ਼ਾਦੇ ਨਾਲ ਹੋਇਆ ਤੁਹਾਡੇ ਨਾਲ ਉਦਾਂ ਹੀ ਹੋ ਰਿਹਾ? ਆਪਾਂ ਉਸ ਟਾਈਮ ਤੇ ਮਤਲਬ ਸੋਚਿਆ, ਤੁਹਾਨੂੰ ਦੱਸਿਆ ਮੇਰੇ ਡੈਡੀ ਦੀ ਸੋਚ ਇਹੀ ਸੀ ਵੀ ਜੇ ਉਹਨੇ ਆਪਣੇ ਪੁੱਤ ਵਾਰ ਦਿੱਤੇ ਤੇ ਮੈਂ ਵਾਰ ਦੂੰਗਾ ਤੇ ਕੋਈ ਗੱਲ ਨਹੀਂ, ਤੇ ਮੁਸੀਬਤਾਂ ਵੀ ਉਹ ਉਹਦੇ ਤੇ ਪਾਉਂਦਾ ਜਿੰਨਾ ਚੱਲ ਜਾਣੀਆਂ। ਉਹਨੇ ਮਤਲਬ ਕੀ ਆ, ਇੱਕ ਮੁਸੀਬਤ ਖਤਮ ਹੁੰਦੀ, ਦੂਜੀ ਤਿਆਰ ਕੀਤੀ ਹੁੰਦੀ ਵੀ ਇਹਨੇ ਚੱਲਣੀ ਚੱਲਣੀ ਹੈ, ਤੂੰ ਹੋਰ ਤਿਆਰ ਕਰੋ, ਇਹਨੂੰ ਹੋਰ ਸਟਰੋਂਗ ਕਰੋ। ਉਹ ਹੋਰ ਸਟਰੋਂਗ ਕਰਦਾ ਸੀ ਸਾਨੂੰ,
ਮਤਲਬ ਇਹ ਮਤਲਬ ਮਹਿਸੂਸ ਨਹੀਂ ਸੀ ਹੋਣ ਦਿੰਦਾ ਵੀ ਉਸ ਦਰਦ ਨੂੰ ਵੀ ਮਹਿਸੂਸ ਹੋਣ ਦਿੰਦਾ ਸੀ, ਮਤਲਬ ਦਲੇਰੀ ਦਵਾਉਂਦਾ ਸੀ ਸਾਨੂੰ, ਮਤਲਬ ਇਹ ਨਹੀਂ ਸੀ ਉਸ ਟਾਈਮ ਤੇ। ਹਜੇ ਵੀ ਆ ਵੀ ਨਹੀਂ ਇੰਨਾ ਵੀ, ਕਦੀ ਕਦੀ ਹੋ ਜਾਂਦਾ ਮਨ ਦੇ ਵਿੱਚ ਜਦੋਂ ਇਕੱਲੇ ਜੇ ਹੋ ਜਾਈਦਾ ਵੀ ਕੋਈ ਬਾਤ ਨੀ ਪੁੱਛਦਾ ਜਾਂ ਕਿੱਦਾਂ, ਉਸ ਟਾਈਮ ਤੇ ਹੁੰਦਾ ਫਿਰ ਕਹੀਦਾ ਨਹੀਂ ਉਹ ਪਾਉਂਦਾ ਹੀ ਉਹਦੇ ਤੇ ਜਿੰਨੇ ਚੱਲ ਜਾਣੀ ਆ ਦੂਜਿਆਂ ਤੇ ਨਹੀਂ ਉਹ ਪਾਉਂਦਾ, ਇਹ ਸੋਚ ਕੇ ਫਿਰ ਅੱਗੇ ਤੁਰ ਪਈਦਾ। ਤੇ ਸ਼ਹੀਦ ਹੋਇਆ ਪੁੱਤ ਤਾਂ ਵਾਰ ਵਾਰ ਚੇਤੇ ਆਉਂਦਾ, ਉਹ ਤਾਂ ਹੈ ਹੀ, ਇਹ ਛੋਟਾ ਜਿਹਾ ਸੀਗਾ ਉਹਦੀਆਂ ਗੱਲਾਂ ਚੇਤੇ ਆਉਂਦੀਆਂ। ਬੜਾ ਜਬਰ ਹੋਏਗਾ ਕਿਉਂਕਿ ਉਹਦਾ ਕੋਈ ਕਸੂਰ ਨਹੀਂ ਸੀ। ਅੱਜ ਉਹਦਾ ਤੂੰ 28 ਸਾਲ ਦਾ ਸੀਗਾ, ਉਹਦੇ ਨਾਲ ਦਾ ਮੇਰੇ ਮਾਮਾ ਜੀ ਦਾ ਬੇਟਾ ਵਾ, ਜਦੋਂ ਉਹਦੇ ਵੱਲ ਵੇਖਦੀ ਤਾਂ ਫਿਰ ਹੁੰਦਾ ਵੀ ਉਹ ਵੀ ਅੱਜ ਇੱਡਾ ਹੁੰਦਾ। ਸਾਰਾ ਕੁਛ ਹੋਣ ਤੋਂ ਬਾਅਦ ਮਨ ਵਿੱਚ ਐਂ ਚੇਤੇ ਆਉਂਦਾ ਕਿ ਸਾਰਾ ਕੁਛ ਕੌਮ ਲਈ ਕੀਤਾ? ਕੌਮ ਲਈ ਕੀਤਾ, ਆਪਣੇ ਵਾਸਤੇ ਤੇ ਅਸੀਂ ਕੁਛ ਵੀ ਨਹੀਂ ਕੀਤਾ ਜੇ ਸੋਚਿਆ ਜਾਵੇ। ਆਪਾਂ ਆਪਣੇ ਘਰਾਂ ਵਾਸਤੇ ਥੋੜੀ ਕੁਛ ਕੀਤਾ, ਸੋ ਗੱਲਬਾਤ ਕਰਦੇ ਹਾਂ। ਬੀਬੀ ਜੀ ਦੇ ਸ਼ਹੀਦ ਹੋਏ ਤਿੰਨ ਭਰਾਵਾਂ ਦਾ ਜ਼ਿਕਰ ਹੋਇਆ, ਇਹਨਾਂ ਦੇ ਸ਼ਹੀਦ ਪਤੀ ਦਾ ਹੋਇਆ, ਇੱਕ ਮਾਸੂਮ ਬੱਚਾ ਜਿਸ ਦੀ ਉਮਰ ਸਿਰਫ 10 ਮਹੀਨੇ ਸੀ ਉਹਦੀ ਸ਼ਹੀਦੀ ਹੋਈ, ਬੀਬੀ ਜੀ ਦੇ ਦੇਰ ਨੂੰ ਸ਼ਹੀਦ ਕੀਤਾ ਗਿਆ। ਅਜਿਹੀਆਂ ਮਿਸਾਲਾਂ ਜਬਰ ਦੇ ਨਾਲ ਭਿੜ ਜਾਂ ਭਿੜ ਕੇ ਸਿੱਖ ਹੀ ਪੈਦਾ ਕਰ ਸਕਦੇ ਆ। ਇਹ ਬੜੀ ਕਿਰਪਾਨ ਦੀ ਧਾਰ 'ਚੋਂ ਪੈਦਾ ਹੋਈ ਕੌਮ ਆ, ਖੰਡੇ ਦੀ ਧਾਰ 'ਚੋਂ ਇਸ ਕੌਮ ਨੂੰ ਅੰਮ੍ਰਿਤ ਦੇ ਕੇ 10ਵੇਂ ਪਾਤਸ਼ਾਹ ਨੇ ਸਾਜਿਆ। ਸੋ ਜਦੋਂ ਕੌਮ ਦੇ ਉੱਤੇ ਭੀੜ ਬਣਦੀ ਆ ਅਤੇ ਜਿਹੜੇ ਧਰਮੀ ਸਿੱਖ ਹੁੰਦੇ ਆ ਉਹ ਘਰ 'ਚ ਬੈਠੇ ਨਹੀਂ ਰਹਿੰਦੇ, ਅਜਿਹਾ ਹੀ ਭਾਈ ਸੁਰਜੀਤ ਸਿੰਘ ਪਿੰਕਟੇ ਦੇ ਪਰਿਵਾਰ ਨੇ ਕੀਤਾ। ਪੂਰੇ ਦਾ ਪੂਰਾ ਪਰਿਵਾਰ ਸੰਘਰਸ਼ ਵਿੱਚ ਕੁੱਦ ਗਿਆ। ਮਾਤਾ ਜੀ ਕੁਝ ਮਹੀਨੇ ਪਹਿਲਾਂ ਸਾਨੂੰ ਵਿਛੋੜਾ ਦੇ ਗਏ, ਭਾਈ ਸੁਰਜੀਤ ਸਿੰਘ ਪਿੰਟੇ ਦੇ ਮਾਤਾ ਜੀ। ਬਾਪੂ ਜੀ, ਛੋਟੇ ਪੁੱਤਰ ਭਾਈ ਹਰਚਰਨ ਸਿੰਘ ਗਿਆਨੀ ਦੇ ਕੋਲ ਆ ਪਿੰਡ ਛੱਜਲਵੱਡੀ 'ਚ, ਬਾਪੂ ਜੀ ਵੀ ਸਿਹਤ ਤੌਰ 'ਤੇ ਢਿੱਲੇ ਚੱਲ ਰਹੇ ਆ। ਸਾਨੂੰ ਅਫਸੋਸ ਆ ਕਿ ਮਾਤਾ ਜੀ ਵਿਛੋੜਾ ਦੇ ਗਏ, ਅਜੇ ਜਾਣ ਦਾ ਸਮਾਂ ਨਹੀਂ ਸੀ ਉਹਨਾਂ ਦਾ। ਅਤੇ ਮਾਂ ਜੀ ਦੀ ਕੋਈ ਗੱਲ ਦੱਸੋ, ਚੌਂ ਚੌਂ ਜੀ ਦੇ ਤਿੰਨ ਪੁੱਤ ਸ਼ਹੀਦ ਹੋਏ, ਹੁਣ ਜਵਾਈ ਸ਼ਹੀਦ ਹੋਵੇ, ਦੋਹਤਾ ਸ਼ਹੀਦ ਹੋਵੇ, ਉਹ ਕਿਵੇਂ ਚੇਤੇ ਕਰਦੇ ਰਹਿੰਦੇ ਸਨ ਇਹਨਾਂ ਜੀਆਂ ਨੂੰ? ਪਰ ਕਦੇ ਰੋਏ ਨਹੀਂ ਸੀਗੇ, ਗੱਲਾਂ ਬਹੁਤ ਕਰਦੇ ਸੀਗੇ ਕਿਉਂਕਿ ਮਾਂ ਨੇ ਜੰਮੇ ਸੀਗੇ, ਫਿਰ ਹੱਥੀ ਪਾਲੇ, ਫਿਰ ਵੱਡੇ ਕੀਤੇ, ਪੜ੍ਹਾਇਆ ਲਿਖਾਇਆ, ਫਿਰ ਉਹ ਇਹੋ ਜਿਹੇ ਸੀ ਵੀ ਕਿਤੇ ਬੁਲੰਦੀਆਂ ਵਿੱਚ ਜਾਣ ਵਾਲੇ ਸੀਗੇ। ਮੇਰੇ ਡੈਡੀ ਸੋਚ ਹੁੰਦੀ ਸੀ ਵੀ ਮੈਂ ਇਹਨਾਂ ਨੂੰ ਅਫਸਰ ਬਣਾਉਣਾ, ਅਤੇ ਪਿੰਟੇ ਸਾਡੇ ਨੂੰ ਕਿੰਨੀਆਂ ਮਤਲਬ ਆ ਵੀ ਗਈ ਸੀ ਔਫਰ, ਕਿਉਂਕਿ ਇਹ ਖੇਡਾਂ ਦੇ ਵਿੱਚ ਸੀਗਾ, ਅਥਲੀਟ ਸੀ, ਅਥਲੀਟ ਸੀਗਾ। ਇੱਕ ਵਾਰੀ ਫੌਜ 'ਚੋਂ ਵੀ ਆਏ, ਮੇਰੇ ਡੈਡੀ ਨੇ ਨਹੀਂ ਜਾਣ ਦਿੱਤਾ, ਕਹਿੰਦੇ ਨਾ ਮੈਨੂੰ ਤੈਨੂੰ ਇਸ ਲੈਵਲ ਤੱਕ ਥੋੜ੍ਹੀ ਰੱਖਣਾ, ਮੈਂ ਤਾਂ ਤੈਨੂੰ ਕਈ ਉੱਚੇ ਥਾਂ 'ਤੇ ਲੈ ਕੇ ਜਾਣਾ ਚਾਹੁੰਦਾ। ਪਰ ਮੈਂ ਇਹ ਸੋਚਦੀ ਵੀ ਜੇ ਉੱਦਾਂ ਸ਼ਹੀਦ ਹੁੰਦੇ ਸ਼ਾਇਦ ਨਾ ਯਾਦ, ਮਤਲਬ ਯਾਦ ਹੁੰਦੇ, ਹੁਣ ਦੁਨੀਆਂ ਯਾਦ ਕਰਦੀ ਉਹਨਾਂ ਨੂੰ, ਮਤਲਬ ਸਾਡੀ ਵਾਸਤੇ ਤਾਂ ਉਹ ਛੋਟੇ ਹੀ ਆ ਹਜੇ ਵੀ, ਸਾਡੇ ਵਾਸਤੇ ਜਿੰਨੀ ਉਮਰ 'ਚੋਂ ਗਏ ਸਾਨੂੰ ਉਹੀ ਨਜ਼ਰ ਆਉਂਦੇ ਆ, ਸਾਨੂੰ ਵੱਡੇ ਨਹੀਂ ਨਜ਼ਰ ਆਉਂਦੇ, ਸਾਨੂੰ ਉਹ ਜਦੋਂ ਵੀ ਅਸੀਂ ਯਾਦ ਕਰਦੇ ਉਹੀ ਤਸਵੀਰਾਂ ਨਜ਼ਰ ਆਉਂਦੀਆਂ ਵੀ ਸਾਡੇ ਹਜੇ ਛੋਟੇ ਆ। ਜੇ ਉੱਦਾਂ ਜਾਂਦੇ ਸ਼ਾਇਦ ਕੋਈ ਨਾ ਯਾਦ ਕਰਦਾ, ਹੁਣ ਦੁਨੀਆਂ 'ਤੇ ਨਾਮ ਹੈ। ਅਤੇ ਪਰ ਇਹ ਵੀ ਉਹਨਾਂ ਦੇ, ਮੈਂ ਤੁਹਾਨੂੰ ਦੱਸਿਆ, ਮੇਰੇ ਡੈਡੀ ਕਹਿੰਦੇ ਹੁੰਦੇ ਵੀ ਜੇ ਮੈਂ ਤੁਹਾਡੇ ਨਾਲ ਇਹੋ ਜਿਹੀਆਂ ਗੱਲਾਂ ਨਾ ਕਰਾਂ ਤਾਂ ਤੁਹਾਡੀ, ਤੁਸੀਂ ਤਾਂ ਪਾਗਲ ਹੋ ਜਾਓਗੇ, ਤੁਹਾਨੂੰ ਤਾਂ ਮੈਂ ਹਸਾਉਂਦਾ ਵਾਂ, ਅਤੇ ਤੁਸੀਂ ਮਤਲਬ ਦਿਲ 'ਤੇ ਕੋਈ ਗੱਲ ਨਾ ਲਿਆਇਓ ਵੀ ਤੁਹਾਡੇ ਨਾਲ ਆਹ ਕੁਛ ਹੋਇਆ।
ਮਤਲਬ ਹਰ ਵੇਲੇ ਹੱਸਦੇ ਖੇਡਦੇ ਰਹਿਣਾ, ਕਦੀ ਇਹੋ ਜਿਹੀ ਗੱਲ ਨਹੀਂ ਸੀ ਵੀ ਜਾਂ ਰੋਣਾ ਜਾਂ ਕਿੱਦਾਂ ਨਾ। ਸਿੱਖ ਸੰਘਰਸ਼ ਦੌਰਾਨ 90 ਵਿਆਂ ਦੇ ਵਿੱਚ 91 92 ਦੀ ਗੱਲ ਹੋਵੇ ਜਦੋਂ ਤਕਰੀਬਨ ਰੋਜ਼ ਹੀ ਕਈ ਸ਼ਹੀਦੀਆਂ ਦੀ ਖਬਰ ਆਉਂਦੀ ਸੀ, ਕਿੱਦਾਂ ਦਾ ਲੱਗਦਾ ਸੀ ਜਦੋਂ ਕੋਈ ਸ਼ਹੀਦੀ ਦੀ ਖਬਰ ਸੁਣਦੇ? ਐਂਡ ਦੱਸਦੇ ਜਿੱਦਾਂ 26 ਨੂੰ ਇਹਨਾਂ ਦੀ ਡੈਥ ਹੁੰਦੀ ਆ, ਉਸ ਤੋਂ ਬਾਅਦ ਧਰਮ ਸਿੰਘ ਕਾਸ਼ਤੀਵਾਲ ਦੀ ਹੁੰਦੀ ਆ 92 ਦੇ ਐਂਡ ਤੱਕ, ਜਨਵਰੀ ਦੇ ਐਂਡ ਤੱਕ ਮੈਨੂੰ ਲੱਗਦਾ ਇਹਨਾਂ ਨੇ ਮਤਲਬ ਜਿਹੜੇ ਖਾੜਕੂ ਸੀ ਨਾ ਉਸ 93 ਦੇ ਸ਼ੁਰੂ ਤੱਕ ਇਹਨਾਂ ਨੇ ਉਸ ਟਾਈਮ ਤੇ ਇਹਨਾਂ ਨੇ ਮਤਲਬ ਖਤਮ ਕਰਤੇ ਸੀਗੇ। ਮਤਲਬ 92 ਦੇ ਵਿੱਚ ਤੇ ਜਦੋਂ ਤੁਹਾਨੂੰ ਦੱਸਿਆ ਕੇ ਪੀ ਗਿੱਲ ਆਇਆ ਸੀ ਜਦੋਂ, ਇਹਨੇ ਤੇ ਮਤਲਬ ਸ਼ੁਰੂ ਹੀ ਕਰ ਦਿੱਤੀ ਸੀ ਵੀ ਵਿੱਚ ਆਪਣੇ ਬੰਦੇ ਵਾੜ ਕੇ ਕਿੱਦਾਂ ਇਹਨਾਂ ਨੂੰ ਸ਼ਹੀਦ ਕਰਨਾ ਕਿੱਦਾਂ ਨੇ। ਇਹਨੇ 92 ਦੇ ਵਿੱਚ ਤਕਰੀਬਨ ਚੋਟੀ ਦੇ ਖਾੜਕੂ ਜਿਹੜੇ ਸ਼ਹੀਦ ਕੀਤੇ ਸੀ, ਉਹ ਇਹਦੀ ਗੇਮ ਸੀ, ਉਹ ਜਿੱਤ ਗਿਆ ਆਪਣੀ ਜੀਤ। ਸੋ ਮੈਨੂੰ ਲੱਗਦਾ ਕਿ ਆਪਾਂ ਬਾਬਾ ਗੱਲਬਾਤ ਕਰ ਲਈ ਆ ਅਤੇ ਹੁਣ ਗੱਲ ਨੂੰ ਸੰਕੋਚਦੇ ਹਾਂ ਜੀ। ਸੋ ਪ੍ਰਾਈਮ ਟਾਈਮਸ ਦੇ ਰਾਹੀਂ ਤੁਸੀਂ ਇਹ ਗੱਲਬਾਤ ਬੀਬੀ ਸਰਬਜੀਤ ਕੌਰ ਹੁਣਾਂ ਦੇ ਜ਼ੁਬਾਨੀ ਸੁਣੀ, ਜਿਸ ਨੂੰ ਉਸ ਦੇ ਸ਼ਹੀਦ ਹੋਣ ਵਾਲੇ ਭਰਾ ਗੁੱਡੀ ਕਰਕੇ ਚੇਤੇ ਕਰਦੇ ਸਨ। ਉਹ ਕਹਿੰਦੇ ਆ ਕਿ ਮੈਂ ਤਾਂ ਆਪਣੇ ਭਰਾਵਾਂ ਨੂੰ, ਸ਼ਹੀਦ ਹੋਣ ਵਾਲੇ ਭਰਾਵਾਂ ਨੂੰ ਉੱਦਾਂ ਹੀ ਯਾਦ ਕਰਦੀ ਹਾਂ ਜਿਵੇਂ ਉਹ ਛੋਟੀ ਉਮਰ 'ਚ ਸਨ। ਸੋ ਇਹ ਜਿਹੜੀਆਂ ਜਵਾਨੀਆਂ ਨੇ ਕੌਮ ਦੇ ਲਿਖੇ ਲੱਗੀਆਂ, ਸਾਨੂੰ ਮਾਣ ਆ ਕਿ ਅਸੀਂ ਉਹਨਾਂ ਨੂੰ ਚਿੱਤੇ ਕਰ ਰਹੇ ਹਾਂ। ਸੋ ਇਹ ਜਿਹੜੀ ਗੱਲਬਾਤ ਆ, ਮੈਂ ਇਹ ਤਾਂ ਨਹੀਂ ਕਹੂੰਗਾ ਕਿ ਤੁਹਾਨੂੰ ਕਿਵੇਂ ਦੀ ਲੱਗੀ, ਤੁਸੀਂ ਆਪਣੇ ਬੱਚਿਆਂ ਨੂੰ ਜ਼ਰੂਰ ਸੁਣਾਇਓ। ਜਿਹੜੇ ਬੱਚੇ ਜਵਾਨ ਹੋ ਰਹੇ ਆ, ਧਰਮ ਨੂੰ ਛੱਡ ਕੇ ਹੋਰ ਪਾਸੇ ਤੁਰ ਰਹੇ ਆ, ਉਹਨਾਂ ਲਈ ਇਹ ਗੱਲਾਂ ਸੁਣਨੀਆਂ ਕਰਨੀਆਂ ਬੜੀਆਂ ਜ਼ਰੂਰੀ ਆ ਕਿ ਧਰਮ ਤੋਂ ਆਪਾਂ ਕਿਵੇਂ ਬਾਰੀਦਾ, ਧਰਮ ਤੋਂ ਜਿੰਦ ਕਿਵੇਂ ਬਾਰੀਦੀ ਆ। ਕਹਿ ਦੇਣਾ ਬਹੁਤ ਸੌਖਾ, ਕਿਉਂਕਿ ਬੰਦੇ ਕੋਲ ਮਨੁੱਖੀ ਜੀਵਨ ਦੇ ਵਿੱਚ ਜਾਨ ਹੀ ਤਾਂ ਸਭ ਕੁਛ ਹੁੰਦੀ ਆ। ਸੋ ਜਿਹੜੇ ਜਾਨ ਹੀ ਦੇ ਗਏ, ਇਹ ਸ਼ਹਾਦਤ ਉਹਨਾਂ ਦੀ ਗਵਾਹੀ ਬਣੀ। ਸੋ ਕੌਮ ਦੀ ਚੜ੍ਹਦੀ ਕਲਾ ਦੇ ਲਈ ਇਹ ਸ਼ਹਾਦਤਾਂ ਹੋਈਆਂ। ਠੀਕ ਆ, ਜਦੋਂ ਆਪਣੇ ਜੀਆਂ ਨੂੰ ਚੇਤੇ ਕਰਦੇ ਹਾਂ ਤਾਂ ਕਿਸੇ ਵੇਲੇ ਅੱਖਾਂ ਵਹਿ ਤੁਰਦੀਆਂ, ਪਰ ਉਹ ਮਾਤਾ ਜੀ ਬਾਰੇ ਗੱਲ ਕਰਕੇ ਹਟੇ, ਭਾਈ ਸੁਰਜੀਤ ਸਿੰਘ ਪੈਂਟੇ ਦੇ ਅਤੇ ਹੋਰ ਦੋ ਸ਼ਹੀਦਾਂ ਦੇ ਮਾਤਾ ਜੀ ਬਾਰੇ, ਕਿ ਉਹ ਕਦੇ ਰੋਏ ਨਹੀਂ। ਸੋ ਇਹ ਆ ਅਡੋਲ ਨਿਸ਼ਚਾ, ਇਹ ਆ ਸੱਚ ਦਾ ਮਾਰਗ, ਇਹ ਆ ਧਰਮ ਤੋਂ ਕੁਰਬਾਨੀ। ਸੋ ਭੈਣ ਜੀ, ਤੁਹਾਡੀ ਕੁਰਬਾਨੀ ਨੂੰ ਅਸੀਂ ਸਿਰ ਝੁਕਾਉਂਦੇ ਹਾਂ। ਬਹੁਤ ਬਹੁਤ ਧੰਨਵਾਦ। ਕੋਈ ਗੱਲ ਰਹਿ ਗਈ ਹੋਵੇ ਤਾਂ ਤੁਸੀਂ ਕਰ ਲਓ। ਸਾਰੀਆਂ ਮਤਲਬ ਜਦੋਂ ਬੈਠੇ ਹੋਈਏ ਫਿਰ ਯਾਦ ਆਉਂਦੀਆਂ, ਜਦੋਂ ਸਾਰੇ ਜਦੋਂ ਉਸ ਮੂਮੈਂਟ ਦੇ ਬੰਦੇ ਬੈਠੇ ਹੁੰਦੇ ਨਾ, ਉਦੋਂ ਬਹੁਤ ਗੱਲਾਂ ਚੇਤੇ ਹੁੰਦੀਆਂ, ਉਦੋਂ ਸਭ ਕੁਛ, ਉਦੋਂ ਇੰਜ ਲੱਗਦਾ ਵੀ ਜਦੋਂ ਪਿੱਛੇ ਚਲੇ ਗਏ ਆ, ਮਤਲਬ ਉਸ ਜਗ੍ਹਾ ਦੇ ਉੱਤੇ ਮਤਲਬ ਖੜੇ ਹੋ ਗਏ ਆ ਵੀ ਰੀਲ ਪਿੱਛੇ ਨੂੰ ਘੁੰਮ ਜਾਂਦੀ ਹੈ ਜਦੋਂ ਅਸੀਂ ਇੱਦਾਂ ਇਕੱਠੇ ਹੁੰਦੇ ਆ ਤੇ ਗੱਲਾਂ ਕਰਦੇ ਹਾਂ, ਤੇ ਗੱਲਾਂ ਸਭ ਉਹ ਤੇ ਰਹਿਣੀਆਂ ਰਹਿਣੀਆਂ, ਜੋ ਮਰਜ਼ੀ ਕਰ ਲਓ, ਉਹ ਤੇ ਦਿਲਾਂ ਦੇ ਵਿੱਚ ਜਿਹਨਾਂ ਨਾਲ ਬੀਤੀਆਂ ਉਹਨਾਂ ਵਾਸਤੇ ਤੇ ਰਹਿਣੀਆਂ ਰਹਿਣੀਆਂ, ਉਹ ਤੇ ਭੁੱਲਣੀਆਂ ਨਹੀਂ ਗੀਆਂ। ਤੇ ਉਹ ਤੇ ਜਦੋਂ ਵੀ ਤੁਸੀਂ ਬੈਠੋਗੇ ਜਾਂ ਸੋਚੋਗੇ ਤੇ ਤੁਹਾਡੇ ਮਨ ਦੇ ਵਿੱਚ ਉਹ ਗੱਲ ਆ ਹੀ ਜਾਂਦੀ ਜੀ। ਸੋ ਤੁਹਾਡਾ ਧੰਨਵਾਦ ਗੱਲਬਾਤ ਕਰਨ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।